धूम्रपान और मदिरापान स्वास्थ्य के लिए हानिकारक है। स्मोकिंग एंड कंजम्पशन ऑफ एल्कोहल आर इंजूरियस टू हेल्थ। ਯਾਰ ਦੱਸ ਯਾਰ ਇਹਨੂੰ ਭਾਜੀ ਇਹਦਾ ਮਤਲਬ ਏਅਰਪੋਰਟ ਜਾਣਾ ਤੇ ਏਅਰਪੋਰਟ ਤੋਂ ਆਸਟ੍ਰੇਲੀਆ। ਆਹ ਬੈਠੋ ਬੈਠੋ ਫਿਰ। ਜਿਸ ਹਿਸਾਬ ਨਾਲ ਸਾਡੀ ਕੰਪਨੀ ਦੀ ਟਰਨਓਵਰ ਵੱਧ ਰਹੀ ਹੈ, ਮੇਰਾ ਖਿਆਲ ਹੈ ਸਾਨੂੰ ਚੈਰਿਟੀ ਫੰਡ ਵੀ ਵਧਾ ਦੇਣਾ ਚਾਹੀਦਾ ਹੈ। ਚੈਰਿਟੀ ਇਜ਼ ਇੰਜੂਰੀਅਸ ਅਨਲੈਸ ਇਟ ਹੈਲਪਸ ਰੈਸੀਪੀਐਂਟ ਟੂ ਬਿਕਮ ਇੰਡੀਪੈਂਡੈਂਟ ਅਫੇਅਰ। ਮੇਰੇ ਕਹਿਣ ਦਾ ਮਤਲਬ ਇਹ ਹੈ ਸਰਦਾਰ ਸਾਹਿਬ, ਸਾਡੀ ਕੰਪਨੀ ਚੈਰਿਟੀ ਕੋਈ ਜ਼ਿਆਦਾ ਨਹੀਂ ਕਰ ਰਹੀ। ਰੋਹਿਤ, ਜਿੰਨਾ ਕਰੀਏ ਉਨਾ ਘੱਟ ਹੈ। ਪੰਜਾਬ ਦੇ ਬੜੇ ਕਰਜ਼ੇ ਨੇ ਮੇਰੇ ਉੱਤੇ। ਉੱਥੋਂ ਜਿਹੜੇ ਦੋ ਪੈਸੇ ਲੈ ਕੇ ਆਏ ਸੀ, ਉਹਨਾਂ ਪੈਸਿਆਂ ਨਾਲ $2 ਬਿਲੀਅਨ ਦਾ ਅੰਪਾਇਰ ਖੜਾ ਕੀਤਾ ਹੈ ਮੈਂ। ਅੱਛਾ ਸਰ, ਇੱਕ ਬਿੱਲ ਹੈ। ਬਿੱਲ? ਕਾਹਦਾ ਬਿੱਲ? ਡਿਸਕੋ ਪਨ ਬਿੱਲ ਸਰ। ਕੱਲ੍ਹ ਰਾਤ ਰੌਬੀ ਰੌਲੀ ਕਲੱਬ ਗਏ ਸੀ, ਉੱਥੇ ਝਗੜਾ ਕਰਕੇ ਉਹਨਾਂ ਨੇ ਕਲੱਬ ਦਾ ਪੁਰਜ਼ਾ ਹਿਲਾਤਾ। ਕਦ ਸੁਧਰਨਗੇ ਮੁੰਡੇ? ਛੋਟੇ ਹੁੰਦਿਆਂ ਪੰਜਾਬੀ ਬੋਲਣ ਦੀ ਟਿਊਸ਼ਨ ਦਿੱਤੀ ਸੀ। ਪੰਜਾਬੀ ਤਾਂ ਚੰਗੀ ਹੋ ਗਈ, ਪਰ ਦੁੱਖ ਇਸੇ ਗੱਲ ਦਾ ਹੈ ਕਿ ਪੰਜਾਬੀ ਸਿੱਖਣ ਦੇ ਬਾਵਜੂਦ ਪੰਜਾਬੀ ਕਲਚਰ ਨਾਲ ਨਹੀਂ ਜੁੜ ਸਕੇ। ਜਦੋਂ ਛੋਟੇ ਸਨ ਤਾਂ ਇਹਨਾਂ ਦੀ ਮਾਂ ਚੱਲ ਵਸੀ, ਕੰਮ ਦੀ ਜ਼ਿਆਦਤੀ ਕਰਕੇ ਮੈਂ ਪੰਜਾਬ ਨਹੀਂ ਜਾ ਸਕਿਆ। ਬਸ ਹੁਣ ਤਾਂ ਇਹੀ ਇੱਛਾ ਹੈ ਕਿ ਪੰਜਾਬ ਤੋਂ ਚੰਗੀਆਂ ਜਿਹੀਆਂ ਕੁੜੀਆਂ ਦਾ ਰਿਸ਼ਤਾ ਆ ਜਾਵੇ। ਦੇਖੋ ਜੀ, ਮੇਰੀ ਧੀ ਨੂੰ ਤਾਂ ਸਾਰੇ ਹੀ ਆਪਣੀ ਬਹੂ ਬਣਾਉਣਾ ਚਾਹੁੰਦੇ ਨੇ। ਘਰ ਦਾ ਸਾਰਾ ਕੰਮ ਕਾਰ ਕਰ ਲੈਂਦੀ ਹੈ ਮੇਰੀ ਧੀ। ਮਿੱਠੀ ਬਾਣੀ, ਉੱਚਾ ਕਦੇ ਬੋਲਣਾ ਨੀ ਭੈਣ ਜੀ, ਜਿਹਦੇ ਘਰੇ ਜਾਊ ਚਾਨਣ ਕਰ ਦੂ ਚਾਨਣ। ਦੇਖੋ ਜੀ, ਰਿਸ਼ਤੇ ਤਾਂ ਸਾਡੇ ਮੁੰਡੇ ਨੂੰ ਵੀ ਬਹੁਤ ਨੇ। ਸੁੱਖ ਨਾਲ ਸਰਕਾਰੀ ਨੌਕਰੀ ਕਰਦਾ,
ਤੇ ਨਾਲੇ ਸਰਕਾਰੀ ਨੌਕਰੀਆਂ ਮਿਲੀਆਂ ਕਿਤੇ ਸੌਖੀਆਂ ਨੇ ਅੱਜ ਕੱਲ। ਇਹ ਤਾਂ ਠੀਕ ਹੈ ਜੀ। ਦੇਖੋ ਅੰਕਲ ਜੀ, ਬਹੁਤੀਆਂ ਗੱਲਾਂ ਕਰਨ ਦੀ ਮੈਨੂੰ ਆਦਤ ਨਹੀਂ ਹੈਗੀ, ਬਾਕੀ ਕੁੜੀ ਮੈਨੂੰ ਉਹ ਚਾਹੀਦੀ ਹੈ ਜਿਹੜੀ ਮੇਰੀ ਤੇ ਮੇਰੇ ਮਾਪਿਆਂ ਦੀ ਸੇਵਾ ਕਰੇ। ਕਰੂ ਪੁੱਤ, ਜ਼ਰੂਰ ਸਾਡੀ ਧੀ ਰਾਣੀ, ਜ਼ਰੂਰ ਕਰੂ ਸੇਵਾ। ਹਾਂਜੀ, ਰੂਹ ਨਾਲ ਕਰੂਗੀ ਸੇਵਾ। ਬੋਲਿਆ ਕਰੂੰਗੀ ਜੀ। ਪੁੱਤ ਸ਼ਾਲੂ, ਜੇ ਤੂੰ ਕੋਈ ਕੁੜੀ ਨਾਲ ਕੱਲਿਆਂ ਗੱਲਬਾਤ ਕਰਨੀ ਹੈ ਤਾਂ। ਮਿੰਨੀ ਪੁੱਤਰ, ਤੂੰ ਸ਼ਾਲੂ ਬੇਟਾ ਜੀ ਨੂੰ ਆਪਣਾ ਕਮਰਾ ਤਾਂ ਦਿਖਾ। ਚਲ ਜਾਓ ਬੇਟਾ ਜੀ। ਤੁਹਾਨੂੰ ਕਿੱਦਾਂ ਲੱਗੀ ਭੈਣ ਜੀ? ਲੱਗਦਾ ਹਾਕੀ ਖੇਡਣ ਲਈ ਰੱਖੀ ਆ ਫਿਰ। ਨਹੀਂ, ਮੁੰਡੇ ਕੁੱਟਣ ਲਈ। ਕੀ? ਨਾਲ ਦੇ ਪਿੰਡ ਦਾ ਮੁੰਡਾ ਛੇੜਦਾ ਸੀ ਮੈਨੂੰ, ਉਹਨੂੰ ਕੁੱਟਿਆ ਸੀ ਹਾਕੀ ਨਾਲ। 16 ਟਾਂਕੇ ਲੱਗੇ ਸੀ। ਫੇਰ ਕੀ? ਮਿੰਨੀ ਦੇ ਨਾਂ ਦੀ ਇੰਨੀ ਦਹਿਸ਼ਤ ਹੋ ਗਈ ਕਿ ਮੈਨੂੰ ਦੇਖ ਕੇ ਮੁੰਡੇ ਭੱਜਣ ਲੱਗ ਗਏ। ਉਹਦੇ ਬਾਅਦ ਇਹਦੀ ਲੋੜ ਹੀ ਨਹੀਂ ਪਈ। ਚੱਲ ਛੱਡ। ਉਹ ਤੂੰ ਬਾਹਰ ਕੀ ਕਹਿ ਰਿਹਾ ਸੀ? ਕਿ ਕੁੜੀ ਉਹ ਚਾਹੀਦੀ ਹੈ ਜਿਹੜੀ ਤੇਰੀ ਤੇ ਤੇਰੇ ਘਰਦਿਆਂ ਦੀ ਸੇਵਾ ਕਰੇ ਜੀ। ਕਿਉਂ? ਮਹਾਰਾਜਾ ਪਟਿਆਲਾ ਦੇ ਖਾਨਦਾਨ ਤੋਂ ਹੈ, ਕੁੜੀ ਵਿਆਹਣੀ ਹੈ ਕਿ ਨੌਕਰਾਣੀ? ਜੀ ਗਲਤੀ ਹੋ ਗਈ। ਹੁਣ ਬਾਹਰ ਜਾ ਕੇ ਆਪ ਰਿਸ਼ਤੇ ਨੂੰ ਨਾ ਕਰ ਦੇ, ਨਹੀਂ ਤਾਂ ਜੇ ਮੈਂ ਨਾ ਕਹਾਂਗੀ ਤੇ ਐਵੇਂ ਤੇਰੀ ਬੇਇੱਜ਼ਤੀ ਹੋ ਜੂ। ਠੀਕ ਹੈ? ਚੱਲ ਠੀਕ ਹੈ ਜੀ। ਭੈਣ ਜੀ, ਦੁਪੱਟਾ ਸਿਰ ਤੇ ਲੈ ਲਓ ਪਲੀਜ਼। ਅੱਛਾ, ਸਤਿ ਸ਼੍ਰੀ ਅਕਾਲ। ਮੰਮੀ ਮੰਮੀ, ਚਲੋ ਇੱਥੋਂ, ਮੇਰਾ ਇਸ ਕੁੜੀ ਦਾ ਖਿਆਲ ਨਹੀਂ ਮਿਲਦਾ। ਕੀ ਹੋ ਗਿਆ ਬੇਟੇ? ਚਲੋ ਇੱਥੋਂ। ਪੁੱਛੋ ਇਹਨੂੰ ਕੀ ਹੋਇਆ। ਕੀ ਹੋ ਗਿਆ? ਮੇਰੀ ਗੱਲ ਤਾਂ ਸੁਣੋ ਰਾਜੀ, ਮੇਰਾ ਸੁਣੋ ਤਾਂ ਸਹੀ। ਇਸ ਕੁੜੀ ਨੇ ਤਾਂ ਬਹੁਤ ਪੀ ਲਿਆ। ਤੂੰ ਕੀ ਕਹਿ ਕਲੈਣੀ ਇਹਨਾਂ ਨੂੰ? ਹੈ ਕੁਛ ਨਹੀਂ ਕਿਹਾ। ਛੋਟਾ ਕਿੱਥੇ ਹੈ? ਛੋਟਾ ਕਿੱਥੇ ਹੈ, ਅੰਦਰ ਬੰਦ ਹੈ ਨਸ਼ੇੜੀ। ਕੰਜਰਾ, ਤੇਰੇ ਕਰਕੇ ਮੈਨੂੰ ਵਿਆਹ ਦੇ ਰਿਸ਼ਤੇ ਮੋੜਨੇ ਪੈਂਦੇ ਨੇ। ਇਹ ਤਾਂ ਚਾਹੁੰਦੇ ਨੇ ਕਿ ਮੈਨੂੰ ਛੇਤੀ ਘਰੋਂ ਤੋਰਨ। ਤੂੰ ਨਸ਼ੇ ਛੱਡਨੇ ਨਹੀਂ ਤੇ ਸਾਡੀ ਜ਼ਮੀਨ ਦੇ ਮਾਲਕ ਇਹਨਾਂ ਨੇ ਬਣ ਜਾਣਾ। ਮੈਂ ਤਾਂ ਨਸ਼ੇ ਛੱਡਨੇ ਚਾਹੁੰਦਾ, ਪਰ ਨਸ਼ੇ ਵੇਚਣ ਵਾਲਾ ਮੈਨੂੰ ਨਹੀਂ ਛੱਡਦਾ। ਤੂੰ ਦੱਸੀ ਮੈਨੂੰ, ਕੌਣ ਤੈਨੂੰ ਨਸ਼ੇ ਵੇਚਦਾ? ਗਿੱਟੇ ਭੰਦੂ ਦੇ ਹਾਕੀ ਨਾਲ ਤੂੰ ਨਹੀਂ ਚਾਹੁੰਦਾ ਕਿ ਤੂੰ ਨਸ਼ੇ ਛੱਡੇ ਤੇ ਮੈਂ ਕਿਸੇ ਚੰਗੇ ਜਿਹੇ ਮੁੰਡੇ ਨਾਲ ਵਿਆਹ ਕਰਾਵਾਂ। ਵਿਆਹ ਕਰਵਾਉਣਾ ਤੇ ਕੱਲ ਕਰਵਾਉਣਾ, ਅੱਜ ਕੀ ਨਹੀਂ ਹੈ ਮੇਰੇ ਕੋਲ? ਲੀਜ਼ਾ, ਪੈਸਾ, ਜਾਇਦਾਦ, ਵੱਡਾ ਘਰ। ਬਸ ਸੱਚਾ ਪਿਆਰ ਹੀ ਨਹੀਂ ਮਿਲਿਆ ਕਦੇ। ਹਾਊ ਸਵੀਟ। ਪੈਸਾ, ਜਾਇਦਾਦ, ਵੱਡਾ ਘਰ, ਕਾਰਾਂ, ਪਰ ਸੱਚਾ ਪਿਆਰ ਨਹੀਂ ਮਿਲਿਆ ਕਦੇ। Excuse me sir, may I interrupt for a second? Bako, your card is not working. Beta machine check karo. Oh. Dad. Haan ji dad. Putr ji, hun tak ta shayad tonu pata chal hi gaya hona hai.
ਕਿ ਤੁਹਾਡਾ ਕ੍ਰੈਡਿਟ ਕਾਰਡ ਬੰਦ ਹੋ ਗਿਆ। ਸੋ ਮਿਹਰਬਾਨੀ ਕਰਕੇ ਆਪਣੇ ਨਲਾਇਕ ਭਰਾ ਨੂੰ ਨਾਲ ਲੈ ਕੇ ਛੇਤੀ ਤੋਂ ਛੇਤੀ ਘਰ ਪਹੁੰਚੋ। ਐਕਸਕਿਊਜ਼ ਮੀ, ਯੂ ਨੋ ਵਾਟ, ਆਈ ਐਮ ਬਾਲਬਿਨੀ ਅਗੇਨ ਵਦੀ ਹੈ ਜੀ, ਆਈ ਐਮ ਜਸਟ ਕਮਿੰਗ। ਡੈਡ, ਮੈਂ ਪੁੱਛ ਸਕਦਾ ਮੇਰਾ ਕਾਰਡ ਕਿਉਂ ਬੰਦ ਕਰਾਤਾ ਤੁਸੀਂ? ਸਾਡਾ, ਸੌਰੀ, ਸਾਡਾ ਕਾਰਡ ਕਿਉਂ ਬੰਦ ਕਰਾਤਾ? ਹੈ, ਬੰਦ ਕਰਨਾ ਪਿਆ ਕਿਉਂਕਿ ਮੈਨੂੰ ਲੱਗਿਆ ਕਿ ਤੁਹਾਡਾ ਇਹ ਖੇਡ ਤਮਾਸ਼ਾ ਹੁਣ ਬੰਦ ਹੋਣਾ ਤੇ ਹੈ ਨਹੀਂ। ਸੋ ਟਾਈਮ ਆ ਗਿਆ ਕਿ ਆਪਾਂ ਫੇਸ ਟੂ ਫੇਸ ਗੱਲ ਕਰੀਏ। ਗੱਲ ਇਹ ਹੈ ਕਿ ਜੇ ਤੁਸੀਂ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੀ ਇੱਕ ਸ਼ਰਤ ਮੰਨੋ। ਸ਼ਰਤ ਸ਼ਰਤ ਕੋਈ ਨਹੀਂ ਮੰਨੀ ਡੈਡੀ, ਇਟਸ ਨਾਟ ਗੋਇੰਗ ਟੂ ਹੈਪਨ, ਰਾਈਟ? ਬੰਦੇ ਦੇ ਪੁੱਤ ਬਣ ਜਾਓ, ਸੁਣਿਆ ਮੈਂ ਕੀ ਕਿਹਾ, ਨਹੀਂ ਤਾਂ ਆਪਣਾ ਟਿੰਡ ਫੌੜੀ ਚੱਕੋ ਤੇ ਤਿੱਤਰ ਹੋ ਜਾਓ। ਡੈਡ, ਜੇ ਮਜ਼ਾਕ ਹੈ ਨਾ ਤਾਂ ਮੈਨੂੰ ਇਹ ਜਿਹਾ ਮਜ਼ਾਕ ਬਿਲਕੁਲ ਪਸੰਦ ਨਹੀਂ। ਓਕੇ, ਮਜ਼ਾਕ ਹੀ ਤਾਂ ਕਰ ਰਹੇ ਡੈਡੀ ਯਾਰ, ਬੜਾ ਭੈੜਾ ਮਜ਼ਾਕ ਹੈ ਯਾਰ। ਯੂ ਨੋ ਇਟਸ ਫਨੀ ਮੈਨ, ਬਹੁਤ ਨਾਟੀ ਨਹੀਂ। ਲੁੱਕ ਜੈਂਟਲਮੈਨ, ਆਈ ਐਮ ਸੀਰੀਅਸ। ਸਾਰਾ ਆਸਟ੍ਰੇਲੀਆ ਨਾ ਸਾਨੂੰ ਦੋਹਾਂ ਨੂੰ ਅਡਾਪਟ ਕਰਨ ਨੂੰ ਫਿਰਦਾ। ਓਕੇ ਓਕੇ ਆਊਟ। ਸਾਨੂੰ ਇਸ ਘਰ ਤੋਂ ਕੁਝ ਨਹੀਂ ਚਾਹੀਦਾ ਹੁਣ, ਅਸੀਂ ਆਪਣੀ ਦੁਨੀਆ ਵਾਪਸ ਆਵਾਂਗੇ। ਹੋਰ ਔੜੀ ਜਬੀ ਲੈ ਲਈ, ਲੈ ਲਈ, ਗੁੱਡ। ਖਬਰਦਾਰ, ਜੇ ਇਸ ਘਰ ਦੀ ਕੋਈ ਇੱਕ ਵੀ ਚੀਜ਼ ਲੈ ਕੇ ਗਏ ਤਾਂ ਗਿਵ ਇਟ ਡਾਊਨ ਔਰ ਨਾਲੇ ਕੰਨ ਖੋਲ ਕੇ ਸੁਣ ਲਓ, ਅੱਜ ਤੋਂ ਇਸ ਘਰ ਦੀਆਂ ਪੱਕੀਆਂ ਵੀ ਬੰਦ। ਇੱਕ ਗੱਲ ਯਾਦ ਰੱਖਿਓ ਡੈਡ, ਮੁੜ ਕੇ ਮੰਮੀ ਦੀ ਸੌਂਹ ਖਵਾ ਕੇ ਵਾਪਸ ਸੱਦਣ ਦੀ ਕੋਸ਼ਿਸ਼ ਨਾ ਕਰਿਓ। ਅਸੀਂ ਹੁਣ ਇਸ ਘਰ 'ਚ ਕਦੀ ਵਾਪਸ ਨਹੀਂ ਆਉਣਾ। ਹੁਣ ਜਾਓਗੇ ਕਿ ਥੱਲੇ ਤੱਕ ਛੱਡ ਕੇ ਆਵਾਂ? ਵੀਰੇ ਯਾਰ, ਬੜੀ ਭੁੱਖ ਲੱਗ ਰਹੀ ਯਾਰ, ਕੋਈ ਖਵਾ ਦੇ ਯਾਰ। ਤੇ ਮੈਨੂੰ ਨਹੀਂ ਲੱਗੀ ਆਈ ਵਾਰੇ, ਉਹ ਪੈਸੇ ਹੈ ਨਹੀਂ, ਮੈਂ ਕੀ ਕਰਾਂ। ਇੱਕੋ ਥਾਂ ਤੋਂ ਮਿਲ ਸਕਦਾ ਉੱਥੇ, ਆ ਜਾ। ਖਾਓ। ਕੀ ਹੋਇਆ? ਬੜੀ ਛੇਤੀ ਮੁੜੇ ਆਏ? ਐਵੇਂ ਨਹੀਂ ਆ ਗਏ, ਮਰਨ ਤੋਂ ਪਹਿਲਾਂ ਵਚਨ ਦਿੱਤਾ ਸੀ ਮੰਮੀ ਨੂੰ, ਕਦੀ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ। ਬਸ ਬਸ, ਖਾ ਤੂੰ, ਕੁਛ ਨਹੀਂ ਕਹਿੰਦੇ ਡੈਡੀ। ਇਹ ਤੇ ਇਮੋਸ਼ਨਲ ਜੀ ਗੱਲ ਹੋ ਗਈ ਏ। ਚੁੱਪ ਕਰੋ ਭੋਲਿਆ, ਇਹ ਜਿੰਨੇ ਚਲਾਕ ਨੇ ਤੂੰ ਉਨਾ ਹੀ ਭੋਲਾ ਹੈ। ਕੰਬਖਤੋ, ਤੁਹਾਨੂੰ ਕਿਹਾ ਸੀ ਨਾ ਕਿ ਅੱਜ ਤੋਂ ਇਸ ਘਰ ਦੀਆਂ ਰੋਟੀਆਂ ਤੁਹਾਡੇ ਲਈ ਖਤਮ ਨੇ। ਚੁੱਪ ਕਰੋ। ਵੈਸੇ ਹੁਣ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਹੈ ਕਿ ਪੈਸੇ ਬਿਨਾਂ ਤੁਹਾਡੀ ਕੋਈ ਬੁਕਤ ਨਹੀਂ। ਨਾਲੇ ਇੱਕ ਗੱਲ ਕੰਨ ਖੋਲ ਕੇ ਸੁਣੋ, ਆਸਟ੍ਰੇਲੀਆ ਵਿੱਚ ਤੁਹਾਨੂੰ ਕੋਈ ਵੀ ਅਡੋਪਟ ਕਰਨ ਵਾਲਾ ਨਹੀਂ ਹੈ। ਚਲੋ ਕੱਲ ਆਫਿਸ ਜਾਓ, ਇੱਕ ਬਹੁਤ ਜ਼ਰੂਰੀ ਕੰਮ ਹੈ ਤੁਹਾਡੇ ਲਈ, ਜੇ ਕਰ ਗਏ ਤਾਂ ਠੀਕ ਹੈ, ਨਹੀਂ ਤਾਂ ਨਹੀਂ ਤਾਂ ਨਹੀਂ ਤਾਂ ਕਿਹਾ ਨਾ ਆਫਿਸ ਜਾਓ। ਆ ਕੀ ਚੱਕਰ ਬੋਲਿਆ? ਕਿਹੜਾ ਕੰਮ ਕਰਨ ਨੂੰ ਕਹਿੰਦੇ?
ਇੰਨਾ ਤਾਂ ਮੈਨੂੰ ਪਤਾ ਨਹੀਂ, ਮੈਨੂੰ ਬਸ ਇੰਨਾ ਪਤਾ ਕਿ ਪੰਜਾਬ ਜਾਣ ਬਾਰੇ ਗੱਲ ਹੋ ਰਹੀ ਸੀ। ਪੰਜਾਬ ਪੰਜਾਬ ਆਸਟ੍ਰੇਲੀਆ ਨੇ ਤਾਂ ਸਾਡੇ ਜਲਵੇ ਦੇਖ ਲਏ, ਹੁਣ ਹੁਣ ਪੰਜਾਬ ਵੀ ਵੇਖ ਸਾਡੇ ਜਲਵੇ, ਮਿੱਟੀ ਵਾਜਾਂ ਮਾਰਦੀ। ਵਾਹ ਜੀ ਵਾਹ, ਨਾਲੇ ਪੰਜਾਬ ਨੂੰ ਬਹੁਤ ਲੋੜ ਆ ਸਾਡੇ ਵਰਗੇ ਰੋਲ ਮਾਡਲਸ ਦੀ। ਤੂੰ ਚੱਕਣੇ ਨਹੀਂ ਸੀ, ਮੈਂ ਸੋਚਿਆ ਮੈਂ ਆਪ ਹੀ ਮਿਲਿਆ ਵਾ, ਚੱਲ ਘਰ ਚੱਲੀਏ। ਨਹੀਂ ਮੰਮਾ, ਮੈਂ ਜਿੱਥੇ ਰਹਿ ਰਹੀ ਹਾਂ ਖੁਸ਼ ਹਾਂ। ਪੁੱਤ ਮੈਂ ਮੰਨਦੀ ਹਾਂ ਡੈਡੀ ਨਾਲ ਤੇਰਾ ਝਗੜਾ ਹੋਇਆ, ਉਹ ਉਹਨਾਂ ਦੀ ਗਲਤੀ ਸੀ। ਤੁਸੀਂ ਮੰਨ ਰਹੇ ਹੋ ਕਿ ਡੈਡੀ ਦੀ ਗਲਤੀ ਸੀ, ਡੈਡੀ ਨੇ ਕਦੇ ਮੰਨਿਆ? ਮੈਂ ਖੁਸ਼ ਹਾਂ ਮੰਮਾ, ਬਾਏ। ਮਹਿਲਾ ਵਰਗੀ ਕੋਠੀ ਛੱਡ ਕੇ ਕਿੱਥੇ ਪੇਇੰਗ ਗੈਸਟ ਬਣੀ ਬੈਠੀ ਹੈ ਸ਼ੇਰੂ? ਪੇਇੰਗ ਗੈਸਟ ਓਨਲੀ ਫੋਰ ਕੁੜੀਆਂ, 3500 ਰੁਪਏ ਪਰ ਕੁੜੀ, ਪੈਸੇ ਸਾਰੇ ਸਾਲ ਦੇ ਐਡਵਾਂਸ ਲਵਾਂਗੇ। ਐਂ ਕੀ ਮੁੰਡੇ, ਉਹ ਵੀ ਸਾਡੇ ਪੀਜੀ 'ਚ? ਉਹ ਤੇਰਾ ਦਿਮਾਗ ਤਾਂ ਖਰਾਬ ਹੋਏ, ਤੈਨੂੰ ਸ਼ੇਰੂ ਭਾਈ ਦਾ ਪਤਾ ਨਹੀਂ ਹੈਗਾ? ਉਹ ਸ਼ੇਰੂ ਭਾਈ ਤੋਂ ਡਰਦਿਆਂ ਤੇ ਇੱਧਰ ਮੇਲ ਪਰਿੰਦਾ ਪਰ ਨਹੀਂ ਮਾਰਦਾ, ਤੂੰ ਮੁੰਡਿਆਂ ਦੀ ਗੱਲ ਕਰਦਾ ਛੋਟੇ? ਜਿੱਦਾਂ ਦੀ ਤੂੰ ਗੱਲ ਕੀਤੀਆਂ ਨਾ, ਜੇ ਸ਼ੇਰੂ ਭਾਈ ਨੂੰ ਪਤਾ ਲੱਗ ਗਿਆ ਨਾ ਤਾਂ ਮਾਰ ਮਾਰ ਚਪੇੜਾਂ ਤੇਰੀ ਗੱਲ ਲਾਲ ਕਰ ਦੇਣਗੇ। ਨਾਲੇ ਗੱਲ ਸੁਣੋ, ਇਸ ਵੇਲੇ ਸ਼ੇਰੂ ਭਾਜੀ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਆਪਣੇ ਪਾਲਤੂ ਸ਼ੇਰਾਂ ਦੇ ਨਾਲ ਖੇਡ ਰਹੇ। ਰੂਬੀ ਜੀ, ਕੁਲਚੇ ਬਹੁਤ ਸਵਾਦ ਨੇ ਜੀ। ਦੇਖੋ ਆਪਣੇ ਪੀਜੀ ਦੇ ਵਿੱਚ 6-7 ਕੁੜੀਆਂ ਰਹਿ ਰਹੀਆਂ ਨੇ ਹੋਰ ਵੀ, ਪਰ ਪਤਾ ਨਹੀਂ ਕਿਉਂ ਮੇਰਾ ਦਿਲ ਬਾਰੀ ਬਾਰੀ ਤੁਹਾਡੇ ਨਾਲ ਬਹਿ ਕੇ ਖਾਣ ਨੂੰ ਕਰਦਾ ਰਹਿੰਦਾ। ਵੈਸੇ ਸ਼ੇਰੂ ਜੀ ਇੱਕ ਗੱਲ ਪੁੱਛਾਂ, ਤੁਸੀਂ ਮਾਈਂਡ ਤਾਂ ਨਹੀਂ ਕਰੋਗੇ? ਹੁਕਮ ਕਰੋ। ਤੁਹਾਡੀ ਸ਼ਕਲ ਤੁਹਾਡੇ ਦਾਦਾ ਜੀ ਨਾਲ ਮਿਲਦੀ ਨਹੀਂ, ਪਰ ਹਰਕਤਾਂ ਬਿਲਕੁਲ ਮਿਲਦੀਆਂ ਨੇ ਜੀ। ਕੀ ਮਤਲਬ? ਇਹ ਤਾਂ ਮਤਲਬ ਮੇਰੇ ਦਾਦਾ ਜੀ ਬਹੁਤ ਵੱਡੇ ਸ਼ਿਕਾਰੀ ਸੀਗੇ, ਉਹਨਾਂ ਨੇ ਗੋਲੀਆਂ ਮਾਰ ਮਾਰ ਸਾਰੀ ਦੁਨੀਆਂ ਦੇ ਸ਼ੇਰ ਖਤਮ ਕਰਤੇ। ਤੁਹਾਨੂੰ ਪਤਾ ਆਲਮੋਸਟ 1200-1400 ਸ਼ੇਰ ਬਾਕੀ ਰਹਿ ਗਏ, ਉਹ ਵੀ ਲੁਕ ਛੁਪ ਕੇ ਬਚੇ ਨੇ, ਨਹੀਂ ਤਾਂ ਦਾਦਾ ਜੀ ਨੇ ਉਹ ਵੀ
ਭੜੁੱਕ ਦੇਣੇ ਸੀ। ਇਹਦਾ ਮਤਲਬ ਤੁਸੀਂ ਵੀ ਸ਼ਿਕਾਰੀ ਹੋ? ਰੁਬੀ ਹੁਣ ਮੈਂ ਆਪਦੇ ਮੂੰਹ ਆਪਦੀ ਕੀ ਤਾਰੀਫ ਕਰਾਂ ਜੀ, ਜਾਣਦੇ ਆਪਦੇ ਮੂੰਹ ਆਪ ਹੀ ਮੀਆਂ ਮਿੱਠੂ ਵੰਡਣ ਵਾਲੀ ਗੱਲ ਹੈ ਜੀ। ਬਸ ਮੇਰੇ ਬਾਰੇ ਤਾਂ ਇਹ ਹੈ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੀ ਹੈ ਜੀ। ਜਾਣਦੇ ਹੁਣ ਮੈਂ ਕੀ ਦੱਸਾਂ, ਕੀ ਤਾਰੀਫ ਕਰਾਂ ਜੀ ਉਸਤਾਦ ਹੋਣਾ ਦੀ। ਉਸਤਾਦ ਹੋਣਾ ਨੇ ਕਈ ਵਾਰੀ ਬੰਦੂਕ ਚੱਕੀ ਆ, ਵਿੱਚ ਗੋਲੀਆਂ ਪਾਈਆਂ ਨੇ, ਜੰਗਲ 'ਚ ਗਏ ਨੇ। ਇੰਨੀ ਦਹਿਸ਼ਤ ਹੈ ਉਸਤਾਦ ਹੋਣਾ ਦੀ, ਇਹਨਾਂ ਨੂੰ ਵੇਖ ਕੇ ਸ਼ੇਰ ਲੁਕ ਜਾਂਦੇ। ਮੈਂ ਕਹਿੰਦਾ ਹੁਣ ਤੇ ਸ਼ੇਰ ਡਰ ਤੇ ਖੁੱਡ ਚੋਂ ਬਾਹਰ ਨਹੀਂ ਨਿਕਲਦੇ। ਬਸ ਰੂਬੀ ਜੀ ਉਸ ਤੋਂ ਬਾਅਦ ਤਾਂ ਬਸ ਅੱਜ ਗ੍ਰਾਂਤੇ ਵਾਲੇ ਸ਼ੇਰਾਂ ਨੂੰ ਦੇਖ ਕੇ ਸਬਰ ਕਰ ਲਈਦਾ ਜੀ। ਓ ਮਾਈ ਗੋਡ, ਤੁਸੀਂ ਇੰਨੇ ਗ੍ਰੇਟ ਹੋ, ਤੁਹਾਡੇ ਵਰਗਾ ਗ੍ਰੇਟ ਬੰਦਾ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੋਣਾ। ਥੈਂਕ ਯੂ, ਵੰਡਰਫੁਲ, ਡੂ ਇਟ, ਵੈਰੀ ਗੁੱਡ। ਪੈਰੀ ਮਿੰਨਾ ਡੈਡੀ ਜੀ, ਮੇਰਾ ਵੀ ਪੈਰੀ ਬਣਾ। ਦੇਖਿਆ, ਸਿਰਫ ਛਿੱਤਰਾਂ ਦੀ ਘਾਟ ਸੀ, 25 ਸਾਲਾਂ ਵਿੱਚ ਅੱਜ ਇਹਨਾਂ ਨੇ ਪਹਿਲੀ ਵਾਰ ਮੈਨੂੰ ਵਿਸ਼ ਕੀਤਾ ਹੈ। ਲੈ, ਅੱਜ ਤੋਂ ਮੈਂ ਤੁਹਾਨੂੰ ਰੋਜ਼ ਵਿਸ਼ ਕਰਿਆ ਕਰੂੰਗਾ। ਉਹ ਸੌਰੀ ਯਾਰ, ਅੱਜ ਤੋਂ ਅਸੀਂ ਦੋਵੇਂ ਨਾ ਤੁਹਾਨੂੰ ਰੋਜ਼ ਵਿਸ਼ ਕਰਿਆ ਕਰਾਂਗੇ, ਬਸ ਤੁਸੀਂ ਉਹ ਸ਼ਰਤ ਵਾਲੀ ਗੱਲ ਭੁੱਲ ਜਾਓ। ਤੁਹਾਡੀਆਂ ਫਾਲਤੂ ਗੱਲਾਂ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈ। ਸ਼ਰਤ ਸੁਣੋ, ਸ਼ਰਤ ਦੇ ਮੁਤਾਬਿਕ ਤੁਸੀਂ ਕੱਲ੍ਹ ਪੰਜਾਬ ਜਾ ਰਹੇ ਹੋ। ਪੰਜਾਬ? ਤੇ ਇੱਕ ਮਹੀਨੇ ਵਿੱਚ 30 ਲੱਖ ਰੁਪਿਆ ਕਮਾਓਗੇ। 30 ਲੱਖ? ਯੈਸ। ਓਕੇ, ਜੇ ਇੱਕ ਮਹੀਨੇ ਵਿੱਚ 30 ਲੱਖ ਰੁਪਿਆ ਨਹੀਂ ਕਮਾ ਸਕੇ ਤੇ ਮੈਂ ਸਮਝਾਂਗਾ ਕਿ ਤੁਸੀਂ ਮੇਰੇ ਬਿਜ਼ਨਸ ਸੰਭਾਲਣ ਦੇ ਕਾਬਿਲ ਨਹੀਂ ਹੋ, ਤੇ ਸਭ ਕੁਝ ਆਟੋਮੈਟਿਕਲੀ ਚੈਰੀਟੇਬਲ ਟਰੱਸਟ ਨੂੰ ਚਲਾ ਜਾਏਗਾ ਤੇ ਇਸ ਦਾ ਕੇਅਰ ਟੇਕਰ ਹੋਏਗਾ ਰੋਹਿਤ। ਸਰ ਮੈਂ? ਯੈਸ ਮਾਈ ਸਨ। ਸਨ? ਸਨ ਤੇ ਅਸੀਂ ਆ ਪਾਪਾ, ਆਪਣੇ ਤੋਂ ਆਪਣੇ ਉੱਤੇ ਪਾਪਾ। ਚਲੋ ਮਿੱਠੀ ਪਾਓ ਡੈਡ, ਇੱਕ ਇੱਕ ਠੰਡੀ ਬੀਅਰ ਮੰਗਾਓ, ਫਿਰ ਗੱਲ ਕਰਦੇ ਹਾਂ। ਦੇਖੋ, ਸਟ੍ਰੈਟਜੀ ਬਣਾ ਲਓ ਕਿ ਪੈਸਾ ਕਿਵੇਂ ਕਮਾਉਣਾ ਹੈ, ਕਿਉਂਕਿ ਵਾਪਸੀ ਦੀ ਟਿਕਟ ਤਾਂ ਮੈਂ ਤੁਹਾਡੀ ਭੇਜਣੀ ਨਹੀਂ। ਕਿਤੇ ਐਵੇਂ ਨਾ ਹੋਵੇ ਪੰਜਾਬ ਦੇ ਕਿਸੇ ਹਾਤੇ ਵਿੱਚ ਦੋਵੇਂ ਤੁਸੀਂ ਠੰਡੀ ਬੀਅਰ ਵੇਚਦੇ ਫਿਰੋ। ਹੁਣ ਤੁਸੀਂ ਜਾ ਸਕਦੇ ਹੋ। ਹਾਂਜੀ, ਨਾਓ ਯੂ ਗੈਟ ਆਊਟ। ਚੱਲ ਬਈ ਯਾਰ, ਆਪਣੀ ਬੇਇੱਜ਼ਤੀ ਨਹੀਂ ਹੋ ਰਹੀ? ਬਹੁਤ ਸੋਚਣਾ ਪੈਣਾ ਕੁਝ। ਡੈਡੀ ਜੀ। ਯੈਸ, ਹੁਣ ਕੀ ਹੋਇਆ? ਡੈਡੀ, ਡੈਡੀ ਸਤਿ ਸ਼੍ਰੀ ਅਕਾਲ। ਆਓ ਜੀ ਪੁੱਤਰ ਜੀ, ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ। ਹਾਂ ਕਰੋ। ਡੈਡੀ ਮੈਂ ਤਾਂ ਆਸ਼ੀਰਵਾਦ ਲੈਣਾ ਸੀ ਡੈਡੀ, ਤੁਸੀਂ ਮੈਨੂੰ ਆਸ਼ੀਰਵਾਦ ਹੀ ਨਹੀਂ ਦਿੱਤਾ, ਮੇਰਾ ਦਿਨ ਹੀ ਨਹੀਂ ਵਧੀਆ ਨਿਕਲਦਾ ਡੈਡੀ। ਜੋ ਕਹਿਣਾ ਹੈ ਸੋ ਕਹੋ, ਜ਼ਿਆਦਾ ਡਰਾਮੇ ਨਾ ਕਰੋ। ਡਰਾਮਾ? ਡਰਾਮਾ ਤਾਂ ਰੋਬੀ ਭਾਈ ਕਰਦਾ ਡੈਡੀ। ਮੈਂ ਸੋਚ ਰਿਹਾ ਸੀ ਕਿ ਮੈਂ ਕਿਹਨਾਂ ਨਾਲ ਲੈ ਕੇ ਨਾ, ਤੁਹਾਨੂੰ ਸਮਝ ਹੀ ਨਹੀਂ ਸਕਿਆ ਅੱਜ ਤੱਕ। ਇੰਨੀ ਮਿਹਨਤ ਕਰਕੇ ਤੁਸੀਂ ਇਹ ਸਾਰਾ ਅੰਪਾਇਰ ਖੜਾ ਕੀਤਾ ਤੇ ਉਹ ਛੋਟਾ ਸਾਰਾ ਕੁਛ ਉਜਾੜ ਰਿਹਾ। ਮੈਂ ਛੋਟਾ ਤਾਂ ਹੁੰਦਾ ਸੀ ਡੈਡੀ, ਦੁੱਧ ਪੀਂਦਾ ਸੀ, ਉਹਨੇ ਮੈਨੂੰ ਬੇਲ ਬੁਲਾਤੀ ਡੈਡੀ, ਸਾਰੀ ਗਲਤੀ ਤਾਂ ਹੋਣੀ ਡੈਡੀ। ਮੈਂ ਉਹਨੂੰ ਕਿਹਾ ਮੈਂ ਡੈਡੀ ਵਾਂਗੂ ਜੈਂਟਰ ਮੈਂ ਬਣਨਾ ਹੈ, ਜਸਟ ਲਾਈਕ ਡੈਡੀ। ਉਹ ਮੈਨੂੰ ਜੈਂਟਰ ਮੈਨ ਕਲੱਬ ਲੈ ਗਿਆ ਡੈਡੀ। ਹਾਂ, ਪਰ ਇਹ ਸਾਰਾ ਕੁਝ ਨਾ ਆਪਣੇ ਲਾਡ ਪਿਆਰ ਦਾ ਨਤੀਜਾ। ਪਰ ਤੁਸੀਂ ਬਹੁਤ ਵਧੀਆ ਕੀਤਾ, ਆਪਾਂ ਉਹਨੂੰ ਪੰਜਾਬ ਭੇਜਦੇ ਹਾਂ। ਡੈਡੀ ਮੈਂ ਜਾਣਾ, ਡੈਡੀ ਮੈਂ ਜਾਣਾ ਪੰਜਾਬ ਡੈਡੀ। ਨਾਲੇ ਦੋ ਪੁੱਤਰ ਹੁੰਦਾ ਉਹ ਤੇ ਫਾਇਦਾ, ਇੱਕ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੂਗਾ, ਇੱਕ ਪੰਜਾਬ ਜਾ ਕੇ ਸ਼ਰਤ ਪੂਰੀ ਕਰ ਦੂਗਾ। ਡੈਡੀ ਤੁਹਾਨੂੰ ਤਾਂ ਯਾਦ ਹੋਣਾ ਡੈਡੀ, ਮੈਂ ਨਿੱਕੇ ਤੇ ਸੀਗਾ, ਮੰਮੀ ਤੁਹਾਨੂੰ ਮੇਰੇ ਕੋਲ ਛੱਡ ਕੇ ਗਈ ਕਿ ਡੈਡੀ ਦਾ ਖਿਆਲ ਰੱਖਣਾ।
ਜੇ ਮੈਂ ਪੰਜਾਬ ਚਲ ਗਿਆ ਤਾਂ ਤੁਹਾਡਾ ਖਿਆਲ ਕੋਲ ਰੱਖੀਏ ਡੈਡੀ ਮੰਮੇ ਮੰਮੇ ਹੋ ਗਿਆ ਹਾਂਜੀ ਹੁਣ ਤੁਸੀਂ ਪੰਜਾਬ ਜਾਣ ਦੀ ਤਿਆਰੀ ਕਰੋ ਮੈਂ ਵੀ ਬੁੱਧਵਾਰ ਦਾ ਨਜ਼ਾਰੇ ਕੁਛ ਹੋਰ ਹੈ ਲਓ ਉਸਤਾਦ ਜੀ ਹੁਣੇ ਵੇਖਿਓ ਤੁਸੀਂ ਬਸ 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 ਵੈਸੇ ਉਸਤਾਦ ਜੀ ਦਾਰਾ ਸਿੰਘ ਤੋਂ ਬਾਅਦ ਤੁਹਾਡੀਆਂ ਪਿੰਨੀਆਂ ਵੇਖੀਆਂ ਆਹ ਰੱਖ ਕਰੋ ਰਾਮਨਾ ਰਾਮਨਾ ਸ਼ੇਰੂ ਜੀ ਅੱਜ ਮੈਂ ਤੁਹਾਡੇ ਲਈ ਚੰਦੂ ਦੇ ਸਮੋਸੇ ਲੈ ਕੇ ਆਈ ਹਾਂ ਓ ਅੱਛਾ ਜੀ ਜੇ ਨਾਲ ਬਾਲੂਸ਼ਾਹੀ ਵੀ ਹੋ ਜਾਂਦੀ ਸਮੋਸੇ ਬਹੁਤ ਸੋਹਣੇ ਨੇ ਜੀ ਕੀ ਮੇਰਾ ਮਤਲਬ ਸਵਾਦ ਨੇ ਅੱਛਾ ਸ਼ੇਰੂ ਜੀ ਸਮੋਸਿਆਂ ਨੂੰ ਲੈ ਕੇ ਤੁਹਾਡੀ ਲਾਈਫ 'ਚ ਕੋਈ ਕਿੱਸਾ ਨਹੀਂ ਹੈਗਾ ਇਹ ਕਿੱਦਾਂ ਹੋ ਸਕਦਾ ਛੋਟੂ ਪੁੱਤਰੀ ਬਥੇਰ ਮੈਨੇ ਬਾਅਦ ਵਿੱਚ ਖਾ ਲਈ ਸੁਣੋ ਕੀ ਕਿੱਸਾ ਸੁਣਾਵਾ ਜੀ ਪਹਿਲਵਾਨੀ ਸਮੇਂ ਉਸਤਾਦ ਜੀ 30-35 ਸਮੋਸੇ ਇਕੱਠੇ ਹੀ ਖਾ ਜਾਂਦੇ ਸੀ ਸੱਚੀ ਸਮੋਸੇ ਦੀ ਗੱਲ ਨਹੀਂ ਜੀ ਪਹਿਲਵਾਨੀ ਦੇਖੋ ਅੱਛਾ ਸ਼ੇਰੂ ਜੀ ਫਿਰ ਤੁਸੀਂ ਪਹਿਲਵਾਨੀ ਕਿਉਂ ਛੱਡਤੀ ਜੀ ਉਹ ਬਸ ਜੀ ਪਿੰਡ ਦੇ ਸਰਪੰਚ ਨੇ ਰਿਕੁਐਸਟ ਇਸ ਤਰ੍ਹਾਂ ਕਰਤੀ ਦਰਅਸਲ ਨਾ ਪਿੰਡ ਦਾ ਕੋਈ ਮੁੰਡਾ ਮੈਂ ਛੱਡਿਆ ਨਹੀਂ ਸੀ ਜਿਹਦੀ ਲੱਤ ਬਾਂਹ ਤੋੜੀ ਨਾ ਹੋਵੇ ਅੱਛਾ ਜੀ ਹਾਂਜੀ ਹਾਂਜੀ ਚੱਕੋ ਫੋਨ ਚੱਕੋ ਹਾਂਜੀ ਪੀਜੀ ਫੋਰ ਕੁੜੀਆਂ ਹਾਂਜੀ 3500 ਰੁਪਏ ਪਰ ਬੱਚੀ ਜੀ ਪੈਸੇ ਸਾਲ ਦੇ ਸਾਰੇ ਇਕੱਠੇ ਲਵਾਂਗੇ ਹੈਲੋ ਪਤਾ ਨਹੀਂ ਕੌਣ ਸੀ ਜੀ ਇਸ ਤਰ੍ਹਾਂ ਕਿਤੇ ਬਿਜੀ ਚੱਲਦੇ ਹੁੰਦੇ ਨੇ ਲੱਗਦਾ ਹੈ ਗਲਤ ਫੋਨ ਲੱਗ ਗਿਆ ਸੀ ਮੈਂ ਚੱਕਦਾ ਲਓ ਜੀ ਦੇਖੋ ਗੱਲ ਕਿੱਦਾਂ ਕਰੀਦੀ ਹੈ ਕੌਣ ਬੋਲਦਾ ਬਾਈ ਬਰਾੜ ਉਹ ਜਿਹੜੀ ਕੋਠੀ 'ਚ ਬਹਿ ਕੇ ਤੂੰ ਫੋਨ ਸੁਣ ਰਿਹਾ ਉਹਦਾ ਮਾਲਕ ਹੈਲੋ ਹੈਲੋ ਰੇਂਜ ਦੀ ਪ੍ਰੋਬਲਮ ਹੈ ਹੈਲੋ 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 ਬਰਾੜ ਸਾਹਿਬ ਕੀ ਹਾਲ ਚਾਲ ਹੈ ਉਹ ਹਾਲ ਤਾਂ ਚੰਗਾ ਹੈ ਸ਼ੇਰੂ ਪਰ ਆ ਪਹਿਲਾਂ ਕੌਣ ਪੀਜੀ ਦੀਆਂ ਗੱਲਾਂ ਕਰ ਰਿਹਾ ਸੀ ਇਹ ਕਿੱਦਾਂ ਹੋ ਸਕਦਾ ਬਰਾੜ ਸਾਹਿਬ ਤੁਹਾਡੀ ਕੋਠੀ ਹੈ ਮੈਂ ਨੌਕਰ ਹਾਂ ਫਿਰ ਪੀਜੀ ਵਾਲੀ ਗੱਲ ਕਿੱਥੋਂ ਆ ਗਈ ਸ਼ੇਰੂ ਤੂੰ ਕਹਿ ਰਿਹਾ ਸੀਗਾ ਨਾ ਕਿ ਸਰਦਾਰ ਜੀ ਤੁਸੀਂ ਪੰਜਾਬ ਕਿਉਂ ਨਹੀਂ ਆਉਂਦੇ ਕੀ ਤੁਸੀਂ ਆ ਗਏ ਹੋ ਉਹ ਮੈਂ ਕਿੱਥੇ ਆ ਸਕਦਾ ਹਾਂ ਕੰਮ ਕਾਰ ਹੀ ਇੰਨਾ ਹੈ ਮੈਂ ਗਲਤੀ ਸਮਝ ਗਿਆ ਸੀ ਹਾਂ ਮੇਰੇ ਮੁੰਡੇ ਆ ਰਹੇ ਨੇ ਦੋਵੇਂ ਇੱਕ ਮਹੀਨੇ ਵਾਸਤੇ ਹੈ ਇੰਨੀ ਗਰਮੀ 'ਚ ਕੱਲ੍ਹ ਆ ਰਹੇ ਨੇ ਉਹ ਇੰਡੀਆ ਓਕੇ ਬਰਾੜ ਸਾਹਿਬ ਹੈਲੋ ਕੱਟਤਾ ਤੂੰ ਅੱਜ ਤੱਕ ਮੈਨੂੰ ਝੂਠ ਕਹਿੰਦਾ ਰਿਹਾ ਤੇ ਮੈਂ ਤੈਨੂੰ ਰੱਬ ਸਮਝਦੀ ਰਹੀ ਝੂਠਿਆ ਉਥਾ ਬੈਠੀ ਹੈ ਇਦੋਂ ਪਹਿਲਾਂ ਸੱਚਿਓ ਥੱਪੜ ਪਵੇ ਮੈਨੂੰ ਕੁਛ ਕਰਨਾ ਪੈਣਾ ਕੁਛ ਸੋਚ ਰੋਹਿਤ ਜੇ ਪੈਸਾ ਚਾਹੀਦਾ ਤੇ ਰੋਟੀ ਰੋਟੀ ਦਾ ਕੁਛ ਕਰਨਾ ਹੀ ਪੈਣਾ ਤੰਗ ਰਹਿੰਦੇ ਕੰਧਾਂ ਦੇ ਉੱਤੇ ਚਿਮੜੇ ਜਦੋਂ ਦੇ ਚਰਖੇ ਵਾਲੇ ਆ ਗਏ ਉਹ ਦਲੇਰ ਮਹਿੰਦੀ ਫੋਨ ਵੱਜ ਰਿਹਾ ਫੋਨ ਚੱਕ ਹੋਰੇ ਕਿਸੇ ਦਾ ਪ੍ਰੋਗਰਾਮ ਹੀ ਹੋਵੇ ਹੈਲੋ ਥੈਂਕ ਯੂ ਸ਼ੁਕਰ ਮਿਹਰਬਾਨੀ ਰੰਗਲਾ ਪੰਜਾਬ ਵਰਕਰਸ ਦੀ ਤਰਫ ਤੋਂ ਗੱਲ ਅਰਜ਼ ਕਰਿਆ ਜਨਾਬ ਮੈਂ ਕਿਹਾ ਭਾਜੀ ਸੌਂ ਲੱਗੇ ਕੈਟਰੀਨਾ ਕੈਫ ਦੀ
ਇੰਨਾ ਵਧੀਆ ਪ੍ਰੋਗਰਾਮ ਦੇਵਾਂਗੇ ਨਾ, ਤੁਸੀਂ ਦੇਖਦੇ ਰਹਿ ਜਾਓਗੇ। ਭਾਜੀ ਤੁਸੀਂ ਕਦੇ ਸਾਡਾ ਪ੍ਰੋਗਰਾਮ ਦੇਖਿਆ ਨਹੀਂ, ਦੇਖੋਗੇ ਕੀ ਸਾਲਿਓ, ਕਿਸੇ ਨੇ ਬੁੱਕ ਹੀ ਨਹੀਂ ਕੀਤਾ ਕਦੇ। ਮੇਰਾ ਮਤਲਬ ਭਾਜੀ ਬਹੁਤ ਵਧੀਆ ਪ੍ਰੋਗਰਾਮ ਕਰਾਂਗੇ। ਨੰਨੇ ਬਦਮਾਸ਼ ਨਾਲ ਗੱਲ ਕਰਾਓ। ਨੰਨਾ ਬਦਮਾਸ਼? ਉਹ ਭਾਜੀ ਕਿੰਨੇ ਵਾਰੀ ਕਿਹਾ ਨੰਨੇ ਬਦਮਾਸ਼ ਦਾ ਨੰਬਰ ਨਹੀਂ ਹੈ, ਨਹੀਂ ਹੈ, ਨਹੀਂ ਹੈ। ਇਹਦੀ ਭੈਣ ਦੇ ਨੰਨੇ ਬਦਮਾਸ਼ ਨੇ ਬੜਾ ਤੰਗ ਕੀਤਾ ਯਾਰ, ਜਿੱਦਾਂ ਦਾ ਫੋਨ ਲਿਆ ਨਾ ਸਾਲੇ ਨੰਨੇ ਬਦਮਾਸ਼ ਦੀ ਫੋਨ ਆ ਰਹੇ ਨੇ, ਆਪਣੇ ਪ੍ਰੋਗਰਾਮ ਦਾ ਕੋਈ ਫੋਨ ਹੀ ਨਾ ਯਾਰ। ਡਰਦੇ ਮਾਰੇ ਕਈ ਵਾਰੀ ਫੋਨ ਨੀ ਚੱਕਦੇ, ਤੁਸੀਂ ਬੰਦੇ ਚੱਕਣ ਦੀ ਗੱਲ ਕਰਦੇ ਹੋ। ਸੋਚ ਲਓ, ਇਸ ਕੰਮ ਬਦਲੇ 5 ਲੱਖ ਰੁਪਏ ਮਿਲੇਗਾ। 5 ਲੱਖ? 5, 1, 2, 3, 4 ਰੋਹਿਤ 5 ਲੱਖ? 5 ਲੱਖ? ਉਹ ਕੀ ਦੱਸਾਂ ਯਾਰ, ਚਾਹ ਦੇ ਕੰਮ ਚੋਂ ਤਾਂ ਚਾਹ ਜੋਗੇ ਪੈਸੇ ਨਹੀਂ ਬਚਦੇ। ਮੈਂ ਤੇ ਹੁਣ ਪਾਰਟ ਟਾਈਮ ਬਦਮਾਸ਼ੀ ਸ਼ੁਰੂ ਕਰ ਲਈ ਆ। ਆ ਡਾਇਲੌਗ ਸੁਣ ਜਰਾ, ਓਏ ਬਿੱਲੇ ਦੇ ਖੌਫ ਤੋਂ ਸਾਰੀ ਦੁਨੀਆ ਥਰ ਥਰ ਕੰਬੂ ਥਰ ਥਰ, ਜਿੱਥੇ ਬਿੱਲਾ ਖੜ ਜੂ ਉੱਥੇ ਬਿੱਲਾ ਬਿੱਲਾ ਹੋ ਜਾਣੀ। ਸਤਿ ਸ਼੍ਰੀ ਅਕਾਲ ਭਾਜੀ, ਬਿੱਲਾ ਬਦਮਾਸ਼ ਜੀ, ਉਸਤਾਦ ਨਾਲ ਗੱਲ ਕਰਨੀ ਸੀ ਜੀ। ਆ ਜਾਓ, ਆਪਣੀਆਂ ਗੱਲਾਂ ਬਾਅਦ ਚ ਕਰਦੇ, ਪਹਿਲਾਂ ਗਾਹਕ ਵੇਖ ਲਈਏ। ਮੁੰਡੇ ਵੇਖਣ ਚ ਕਿਹੋ ਜਿਹੇ ਨੇ? ਬਿੱਲਾ ਭਾਜੀ, ਇਹ ਤਾਂ ਨਹੀਂ ਪਤਾ ਵੀ ਮੁੰਡੇ ਦਿਸਦੇ ਕਿੱਦਾਂ ਦੇ ਨੇ, ਪਰ ਇੰਨਾ ਪੱਕਾ ਪਤਾ ਵੀ ਉਹਨਾਂ ਦੀ ਫਲਾਈਟ ਭਾਜੀ ਸ਼ਾਮ ਨੂੰ 4 ਵਜੇ ਉਤਰਨੀ ਹੈ। ਭਾਜੀ ਹੈਗੇ ਮੁੰਡੇ ਝੱਲੇ ਨੇ, ਪਰ ਸਮਝ ਆਪਦੇ ਆਪ ਨੂੰ ਬਹੁਤ ਜ਼ਿਆਦਾ ਸਮਾਰਟ ਨੇ ਭਾਜੀ। ਭਾਜੀ ਨਾਲੇ ਤੁਹਾਡਾ ਰੋਜ਼ ਦਾ ਕੰਮ ਹੈ, ਤੁਸੀਂ ਪਛਾਣ ਲੈਣੇ ਨੇ ਜਿਹੜੇ ਵੀ ਦੋ ਮੁੰਡੇ ਝੱਲੇ ਚ ਲੱਗੇ ਫੈਂਟ ਦਿਓ ਬਸ। ਬਿੱਲਾ ਭਾਜੀ ਇਹੋ ਜਿਹੀ ਦਹਿਸ਼ਤ ਪਾਓ, ਇਹੋ ਜਿਹੀ ਦਹਿਸ਼ਤ ਪਾਓ ਵੀ ਮੁੰਡੇ ਆਸਟ੍ਰੇਲੀਆ ਵਾਪਸ ਚਲੇ ਜਾਣ। ਉਹ ਤੂੰ ਚਿੰਤਾ ਨਾ ਕਰ, ਦੁੱਧ ਪੱਤੀ ਵਾਂਗਰ ਫੈਂਟ ਦੇਵਾਂਗੇ। ਠੀਕ ਆ ਭਾਜੀ, ਰੁਪਈਆ ਲੱਗੂ 1 ਲੱਖ। ਕਿੰਨਾ? 50,000। 3500 ਰੁਪਏ ਕੰਮ ਚੱਲੂ ਭਾਜੀ। ਹੈਂ, 3500? ਠੀਕ ਹੈ, ਪਰ 500 ਰੁਪਈਆ ਪੈਟਰੋਲ ਦਾ ਐਕਸਟਰਾ ਲੱਗੂ। ਡਨ ਭਾਜੀ, ਡਨ। ਆ ਲਓ ਫੜੋ ਐਡਵਾਂਸ ਭਾਜੀ, 1 ਮਿੰਟ ਗਿਣਨਾ ਭਾਜੀ। ਆ ਲਓ ਫੜੋ ਪੂਰੇ 500 ਰੁਪਈਆ ਭਾਜੀ ਐਡਵਾਂਸ, ਤੇ ਹੁਣ ਕੰਮ ਹੋਣਾ ਚਾਹੀਦਾ ਬਿੱਲਾ ਭਾਜੀ। ਮੈਂ ਕਿਹਾ ਚਿੰਤਾ ਨਾ ਕਰੋ ਜੀ, ਕੰਮ ਤੁਹਾਡਾ ਹੋ ਜੂ, ਤੁਸੀਂ ਨਿਕਲੋ। ਠੀਕ ਆ ਭਾਜੀ, ਅਸੀਂ ਚੱਲਦੇ ਹਾਂ। 1 ਮਿੰਟ, ਚਾਹ ਦੇ 12 ਰੁਪਈਏ। 1 ਮਿੰਟ, ਆ ਲਓ ਫੜੀ 12 ਰੁਪਏ ਚਾਹ ਦੇ। ਠੀਕ ਆ ਬਿੱਲਾ ਭਾਜੀ, ਚਲੋ ਚਲੋ ਨਿਕਲੋ ਨਿਕਲੋ, ਹੋਣਾ ਚਾਹੀਦਾ ਭਾਜੀ। ਹੁਣ ਨਿਕਲੋ ਨਿਕਲੋ, ਹੋ ਜੂਗਾ ਹੋ ਜੂਗਾ। ਜਦੋਂ ਵੀ ਸਾਡੇ ਕੋਲ ਕੋਈ ਕੇਸ ਆਉਂਦਾ ਨਾ, ਸਾਨੂੰ ਚਾਹ ਹੀ ਚੜ ਜਾਂਦਾ। ਐਵੇਂ ਨਹੀਂ ਲੋਕੀ ਸਾਨੂੰ ਕਹਿੰਦੇ, ਬਿੱਲਾ ਬਦਮਾਸ਼ ਚਾਹ ਵਾਲਾ। ਇਹ ਨਜ਼ਾਰੇ ਨਹੀਂ ਲੱਭਣੇ ਪੰਜਾਬ 'ਚ, ਪਤਾ ਮੈਨੂੰ, ਸੋਚਣਾ ਪੈਣਾ ਯਾਰ ਕੁਛ। ਸੋਚੋ, ਸੋਚ ਲਿਆ, ਕੁਝ ਨਹੀਂ ਹੋ ਸਕਦਾ, ਜਾਣਾ ਪੈਣਾ। ਉਹ ਤਾਂ ਪਤਾ ਹੈ ਯਾਰ, ਨਾਲੇ 30 ਲੱਖ ਨਾ, ਬਹੁਤ ਜ਼ਿਆਦਾ ਹੁੰਦੇ ਵੀ ਨਹੀਂ। ਹਾਂ ਯਾਰ, ਇਟਸ ਜਸਟ $60,000 ਮੈਨ। ਇਹਨੇ ਤਾਂ ਪਿਛਲੇ ਹਫ਼ਤੇ ਆਪਾਂ ਕਰਾਊਂ 'ਚ ਉਡਾ ਦਿੱਤੇ ਸੀਗੇ। ਅਤੇ ਜੇ ਆਪਾਂ ਉਡਾ ਸਕਦੇ ਨਾ,
ਤੇ ਕਮਾ ਵੀ ਸਕਦੇ ਆ। ਯਾ ਯੂ ਰਾਈਟ। ਇਹਦਾ ਮਤਲਬ ਆਪਾਂ ਨੂੰ ਸੈਡ ਨਹੀਂ ਹੋਣਾ ਚਾਹੀਦਾ ਨਾ। ਸੈਡ ਫੋਰ ਵਾਟ ਮੈਨ? ਲੈਟਸ ਪਾਰਟੀ ਮੈਨ। ਪਾਰਟੀ, ਲੈਟਸ ਪਾਰਟੀ। ਹੋ ਬੱਲੇ ਬੱਲੇ ਬੱਲੇ, ਕਿੰਨਾ ਘੈਂਟ ਆ ਓਏ। ਮੈਂ ਕਿਹੜਾ ਪੁੱਛੀ ਨਾ ਯਾਰ, ਬੰਬ ਹੀ ਬੁਲਾਇਆ ਪਿਆ। ਓਏ ਏਅਰਪੋਰਟ ਹੈ ਸਾਲੇ, ਬੰਬ ਦੀ ਗੱਲ ਨਾ ਕਰ। ਲੱਗ ਗਿਆ ਹੋਣਾ, ਮੇਰਾ ਖਿਆਲ 5-6 ਲੱਖ ਰੁਪਈਆ ਤਾਂ ਏਅਰਪੋਰਟ ਤੇ ਹੀ ਆ। ਵੈਸੇ ਇੱਕ ਗੱਲ ਹੈ, ਸੋਹਣੇ ਕੱਪੜੇ ਪਾਇਦਾ ਇਹ ਫਾਇਦਾ, ਕਿਸੇ ਨੂੰ ਨਹੀਂ ਪਤਾ ਲੱਗਾ ਕਿ ਆਪਾਂ ਆਰਕੈਸਟਰਾ ਵਾਲੇ। ਯਾਰ ਮੈਨੂੰ ਕੋਈ ਗੜਬੜ ਲੱਗਦੀ ਹੈ। ਮੈਨੂੰ ਵੀ ਲੱਗ ਰਿਹਾ। ਇੱਧਰ ਦੇਖੀ ਸਾਲਿਆ, ਮੈਚਿੰਗ ਆ ਫੜ। ਮੈਚਿੰਗ ਬਸ ਰਜਨੀਕਾਂਤ, ਹੁਣ ਦੇਖਣ ਲੱਗਿਆ ਵਧੀਆ। ਹੁਣ ਠੀਕ ਹੈ। ਪੈਸੇ ਵੀ ਤਾਂ ਦੇ ਕੇ 5 ਲੱਖ ਗਿਣ ਦਿੰਦਾ, 50 ਬੰਦਿਆਂ ਦਾ ਥੁੱਕ ਮੁੱਕ ਜਾਂਦਾ। ਹੈਗਾ ਮਾਲ ਕਿੱਥੇ? ਪੈਸੇ ਹੀ ਹੈ ਨਹੀਂ। ਜੱਜੇ ਭਾਈ ਦੇ ਪਿਛਲੇ ਪੈਸੇ ਵੀ ਬਕਾਇਆ ਨੇ ਹੱਲੇ। ਪਹਿਲਾਂ ਤਾਂ ਦੀਦੀ ਦੇ ਪਰਸ 'ਚੋਂ ਪੈਸੇ ਕੱਢ ਲੈਂਦਾ ਸੀ, ਹੁਣ ਤਾਂ ਉਹਨੇ ਵੀ ਪਰਸ ਲੁਕੋ ਲਿਆ। ਉਹ ਖੋਲਾ ਫਿਰ ਕਿਸੇ ਤੋਂ ਕਿਹੜਾ ਹੀ ਲੈ ਕੇ ਲੱਗਦਾ ਬਣ ਗਈ ਗੱਲ ਫਿਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਪੰਜਾਬ ਭਾਜੀ। ਹੱਥ ਦੇ ਜਰਾ ਭਾਈ, ਫਿਰ ਆਪਣੇ ਕੋਲ 500 ਖੁੱਲਾ ਹੋਊਗਾ। ਯਾਰ ਮੇਰੇ ਕੋਲ ਤਾਂ ਹੈ ਨਹੀਂ, ਮੈਂ ਤਾਂ ਹੁਣੇ ਆ ਆਸਟ੍ਰੇਲੀਆ ਤੋਂ ਯਾਰ, ਮੇਰੇ ਕੋਲ ਤਾਂ ਡਾਲਰ ਹੀ ਹੈ ਯਾਰ। ਦਿਖਾਣਾ ਭਾਜੀ, ਚਲੋ ਸਾਨੂੰ ਕੀ ਫਰਕ ਪੈਂਦਾ, ਆਪਾਂ ਤਾਂ ਖੋ ਕੇ ਭੇਜਣਾ। ਵੈਲਕਮ ਟੂ ਪੰਜਾਬ। ਨਸ਼ੇ ਵੇਚਣ ਵਾਲਾ, ਮੈਂ ਉਹਨੂੰ ਮਨਾ ਕੀਤਾ, ਮੈਂ ਨਸ਼ੇ ਨਹੀਂ ਲੈਣੇ। ਮੇਰੀ ਦੀਦੀ ਨੇ ਮਨਾ ਕੀਤਾ ਪਰ ਉਹ ਫਿਰ ਵੀ। ਓਏ ਨਸ਼ੀਏ, ਓਏ ਨਸ਼ੀਏ, ਉਹਦੀ ਇੰਨੀ ਹਿੰਮਤ, ਮਰ ਜਾਣਾ ਇੱਥੋਂ ਦਾ ਸਾਰਿਆਂ।
ਮੈਡਮ ਹੈਲੋ ਆਪਾਂ ਇਹਨਾਂ ਨੂੰ ਕੁੱਟਾਂਗੇ ਕਿੱਦਾਂ ਜਾਂਦੇ ਹੀ ਪੈਰੀ ਪੈ ਜਾਣਾ ਬਸ ਡਰ ਗਏ ਉਹ ਡਰ ਗਏ ਕਿਉਂ ਜਿੱਥੇ ਕਿੱਥੇ ਕੁੱਟਾਂਗੇ ਉਹਨਾਂ ਦੇ ਇਹ ਨਹੀਂ ਬਾਹਰ ਆਉਂਦੇ ਕੱਢਣੇ ਹੀ ਪੈਣੇ ਆ ਖੜ ਜਾ ਉਹ ਆ ਗਿਆ ਦੂਜਾ ਵੀ ਹਾਂ ਆ ਜਾ ਚਲੋ ਭਾਜੀ ਚਲੋ ਬਸ ਮੇਰੇ ਗਲੇ ਦਾ ਵਿਚਾਰ ਰੱਖਿਓ ਪਹਿਲੀ ਬੈਠਾ ਰਹਿੰਦਾ ਤਾਂ ਉਹ ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਾਵੇ ਜਦੋਂ ਪੰਗਾ ਪੈ ਜਾਵੇ ਜਦੋਂ ਪੰਗਾ ਪੈ ਜਾਵੇ ਓਏ ਪੰਗਾ ਤੇ ਪੈ ਗਿਆ ਭਾਜੀ ਤੁਹਾਡੀ ਤਰੀਫ ਓਏ ਜਿੰਨੀ ਮਰਜ਼ੀ ਕਰ ਲਓ ਭਾਜੀ ਮਾਤਰ ਜਾ ਕੇ ਚੜਾ ਲਿਆ ਛਤਰ ਕਮਾਲ ਹੈ ਯਾਰ ਬੱਜ ਤੂੰ ਇੱਥੇ ਬੈਠਾ ਕਰਦਾ ਹੋਏ ਟੈਨਸ਼ਨ ਲੈ ਰਿਹਾ ਜੀ ਮਾਲ ਕੌਣ ਹੈ ਤੁਸੀਂ ਫਿਰ ਆ ਕੁਰਸੀ ਟੈਨਸ਼ਨ ਮੈਂ ਲੈਣਾ ਤੂੰ ਗੇੜੇ ਵਾਲੀ ਲੈ ਠੀਕ ਹੈ ਖੜੋ ਕਮਾਲ ਹੈ ਬੈਠੋ ਗੇੜੇ ਤੇਜ਼ ਲਾ ਓ ਇੱਕ ਮਾਤਾ ਦੇ ਭਗਤ ਜੀ ਨੇ ਕੁੱਟਿਆ ਪੂਰੀ ਤਸੱਲੀ ਨਾਲ ਮੈਨੂੰ ਵੀ ਬਿੱਲਾ ਭਾਈ ਦਾ ਫੋਨ ਚੁੱਕੋ ਹੈਲੋ ਬਿੱਲਾ ਭਾਜੀ ਸਤਿ ਸ਼੍ਰੀ ਅਕਾਲ ਉਹ ਕੰਮ ਹੋ ਗਿਆ ਪੈਸੇ ਤਿਆਰ ਰੱਖੋ ਕੰਮ ਹੋ ਗਿਆ ਥੈਂਕ ਯੂ ਭਾਜੀ ਪੈਸੇ ਤਿਆਰ ਨੇ ਜਦੋਂ ਮਰਜ਼ੀ ਚੱਕੋ ਉਹ ਨਹੀਂ ਨਹੀਂ ਅੱਜ ਨਹੀਂ ਅੱਜ ਜਾਣਾ ਮੱਥਾ ਟੇਕਣ ਮਾਤਾ ਰਾਣੀ ਨੂੰ ਪ੍ਰਸ਼ਾਦ ਚੜਾਉਣ ਭਾਜੀ ਕੋਈ ਚੱਕਰ ਨਹੀਂ ਪੈਸੇ ਕੱਲ ਨੂੰ ਲੈ ਲਿਓ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਓਕੇ ਓਕੇ ਬਿੱਲਾ ਭਾਜੀ ਥੈਂਕ ਯੂ ਲੈ ਬਾਈ ਅੱਜ ਆਪਾਂ ਮਹਿੰਗੇ ਵਾਲੀ ਅੰਗਰੇਜ਼ੀ ਦਾ ਰੁਪਈਆ ਮੰਗੇ ਤੇਰਾ ਨੀ ਕਸੂਰ ਸਾਲਿਆ ਟੁੰਟਣ ਵਰਗਾ ਦਾ ਪੈ ਬਹਿ ਜੇ ਬੇੜਾ ਮੇਰੇ ਆਪ ਤਿਉਰਿਆ ਦੋ ਬੰਦੇ ਆ ਗਿਆ ਸਾਹਮਣੇ ਕੱਲੇ ਹੀ ਇਨਸਾਫ ਹੈ ਕੋਈ ਵੀ ਆਪਾਂ ਕੱਲੇ ਬੰਦੇ ਨੂੰ ਦੋ ਬੰਦੇ ਕੁੱਟਦੇ ਸੋਹਣੇ ਲੱਗਦੇ ਮੈਂ ਤਾਂ ਸਤਿਕਾਰ ਵਜੋਂ ਹੀ ਕੁੱਟ ਖਾਈ ਗਿਆ ਚਾਹਣਾ ਬਹੁਤ ਨਾ ਤੂੰ ਲੈ ਬਾਈ ਟੋਲ ਲਾ ਦੇ ਤੇਰੇ ਵੀ ਲਾਵਾਂ ਥੋੜਾ ਥੋੜਾ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਸਾਲਿਆਂ ਨੇ ਬਹੁਤ ਕੁੱਟਿਆ ਓਏ ਬਾਲਾ ਕੁੱਟਿਆ ਆਏ ਬੇਬੇ ਉਹ ਬੇਬੇ ਤੋਂ ਗੱਲ ਯਾਦ ਆਈ ਹੈ ਮੈਂ ਘਰੇ ਜਾ ਕੇ ਬੇਬੇ ਜੀ ਨੂੰ ਕੀ ਕਹੂੰਗਾ ਸਾਲਿਆ ਬੇਬੇ ਨੂੰ ਬੇਬੇ ਹੀ ਕਹੇਗਾ ਹੋਰ ਕੁੱਟ ਖਾਣ ਤੋਂ ਬਾਅਦ ਸਾਲਿਆ ਬੇਬੇ ਭੂਆ ਬਣ ਗਈ ਤੇਰੇ ਭੂਆ ਬਣ ਗਏ ਹੋਰ ਹੀ ਮਾਰੀ ਨਾ ਗੱਲਾਂ ਮੈਂ ਵੀ ਜੇ ਬਚਪਨ ਚ ਬੇਬੇ ਦੀ ਗੱਲ ਸੁਣੀ ਹੁੰਦੀ ਨਾ ਹਾਂ ਤਾਂ ਮੈਨੂੰ ਅੱਜ ਆ ਦੇ ਨਾ ਦੇਖਣੇ ਪੈਂਦੇ ਬੇਬੇ ਕਹਿੰਦੀ ਕੀ ਸੀ ਸਾਲਿਆ ਸੁਣੀਏ ਨੀ ਗੱਲ ਇੱਥੇ ਨਾ ਮਾਰ ਇੱਥੇ ਮਾਰ ਮਾਰਤਾ ਸਾਲਿਆ ਨੇ ਮੇਰਾ ਹੰਸ ਤਾਰਤਾ ਸਾਲਿਆ ਇੱਧਰ ਦੇਖ ਮੇਰਾ ਸਰਦੂਲ ਸਿਕੰਦਰ ਵੀ ਤੋੜਤਾ ਦੁਰਬੇਟੇ ਮੁੱਤਰੇ ਹੋਰ ਹੀ ਮਾਰੀ ਨਾ ਗੱਲਾਂ ਬਤਾ ਤੂੰ ਫੋਨ ਆ ਗਿਆ ਬਾਈ ਤੇਰਾ ਪ੍ਰੋਗਰਾਮ ਹੈ ਬੁੱਕ ਕਰ ਬੁੱਕ ਕਰ ਬੁੱਕ ਕਰ ਮੈਂ ਕਿਹਾ ਕਰ ਲਿਆ ਸਾਲਿਆ ਓਏ ਕੀ ਹੈ ਬੁੱਕ ਓਏ ਬੁੱਕ ਨਹੀਂ ਕਿਹਾ ਪ੍ਰੋਗਰਾਮ ਲਿਖ ਕੇ ਬੁੱਕ ਕਰ ਲੈ ਚੱਕ ਲੈ ਕੱਟ ਜੂ ਬੁੱਕ ਨੰਬਰ ਵੀ ਨਹੀਂ ਦਿੰਦਾ ਹੈਲੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਕਰੋ ਰੰਗਲਾ ਪੰਜਾਬ ਆਰਕੈਸਟਰਾ ਤੋਂ ਕਾਲ ਅਰਜ਼ ਕਰ ਰਿਹਾ ਜਨਾਬ ਆਸਟ੍ਰੇਲੀਆ ਤੋਂ ਬੋਲ ਰਿਹਾ ਮੈਂ ਕੰਮ ਹੋ ਗਿਆ ਭਾਜੀ
ਅੱਜ ਤੁਸੀਂ ਸਾਡੇ ਨਾਲ ਚੰਗੀ ਨਹੀਂ ਕੀਤੀ, ਚੰਗੀ ਨਹੀਂ ਕੀਤੀ ਭਾਜੀ, ਕਹਿ ਕੇ ਦੋ ਬੰਦੇ ਭੇਜਦੇ ਭਾਜੀ ਤਿੰਨ ਤੁਸੀਂ। ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ, ਬੰਦੇ ਦੋ ਸੀ, ਤੀਜਾ ਕਿੱਥੋਂ ਆ ਗਿਆ? ਨਹੀਂ ਨਹੀਂ ਭਾਜੀ, ਤਿੰਨ ਜਣੇ ਸੀ ਨਾਲ, ਉਹਨਾਂ ਦਾ ਬੋਡੀ ਗਾਰਡ ਵੀ ਸੀ ਭਾਜੀ। ਮੈਂ ਕਹਿੰਦਾ ਉਹਨਾਂ ਦੇ ਬੋਡੀ ਗਾਰਡ ਨੇ ਸਾਡੀ ਐਸੀ ਬੋਡੀ ਦੀ ਧੁਆਈ ਕੀਤੀ, ਸਾਨੂੰ ਕੋਈ ਚੀਜ਼ ਨਜ਼ਰ ਨਹੀਂ ਆਈ। ਉਹ ਯਾਰ ਰਹਿੰਦੋ, ਤੁਹਾਡੇ ਤੋਂ ਨਹੀਂ ਕੰਮ ਨਾ ਰਹਿੰਦੋ, ਪਰ ਇੱਕ ਮੌਕਾ ਦਿਓ ਭਾਜੀ ਸਾਨੂੰ, ਮੌਕਾ ਚਾਹੀਦਾ, ਇੱਦਾਂ ਸਾਡੀ ਰੋਜੀ ਰੋਟੀ 'ਚ ਲੱਤ ਨਾ ਮਾਰੋ ਤੁਸੀਂ, ਮੌਕਾ ਬੰਦ ਹੈ, ਪਲੀਜ਼ ਇੱਕ ਮੌਕਾ ਦਿਓ। ਲਾ ਲਈਏ ਇਹ ਯਾਰੀਆਂ ਫਿਰ ਲਾ ਕੇ ਤੋੜ ਨਿਭਾਈਏ ਨੀ। ਉਸਤਾਦ ਜੀ ਆ ਲਓ ਅੰਗਰੇਜ਼ੀ ਖੋਲੋ। ਹੈਲੋ ਜੀ, ਬਣਾਓ ਪਟਿਆਲਾ। ਉਸਤਾਦ ਜੀ ਪਟਿਆਲਾ ਜੀ ਦੱਸ ਦਿਓ। ਬਸ ਕਰ ਹੁਣ, ਬਠਿੰਡੇ ਪਹੁੰਚਾਉਣਾ ਮੈਨੂੰ, ਪੜਾਓ। ਹੈਲੋ ਜੀ, ਪਾਣੀ ਪਾਓ। ਹੈਲੋ ਹੈਲੋ, ਉਸਤਾਦ ਜੀ ਮੇਰਾ ਪੈਗ ਮਾਲਕ ਕੌਣ ਹੈ? ਤੁਸੀਂ ਬਸ, ਫਿਰ ਪਹਿਲਾ ਪੈਗ ਮਾਲਕ ਇਕੱਲੇ ਲਾਉਣਗੇ। ਉਸਤਾਦ ਜੀ ਆ ਬਾਹਰ ਗੱਡੀ ਰੁਕਣ ਦੀ ਆਵਾਜ਼ ਨਹੀਂ ਆਈ। ਪੈਗ ਤੁਸੀਂ ਲਾਇਆ ਨਹੀਂ, ਕਰਨ ਤੇਰੇ ਪਹਿਲਾਂ ਹੀ ਬੋਲਣ ਲੱਗ ਗਏ। ਇੱਕ ਮਿੰਟ, ਮੈਂ ਹੁਣੇ ਚੈੱਕ ਕਰਕੇ ਆਉਂਦਾ। ਛੇਤੀ ਆ ਜੀ, ਨਹੀਂ ਕਿਤੇ ਦੂਜਾ ਪੈਗ ਵੀ ਮਾਲਕਾਂ ਨੂੰ ਇਕੱਲੇ ਲਾਉਣਾ ਪੈਜੇ। ਲਾ ਲਈਏ ਤੇਰਾ ਨਾਂ ਸ਼ੇਰੂ ਹੈ? ਉਸਤਾਦ ਜੀ ਦਾ ਨਾਂ ਹੈ ਸ਼ੇਰੂ, ਦੱਸੋ। ਜਾ ਆਪਣੇ ਉਸਤਾਦ ਨੇ ਕਿਹਾ ਸਾਡਾ ਗੱਡੀ 'ਚ ਸਮਾਨ ਕੱਢੇ। ਓ ਹੈਲੋ, ਇਸ ਤਰ੍ਹਾਂ ਤਾਂ ਮੇਰੇ ਨਾਲ ਕਦੇ ਬਰਾੜ ਸਾਹਿਬ ਨੇ ਗੱਲ ਨਹੀਂ ਕੀਤੀ। ਫਿਰ ਆਦਤ ਪਾ ਲਾ, ਬਰਾੜ ਸਾਹਿਬ ਦੇ ਮੁੰਡੇ ਥੋੜੇ ਬਦਤਮੀਜ਼ ਨੇ। ਮਾਲਕ ਮੇਰੀ ਮੋਤੀ ਵਾਲੀ ਸਰਕਾਰ, ਕੀ ਹਾਲ ਚਾਲ ਹੈ ਤੁਹਾਡਾ? ਮੈਨੂੰ ਦੱਸੋ ਸਮਾਨ ਕਿੱਥੇ, ਮੈਂ ਲੈ ਕੇ ਆਉਣਾ। ਇਹ ਦਾਰੂ ਰੋਜ਼ ਇੱਦਾਂ ਹੀ ਚੱਲਦੀ ਇੱਥੇ? ਨਹੀਂ ਭਾਜੀ, ਇਹ ਤਾਂ ਬਸ ਤੁਹਾਡੇ ਆਉਣ ਦੀ ਖੁਸ਼ੀ 'ਚ। ਤੇ ਸਾਲਾ ਵੇਟ ਕਰ ਲੈਣੀ ਸੀ, ਪਹਿਲਾਂ ਹੀ ਡੱਫਣ ਬਹਿ ਗਏ ਤੁਸੀਂ। ਭਾਜੀ ਤੁਹਾਡਾ ਸਮਾਨ ਕਿੱਥੇ ਪਿਆ? ਬਾਹਰ ਪਿਆ ਗੱਡੀ 'ਚ। ਓ ਇੱਧਰ ਦੇ, ਇਹ ਕੌਣ ਨੇ? ਤੁਹਾਡੇ ਪੜਦਾਦਾ ਜੀ। ਤੇ ਆਹ ਕੌਣ ਨੇ? ਤੁਹਾਡੇ ਦਾਦਾ ਜੀ। ਤੇ ਆ ਇਹ ਉਸਤਾਦ ਜੀ ਆ। ਬਾਕੀ ਜੀ ਜਗ੍ਹਾ ਖਾਲੀ ਪਈ ਸੀ, ਬੁਰੀ ਲੱਗਦੀ ਸੀ, ਕੋਈ ਗੱਲ ਨਹੀਂ ਜੀ, ਕੱਲ ਲਾ ਦਿੰਦੇ ਆ। ਕੱਲ ਨਹੀਂ, ਹੁਣੇ ਹੁਣੇ। ਹਾਂਜੀ ਉਸਤਾਦ ਜੀ, ਕੁੜੀਆਂ ਨੂੰ ਕੁੜੀ ਲਾ। ਉਹ ਵਾਲੀ ਨੀ, ਮੇਰਾ ਮਤਲਬ ਕੁੜੀਆਂ ਦੇ ਦਰਵਾਜ਼ੇ ਨੂੰ ਬਾਹਰੋਂ ਕੁੜੀ ਲਾ। ਪਰ ਮੈਡਮ ਜੀ ਤੇ ਆਈ ਨੀ ਹਲੇ। ਮੈਡਮ ਨੂੰ ਬਾਅਦ ਚ ਦੇ ਲਾਂਗੇ, ਪਹਿਲਾਂ ਇਹਨਾਂ ਨੂੰ ਕਿਸੇ ਪਾਸੇ ਕੰਮ ਲਾਈਏ। ਵੇਖ ਵੀ ਸ਼ੇਰੂ, ਡੈਡ ਨੇ ਰੱਖੀ ਹੈ ਸ਼ਰਤ, 30 ਲੱਖ ਰੁਪਈਆ ਕਮਾਉਣਾ ਇੱਕ ਮਹੀਨੇ 'ਚ, ਤੇ ਤੂੰ ਹੈਗਾ ਲੋਕਲ ਬੰਦਾ, ਹੁਣ ਤੂੰ ਮਦਦ ਕਰਨੀ ਸਾਡੀ। ਭਾਜੀ ਕੋਈ ਚੱਕਰ ਨੀ, ਖੜਿਆ। ਤੂੰ ਤਾਂ ਬੈਠਾ ਹੈ। ਉਹ ਉੱਦਾਂ ਨਹੀਂ ਖੜਾ ਯਾਰ, ਆਪਣੀ ਸਪੋਰਟ 'ਚ ਖੜਾ। 30 ਲੱਖ ਉਸਤਾਦ, ਉਹਨਾਂ 30-30 ਕਰੋੜ ਕਮਾਏ ਹੋਏ ਆ ਜੀ। ਬੜਾ ਖਾਲੀ, ਜ਼ਿਆਦਾ ਓਵਰ ਫਰੈਂਕ ਹੋਣ ਦੀ ਲੋੜ ਨਹੀਂ ਤੁਹਾਨੂੰ ਦੱਸਾਂ ਮੈਂ। ਆ ਕੁੜੀ ਕੌਣ? ਕਿਹੜੀ ਕੁੜੀ? ਆ ਜਿਹੜੀ ਲੰਘ ਕੇ ਗਈ ਆ, ਉਹ ਬੈਗ ਪਾਇਆ ਉਹਨੇ। ਕੋਈ ਕੁੜੀ ਨੀ ਇੱਥੇ ਯਾਰ। ਉਹ ਭਾਜੀ ਕੋਈ ਕੁੜੀ ਨੀ ਇੱਥੇ, ਇੱਕ ਮਿੰਟ। ਤੈਨੂੰ ਲੀਜ਼ਾ ਦਿਖੀ ਨਾ? ਲੀਜ਼ਾ ਨਹੀਂ ਯਾਰ, ਮੈਂ ਤੂੰ ਲੀਜ਼ਾ ਬਾਰੇ ਗੱਲ ਨਹੀਂ ਕਰਨੀ, ਲੀਜ਼ਾ ਬਾਰੇ ਗੱਲ ਨਹੀਂ ਕਰਨੀ ਯਾਰ, ਮੈਂ ਦੂਜੀ ਪਾਗਲ ਹੈ ਤੂੰ ਯਾਰ। ਰੌਲੀ ਲੀਜ਼ਾ, ਚੁੱਪ, ਪਤਾ ਕੀ ਆ? ਬੱਤੀਆਂ ਬੁਝਾਈ ਰੱਖਣਾ, ਇੰਜੋਏ ਕਰੋ ਡਾਂਸ, ਬੱਤੀਆਂ
ਬੱਤੀਆਂ ਬੁਝਾਈ ਰੱਖਣਾ, ਬੱਤੀਆਂ ਬੁਝਾਈ ਰੱਖਣਾ। ਸ਼ੁਕਰ ਹੈ। ਸ਼ੁਕਰ ਕਾਹਦਾ ਓਏ? ਮੈਨੂੰ ਲੱਗਦਾ ਪਟਾਕਾ ਹੀ ਪੈ ਗਿਆ, ਮੈਂ ਪਤਾ ਕਰਕੇ ਆਉਣਾ। ਕੁੜੀ ਪੌੜੀਆਂ ਤੇ ਮੋਮਬੱਤੀ ਫੜੀ ਉਹਨੇ। ਹਾਂ ਇਹਨਾਂ ਬੰਦੂ ਉਹ ਗੱਲ ਸੱਚ ਨਿਕਲੀ? ਕਿਹੜੀ ਗੱਲ? ਓ ਮਾਈ ਗੋਡ, ਬੈਠੋ 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 ਬੈਠੋ। ਓ ਇਹ ਤਾਂ ਬਹੁਤ ਹੀ ਟ੍ਰੈਜਿਕ ਸਟੋਰੀ ਹੈ ਭਾਈ ਸਾਹਿਬ, ਮੈਂ ਤੁਹਾਨੂੰ ਦੱਸਦਾ। ਦਾਦਾ ਜੀ ਬਹੁਤ ਫਾਸਟ ਪੌੜੀ ਚੜੇ ਨੇ ਨਾ ਸਾਰੇ, ਇੰਨੇ ਫਾਸਟ। ਦਾਦਾ ਜੀ ਸ਼ਬਦ ਕੁੜੀ ਹਨੇਰੇ ਤੇ ਕੁੜੀ ਕਹਿੰਦੀ ਕੀ ਕਹਿੰਦੀ? ਤੁਹਾਡੇ ਦਾਦਾ ਜੀ ਓਬੀਅਸਲੀ ਕਹਿੰਦੇ ਕੁੜੀ, ਫੇਰ ਕਹਿੰਦੀ ਤੁਹਾਡੇ ਦਾਦਾ ਜੀ ਫੇਰ ਕਹਿੰਦੇ ਸਾਡੇ ਵਾਲਾ ਭੂਤਾਂ ਵਾਲਾ ਤੁਹਾਡੇ ਵਾਲਾ ਹੁਣ ਗਲਤੇ ਸਿੱਧੇ ਪਾਸੇ ਕਰ। ਕੁੜੇ ਮਰ ਗਈ ਕਿਉਂਕਿ
ਕਿਉਂ ਜਾਣਾ ਯਾਰ, ਆਪਾਂ ਜਾਣਾ ਯਾਰ, ਫਿਰ ਮੈਂ ਨਹੀਂ ਯਾਰ, ਆਪਾਂ ਨਹੀਂ ਰਹਿਣਾ ਯਾਰ। ਟੈਕਸੀ ਨੇ ਹੁਣ ਨਹੀਂ ਮਿਲਣਾ, ਤੁਸੀਂ ਅੱਜ ਦਾ ਦਿਨ ਇਸ ਕਮਰੇ 'ਚ ਕੱਟ ਲਓ, ਮੈਂ ਬਾਹਰੋਂ ਕੁੰਡੀ ਲਾ ਦਿੰਦਾ, ਮੰਨੋ ਮੇਰੀ ਗੱਲ ਠੀਕ ਹੈ? ਕਰਵਾ ਕੇ ਵੇ ਸਾਨੂੰ ਮਿਲਦਾ ਗਿਰਦਾਰੀ, ਦੁੱਧ ਲੈ ਲਓ ਭਾਜੀ। ਕੀ ਗੱਲ, ਤੁਸੀਂ ਸਿੱਧੇ ਉੱਠੇ ਫਿਰਦੇ ਹੋ? ਉੱਠੇ ਫਿਰਦੇ ਹੋ, ਉੱਠਦਾ ਉਹ ਜਿਹੜਾ ਸੌਂਦਾ, ਅਸੀਂ ਤੇ ਇੱਕ ਮਿੰਟ ਨਹੀਂ ਸੁੱਤੇ ਸਾਰੀ ਰਾਤ। ਮੈਂ ਸਾਰੀ ਰਾਤ ਦਰਵਾਜ਼ੇ ਨਾਲ ਜੁੜ ਕੇ ਬੈਠਾ ਰਿਹਾ, ਮੈਂ ਕਿਹਾ ਕੋਈ ਭੂਤ ਨਾ ਆ ਜਾਵੇ। ਉਹ ਦਰਵਾਜ਼ੇ ਨਾਲ ਤੂੰ ਆ? ਹੋਰ ਮੈਂ ਡਰਦੇ ਨੇ, ਉਧਰ ਮੂੰਹ ਨਹੀਂ ਕੀਤਾ ਵੀ ਪਤਾ ਨਹੀਂ ਕੀ ਚੀਜ਼ ਆ। ਬਹਿ ਭਾਜੀ, ਡਰਨ ਦੀ ਕੋਈ ਲੋੜ ਨਹੀਂ, ਮੈਂ ਸੁਣਿਆ ਵੀ ਚਰੇਲਾਂ ਬੰਦੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦੀਆਂ। ਉਹ ਤੂੰ ਰਹਿਣ ਦੇ ਭਰਾ, ਤੂੰ ਸਾਡੇ ਰਹਿਣ ਦਾ ਇੰਤਜ਼ਾਮ ਕਰ ਦੇ, ਗੱਡੀ ਅਸੀਂ ਬੁਲਾ ਲਈ ਆ। ਅੱਛਾ, ਫਿਰ ਆਪਾਂ ਐਂ ਕਰਦੇ ਹਾਂ, ਤੁਹਾਡਾ ਇੰਤਜ਼ਾਮ ਆਪਾਂ ਪ੍ਰੇਮ ਦਾ ਗੈਸਟ ਹਾਊਸ ਹੈ ਪੁਰਾਣੇ ਬੱਸ ਅੱਡੇ ਕੋਲੇ, ਉੱਥੇ ਕਰ ਦਈਏ। ਕਰਦੇ ਬਾਈ ਜੀ, ਉਹ ਆ ਗਈ। ਚਲ ਬਾਈ ਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਹੈ। ਹੋਰ ਸੁਣਾਓ ਕੀ ਹਾਲ ਹੈ? ਤੁਸੀਂ ਮੇਰਾ ਨੰਬਰ ਡਾਇਲ ਕੀਤਾ, ਮੇਰੇ ਮੋਬਾਈਲ ਤੇ ਰਿੰਗ ਵੱਜੀ ਤੇ ਹਾਜ਼ਰ ਹੋ ਗਿਆ ਨੁਸਖਿਆਂ ਵਾਲਾ ਜੱਗੀ। ਸਭ ਤੋਂ ਪਹਿਲਾਂ ਇਹ ਦੱਸੋ ਵੀ ਹਾਜ਼ਮਾ ਠੀਕ ਹੈ? ਹਾਜ਼ਮਾ ਮੇਰਾ ਬਹੁਤ ਵਧੀਆ, ਆਪਾਂ ਚੱਲੀਏ। ਠੀਕ ਹੈ ਜੀ। ਚੜੇਲ ਤੋਂ ਖੇੜਾ ਛੁੱਟਿਆ, ਭੂਤ ਚਿੰਬੜ ਗਿਆ। ਹੈਂ ਕੀ ਬਾਈ ਜੀ, ਭੂਤ ਚਿੰਬੜ ਗਿਆ? ਓਹੋ, ਭੂਤ ਦਾ ਇਲਾਜ ਤੇ ਬਾਬਾ ਟਲੀਆਂ ਵਾਲਾ ਕਰ ਸਕਦਾ, ਸਾਡੀ ਪਹੁੰਚ ਤੇ ਹਾਜ਼ਮੇ ਤੱਕ ਵੀ ਆ। ਉਹ ਆਪਾਂ ਚੱਲੀਏ ਭਰਾਵਾ। ਹਾਂ ਠੀਕ ਹੈ ਜੀ, ਠੀਕ ਹੈ, ਬੱਸ ਅੱਡੇ ਲੱਗੇ ਜਾਣਾ ਹੀ। ਬਾਬੂ ਜੀ ਰੁਕ ਰੁਕ ਕੇ ਗਏ, ਪ੍ਰੇਮ ਦੇ ਗੈਸਟ ਹਾਊਸ ਤਾਂ ਅਗਲੇ ਮਹੀਨੇ ਪਹੁੰਚਾਂਗੇ। ਇਹ ਵੈਸੇ ਬਾਬੂ ਜੀ, ਇਹਨਾਂ ਨੂੰ ਕੀ ਹੋਇਆ? ਉਹ ਸਿਰ ਫਟੀ ਜਾਂਦਾ ਸੀ। ਸਿਰ ਫਟੀ ਜਾਂਦਾ ਤੇ ਟਾਂਕੇ ਲਵਾ ਦਿੰਦੇ ਆ। ਹਾਂਜੀ, ਕੀ ਚਾਹੀਦਾ ਭਾਜੀ? ਗੱਲਾਂ ਬੜਾ ਦੁਖਦਾ। ਉਹ ਦੇ ਵੀ ਇਹਨੂੰ ਚੂਸਣ ਵਾਲੀ ਗੋਲੀਆਂ। ਨਹੀਂ ਨਹੀਂ ਨਹੀਂ, ਉਹ ਜਿਹੜਾ ਕਫ ਸਿਰਪ ਹੈ ਉਹ ਦੇ ਦਿਓ। ਨਾ ਤੂੰ ਅੰਕਲ ਨੂੰ ਖੋਤਾ ਸਮਝਿਆ, ਦੇ ਦਿਓ। ਜਾ ਪਹਿਲੇ ਡਾਕਟਰ ਕੋਲ ਪਰਚੀ ਲੈ ਕੇ ਆ, ਫਿਰ ਦਵਾਂਗੇ ਤੈਨੂੰ ਖੰਘ ਦੀ ਪੀਣ ਵਾਲੀ ਦਵਾਈ। ਆਓ ਜੀ ਭਾਜੀ, ਆਓ ਆਓ। ਉਹ ਰਾਤੀ ਯਾਰ ਬਹੁਤ ਜ਼ਿਆਦਾ ਦਰ ਹੋ ਗਈ, ਕੋਈ ਹੈਂਗਓਵਰ ਦੀ ਦਵਾਈ ਆ ਤੁਹਾਡੇ ਕੋਲ? ਦੋ ਯਾਰ, ਕੀ ਹੋ ਗਿਆ ਯਾਰ ਪੰਜਾਬ ਨੂੰ? ਕੋਈ ਨਸ਼ਾ ਕਰਨ ਵਾਸਤੇ ਖੰਘ ਵਾਲੀ ਦਵਾਈ ਮੰਗਦਾ ਤੇ ਕੋਈ ਨਸ਼ਾ ਉਤਾਰਨ ਵਾਸਤੇ ਟੇਬਲੇਟਸ ਮੰਗਦਾ? ਯਾਰ ਆਪਾਂ ਮਿਲੇ ਕਿਤੇ? ਨਹੀਂ ਭਾਜੀ, ਨਹੀਂ। ਸਿਡਨੀ, ਮੈਲਬਨ ਪੜਦਾ? ਮੈਲਬਨ ਤੂੰ? ਉਹ ਕਿੱਥੇ ਭਾਜੀ? ਇੱਥੇ ਦਮੋਰੀਆ ਪੁਲ ਥੱਲੇ ਬੈਠਾ ਹੁੰਦਾ ਹੈ, ਉੱਥੇ ਕਿਤੇ ਦੇਖਿਆ ਨਾ ਤੁਸੀਂ? ਨਹੀਂ ਭਾਜੀ, ਮੈਂ ਬਟਵਾ ਵੀ ਖੋ ਕੇ ਨਹੀਂ ਭੱਜਿਆ ਸੀ। ਮਿੰਨੀ, ਕਦੋਂ ਤੱਕ ਆਪਣੇ ਤਾਏ ਦੀਆਂ ਗੱਲਾਂ ਸੁਣੀ ਜਾਏਂਗੀ? ਮੈਂ ਤਾਂ ਕਹਿੰਦੀ ਹਾਂ ਕੋਈ ਚੰਗਾ ਜਿਹਾ ਕਰ ਦੇ ਤੇ ਵਿਆਹ ਕਰਾ ਲੈ। ਨਹੀਂ ਪ੍ਰੀਤੋ, ਮੈਂ ਆਪਣੇ ਛੋਟੇ ਭਰਾ ਨੂੰ ਲੈ ਕੇ ਚਿੰਤਾ 'ਚ ਰਹਿੰਦੀ ਹਾਂ। ਉਹ ਸ਼ਰੀਫ ਹੈ, ਬਸ ਉਹਦੀ ਸੰਗਤ ਮਾੜੀ ਹੈ। ਸੋਚਦੀ ਹਾਂ ਉਹਨੂੰ ਕਿਸੇ ਬਾਹਰਲੇ ਮੁਲਕ ਭੇਜਦਾ, ਘੱਟੋ ਘੱਟ ਸੰਗਤ ਤਾਂ ਚੰਗੀ ਮਿਲੂ ਉੱਥੇ। ਉਹ ਤੇ ਨਸ਼ੇ ਛੱਡਣਾ ਚਾਹੁੰਦਾ, ਬਸ ਉਹ ਨਸ਼ੇ ਵੇਚਣ ਵਾਲੇ ਉਹਨੂੰ ਨਹੀਂ ਛੱਡਦੇ। ਮਿੰਨੀ, ਉਹ ਤੇਰਾ ਭਰਾ ਲੱਟੂ ਹੀ ਹੈ ਨਾ,
ਭੱਜੀ ਕਿਉਂ ਜਾ ਰਹੇ ਹੋ? ਹਾਂ ਤੇ ਉਹਦੇ ਪਿੱਛੇ ਕੌਣ ਭੱਜ ਰਿਹਾ? ਉਹ ਮਰ ਜਾਣਾ ਨਸ਼ੇ ਵੇਚਣ ਵਾਲਾ। ਕਿੱਥੇ ਮੇਰੀ ਡੋਂਗ? ਚੱਲ ਚੱਲ ਚੁੱਪ ਕਰ ਯਾਰ, ਮੇਰਾ ਅੱਗੇ ਸਿਰ ਦੁਖੀ ਜਾਂਦਾ। ਸਿਰ ਦੁਖਦਾ ਤੇ ਗੋਲੀ ਗਾਲੀ ਖਾਓ ਨਾ। ਕਿਹੜੀ ਗੋਲੀ ਖਾਣਾ ਯਾਰ? ਗੋਲੀ ਖਾਣੀ ਤੇ ਇੱਕੇ 47 ਦੀ ਖਾਓ। ਮਾਫ ਕਰ, 44 ਦੀ ਖਾਓ। ਇਹਨਾਂ ਗੋਲੀਆਂ ਨਾਲ ਬੰਦਾ ਹੀ ਨਹੀਂ ਜਿੰਦਾ ਰਹਿੰਦਾ ਤੇ ਸਿਰ ਦਰਦ ਕਿੱਥੋਂ ਰਹਿ ਜਾਊਗਾ? ਤੇ ਉਹ ਕੁੜੀ ਸਾਲਾ ਕਹਿੰਦੇ ਚਲੇ ਨੇ ਸ਼ੇਰੂ। ਇਸ ਘਰ ਚ ਕੋਈ ਕੁੜੀ ਨਹੀਂ ਰਹਿੰਦੀ, ਹੈਨਾ? ਸੱਪ ਛੱਡ ਦੇ ਤੇ। ਸਭ ਤੋਂ ਭਾਜੀ ਮੈਨੂੰ ਬਹੁਤ ਡਰ ਲੱਗਦਾ ਸੱਪ ਨਾਲ। ਸਭ ਤੋਂ ਭਾਜੀ ਛੱਡ ਦੇ, ਛੱਡ ਦੇ ਭਾਜੀ। ਸਾਲਾ ਸਾਨੂੰ ਝੂਠ ਮਾਰਦਾ। ਭਾਜੀ ਤੁਸੀਂ ਕੁੜਦੇ ਘਾਟੋਂ ਡਰਾਉਣੇ ਜਾਂਦੇ ਹੋ। ਡਰਾਉਣਾ ਹੈ? ਕੁੜਦਾ ਘਾਟਾ ਮੈਂ? ਹੋਏ ਅੱਖੀਆਂ ਚ ਰੱਬ ਵਸਦਾ ਖੋਰੇ, ਕਿਸ ਵਿੱਚ ਨਜ਼ਰੀਆਂ ਵੇ ਮੌਲਾ ਜਾਣੇ। ਭਾਜੀ ਮੇਰੀ ਗੱਲ ਤਾਂ ਸੁਣ ਲਓ। ਭੌਂਕ ਭਾਜੀ, ਜਿਹੜੀ ਆ ਕੋਠੀ ਆ ਨਾ, ਇੱਥੇ ਕੋਈ ਆਉਂਦੇ ਆਉਂਦਾ ਨਹੀਂ ਸੀ, ਖਾਲੀ ਪਈ ਸੀ। ਮੈਂ ਕਿਹਾ ਚਲੋ ਕੁੜੀਆਂ ਨੂੰ ਕਿਰਾਏ 'ਤੇ ਚੜਾ ਦਈਏ। ਜੇ ਭਾਜੀ ਤੁਸੀਂ ਕਹਿੰਦੇ ਆਪਾਂ ਸਮਾਨ ਚੱਕ ਕੇ ਬਾਹਰ ਮਾਰਦੇ ਹਾਂ। ਅੱਧੇ ਘੰਟੇ 'ਚ ਕੋਠੀ ਖਾਲੀ ਚਾਹੀਦੀ ਸਾਨੂੰ, ਸਮਝੇ? ਠੀਕ ਹੈ ਜੀ। ਛੋਟੇ ਹਾਂ, ਰਹਿ ਲੈਂਦੇ ਯਾਰ ਕੁੜੀਆਂ ਨੂੰ। ਕਿਉਂ? ਦਿਲ ਲੱਗਾ ਰਹੂਗਾ। ਬਸ ਉਹਨਾਂ ਨੂੰ ਇਹ ਦੱਸ ਦੇ ਕਿਸ ਘਰ ਦਾ ਅਸਲੀ ਮਾਲਿਕ ਕੌਣ ਹੈ? ਕੌਣ ਨੇ? ਬਦਤਮੀਜ਼ ਨਾ ਹੋਵੇ ਤਾਂ। ਸ਼ੇਰੂ ਜੀ, ਕੀ ਹੋਇਆ? ਕੁਛ ਨੀ। ਉਹ ਮੁੰਡੇ ਕੌਣ ਸੀ? ਕਿਹੜੇ ਮੁੰਡੇ? ਉਹ ਜਿਹੜੇ ਪੌੜੀਆਂ ਚ ਸੀ। ਅੱਛਾ, ਤੁਸੀਂ ਤਾਂ ਕਿਹਾ ਸੀ ਇੱਥੇ ਸਿਰਫ ਕੁੜੀਆਂ ਰਹਿ ਸਕਦੀਆਂ ਨੇ। ਅੱਛਾ, ਆਪਣੇ ਦੀ ਗੱਲ ਕਰਦੇ ਹੋ? ਹਾਂਜੀ। ਇੱਧਰੋ ਮੈਂ ਦੱਸਦਾ ਤੁਹਾਨੂੰ, ਆ ਜਾਓ ਬੈਠੋ ਬੈਠੋ। ਬਹੁਤ ਹੀ ਸੈਡ ਸਟੋਰੀ ਆ ਵਿਚਾਰੇ ਦੋਨਾਂ ਦੀ। ਇਹਨਾਂ ਦਾ ਪਿਓ ਬਹੁਤ ਵੱਡਾ ਜਵਾਰੀ ਸੀ ਤੇ ਜੂਦੇ ਵਿੱਚ ਆ ਕੋਠੀ ਆ ਗਿਆ ਤੇ ਮੈਂ ਖਰੀਦ ਲਈ। ਬਸ ਫਿਰ ਉਸ ਤੋਂ ਬਾਅਦ ਦੋਨੇ ਜਾਣੇ ਇਹੋ ਜਿਹੇ ਸਦਮੇ ਚਲੇ ਗਏ ਜਾਣੇ ਦੀ ਦਿਮਾਗੀ ਸੰਤੁਲਨ ਪਾਗਲ ਹੋ ਗਏ। ਹੋਰ ਕੀ,
ਵੱਡਾ ਨਹੀਂ, ਉਹਦੇ ਨਾਲ ਤਾਂ ਬਹੁਤ ਹੀ ਮਾੜੀ ਹੋਈ, ਪੈਸਾ ਤਾਂ ਹਾਰ ਗਿਆ ਤੇ ਇਹਦੀ ਇੱਕੋ ਇੱਕ ਇਕਲੌਤੀ ਗਰਲਫ੍ਰੈਂਡ ਸੀ, ਉਹ ਤੋਂ ਵੀ ਭੱਜ ਗਈ। ਹੋਰ ਕੀ, ਅੱਜ ਵੀ ਲੰਘਦੇ ਵੜਦੇ ਕਦੇ ਕਵਾਰ ਨਾ ਇਸ ਕੋਠੀ 'ਚ ਵਿਚਾਰੇ ਆ ਜਾਂਦੇ ਤੇ ਹੁਣ ਵੀ ਆਪਦੇ ਆਪ ਨੂੰ ਇਸ ਕੋਠੀ ਦੇ ਮਾਲਕ ਸਮਝਦੇ ਨੇ। ਕੱਲ ਨੂੰ ਮੈਨੂੰ ਨੌਕਰ ਵੀ ਕਹਿਣਗੇ, ਹੁਣ ਇਹਨਾਂ ਦੇ ਕਹਿਣ ਨਾਲ ਮੈਂ ਨੌਕਰ ਬਣ ਥੋੜੀ ਚੱਲਿਆ। ਨਹੀਂ ਸ਼ੇਰੂ ਜੀ, ਤੁਸੀਂ ਤਾਂ ਬਹੁਤ ਸਵੀਟ ਹੋ। ਗੋਡ, ਰੱਬ ਚੰਗੇ ਲੋਕਾਂ ਨਾਲ ਮਾੜਾ ਕਿਉਂ ਕਰਦਾ ਹੈ? ਆਪਾਂ ਸਾਰਿਆਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਹਨਾ ਸ਼ੇਰੂ ਜੀ? ਹੁਣ ਤੱਕ ਤਾਂ ਮੈਂ ਤੁਹਾਨੂੰ ਪਿਆਰ ਕਰਦੀ ਸੀ, ਪਰ ਅੱਜ ਤੋਂ ਬਾਅਦ ਮੈਂ ਤੁਹਾਨੂੰ ਰੱਬ ਸਮਝਾਂਗੀ। ਪੱਕੀ ਗੱਲ ਹੈ? ਆਹੋ, ਤੇ ਸੱਚਾਈ ਪਤਾ ਲੱਗਦਾ, ਜੁੱਤੀਆਂ ਵੀ ਬਹੁਤ ਫੇਰੇਂਗੀ। ਰੱਬ ਨੇ ਜੀ ਸਾਜੀ ਰੱਬ। ਗਰਲ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਸ ਘਰ ਦਾ ਅਸਲੀ ਮਾਲਕ ਮੈਂ। ਹੈਲੋ, ਮੇਰਾ ਮਤਲਬ ਅਸੀਂ ਦੋਵੇਂ ਇਸ ਘਰ ਦੇ ਮਾਲਕ ਹਾਂ ਤੇ ਸ਼ੇਰੂ ਸਾਡਾ ਨੌਕਰ। ਸਾਨੂੰ ਪਤਾ ਹੈ ਕੌਣ ਨੌਕਰ ਹੈ, ਕੌਣ ਮਾਲਕ ਹੈ ਤੇ ਕਿਹਦਾ ਦਿਮਾਗ ਖਰਾਬ ਹੈ। ਕੁਛ ਨੀ ਕੁਛ ਨੀ ਭਾਜੀ, ਤੁਸੀਂ ਆਪਦੀ ਗੱਲ ਕਰੋ। ਮੈਂ ਕਹਿ ਰਿਹਾ ਸੀ ਕਿ ਉਹਨਾਂ ਇਸ ਨਵੀਂ ਦੋਸਤੀ ਦੇ ਨਾਲ ਇੱਕ ਪਾਰਟੀ ਹੋ ਜਾਏ। Let's party. ਹਾਂ, ਨਾਲੇ ਮੈਂ ਕਿਤੇ ਪੜਿਆ ਸੀ ਕਿ ਡਾਂਸ ਕਰਨਾ ਬਹੁਤ ਵਧੀਆ ਥੈਰੇਪੀ ਆ। ਅੱਛਾ, ਫਿਰ ਦੱਸੋ ਤੁਹਾਨੂੰ ਕਿੱਥੇ ਲੈ ਕੇ ਚੱਲੀਏ। ਲਗਾਉਂਦਾ ਨਾ, ਬਹੁਤ ਵਧੀਆ। ਮੈਂ ਤੁਹਾਨੂੰ ਇੱਕ ਗੱਲ ਪੁੱਛਾਂ? ਹਾਂਜੀ। ਤੁਹਾਡੇ ਲਾਈਕ ਹੌਬੀਜ਼ ਕੀ ਨੇ? ਹੌਬੀਜ਼ ਤੇ ਬਹੁਤ ਸੀ, ਪਰ ਹੁਣ ਕੁਝ ਕਰਨ ਨੂੰ ਦਿਲ ਹੀ ਨਹੀਂ ਕਰਦਾ। ਪਰ ਇਹ ਤਾਂ ਗਲਤ ਹੈ ਨਾ, ਕਿਸੇ ਦੇ ਛੱਡ ਕੇ ਚਲੇ ਜਾਣਾ ਜ਼ਿੰਦਗੀ ਨਹੀਂ ਖਤਮ ਹੋ ਜਾਂਦੀ। ਕੀ ਮਤਲਬ? ਮਤਲਬ ਕਿ ਮੈਨੂੰ ਪਤਾ ਹੈ ਕਿੰਨਾ ਮੁਸ਼ਕਿਲ ਹੁੰਦਾ ਆਪਣਾ ਪਾਸ ਭੁਲਾਉਣਾ, ਪਰ ਪਿਛਲਾ ਭੁੱਲ ਕੇ ਨਵੇਂ ਰਿਸ਼ਤੇ ਜੋੜਨ ਦੀ ਕੋਸ਼ਿਸ਼ ਕਰੋ। ਲਾਈਕ ਪਤਾ ਨਹੀਂ, ਬਸ ਹੈਪੀ ਰਹੋ। ਸੋਹਣੀਆਂ ਕੁੜੀਆਂ ਦਾ ਦਿਮਾਗ ਖਾਲੀ ਹੁੰਦਾ। ਹਾਂ, ਕੁਝ ਨਹੀਂ। ਜੇ ਤੁਸੀਂ ਮਾਇਨ ਨਾ ਕਰੋ, ਮੈਂ ਤੁਹਾਨੂੰ ਸਵੇਰ ਨੂੰ ਕਿਤੇ ਲੈ ਕੇ ਜਾਣਾ ਚਾਹੁੰਦੀ ਹਾਂ। ਮੈਂ ਕਦੇ ਨਹੀਂ ਮਾਇਨ ਕਰਦਾ, ਲੈ ਚਲੋ। ਹਾਂ, ਹੋਰ ਓਕੇ, ਫਿਰ 9 ਵਜੇ ਤਿਆਰ ਰਹੋ। ਠੀਕ ਆ। ਨਾਲ ਮੈਂ ਜੋ ਕਿਹਾ ਨਾ ਉਸ ਤੇ ਗੌਰ ਕਰੋ, ਕੁਛ ਨਹੀਂ ਹੋਇਆ, ਭੁੱਲ ਜਾਓ। ਪਰ ਕੀ ਭੁੱਲ ਜਾ? ਓ ਹੈਲੋ, ਕਿੱਥੇ ਲੈ ਕੇ ਜਾ ਰਹੀ ਹੈ? ਉਹਦੀ ਮਰਜ਼ੀ ਹੈ, ਸਾਨੂੰ ਇਹ ਫਾਲਤੂ ਕੰਮ ਛੱਡ ਕੇ ਨਾ ਸੋਚ ਰਹੇ ਨੇ ਸਾਨੂੰ ਪੈਸੇ ਕਿੱਦਾਂ ਕਮਾਉਣੇ ਆ। 5 ਦਿਨ ਲੰਘ ਗਏ। ਸੋਰੀ ਯਾਰ, ਸੋਰੀ, ਮੇਰਾ ਦਿਮਾਗ ਖਰਾਬ ਹੋ ਗਿਆ ਯਾਰ, ਮੈਂ ਜਾਣਾ ਹੀ ਨਹੀਂ ਹੁਣ ਇਹਦੇ ਨਾਲ ਯਾਰ। ਦੈਟਸ ਲਾਈਕ ਮਾਈ ਬ੍ਰੋ ਮੈਨ, ਦੈਟਸ ਲਾਈਕ ਮਾਈ ਬਿਗ ਬ੍ਰੋ। ਕਰਨਾ ਕੀ ਹੈ ਮੈਨੂੰ ਇਹ ਦੱਸ, ਆਪਾਂ ਹੁਣ ਬਸ ਨਾ ਪੈਸੇ ਕਮਾਉਣ ਵਾਲ। ਗੁੱਡ ਮਾਰਨਿੰਗ, ਮਾਰਨਿੰਗ। ਸ਼ਮੀ, ਆਰਾਮ ਨਾਲ ਬਹਿ ਕੇ ਨਾ ਗੱਲ ਕਰੀਏ ਆਪਾਂ। ਥੈਂਕ ਯੂ। ਸਿੰਮੀ, ਉਹ ਕਿੱਧਰ ਗਈ? ਸਿੰਮੀ, ਸਿੰਮੀ, ਸਿੰਮੀ,
ਹੈਲੋ ਸਿੰਮੀ, ਵੈਸੇ ਆਪਾਂ ਜਾਗ ਤੇ ਰਹਿ ਸਰਪ੍ਰਾਈਜ਼। ਮੈਨੂੰ ਪਤਾ ਤੁਹਾਡਾ ਸਰਪ੍ਰਾਈਜ਼ ਸੀ ਹੋਣਾ, ਕੋਈ ਰੈਸਟੋਰੈਂਟ, ਕੋਈ ਕਾਫੀ ਸ਼ਾਪ, ਹੈ ਨਾ? ਜੇ ਦੱਸ ਤਾਂ ਸਰਪ੍ਰਾਈਜ਼ ਕਾਹਦਾ ਰਹਿ ਗਿਆ। ਚੱਲ ਵੀ ਰੋਬੀ, ਕਰੇ ਮਤ। ਰੋਬੀ, ਹਾਂ, ਇਹ ਮੇਰਾ ਹੱਥ ਹੈ ਤੇ ਤੇਰਾ ਹੀ ਹੈ। ਮੈਨੂੰ ਪਤਾ ਹੈ ਤੁਹਾਨੂੰ ਹਰੇ ਕੁੜੀ ਚ ਉਹਦਾ ਹੀ ਚਿਹਰਾ ਨਜ਼ਰ ਆਉਂਦਾ ਹੋਣਾ ਨਾ। ਹੈ? ਓ ਚਲੋ, ਲੱਗਦੀ ਹੈ ਹੈਲੋ ਚਲਾ ਲੇਗੀ ਨਾ? ਥੋੜੀ ਬਹੁਤ ਬੈਂਟ ਲਗਾ ਲਿਓ। ਬੈਂਟ ਲਾ ਲੈਣਾ, ਤੂੰ ਸਾਹਮਣੇ ਵੇਖ। ਸਤਿ ਸ਼੍ਰੀ ਅਕਾਲ ਡਾਕਟਰ ਜੀ। ਦਿਮਾਗ ਦੀ ਫੋਟੋ? ਬੈਠੋ। ਥੈਂਕ ਯੂ। ਬੈਠੋ ਜੀ, ਬੈਠੋ। ਇਹਨਾ ਰੋਬੀ ਨੇ ਤੇ ਇਹਨੇ ਡਾਕਟਰ ਗੁਪਤਾ, ਪੰਜਾਬ ਦੇ ਨੰਬਰ 1 ਦਿਮਾਗ ਦੇ ਡਾਕਟਰ, ਜਿੰਨੇ ਵੀ ਪੇਸ਼ੈਂਟ ਇਹਨਾਂ ਕੋ ਆਏ ਨਾ, ਸਾਰੇ 3-4 ਸਿਟਿੰਗ ਵਿੱਚ ਠੀਕ ਹੋ ਜਾਂਦੇ ਨੇ। ਵਾਓ, ਗ੍ਰੇਟ। ਡਾਕਟਰ ਸਾਹਿਬ ਦੇਖੋ ਕਿੰਨੀ ਸੋਹਣੀ ਕੁੜੀ ਆ, ਜੇ ਕਿਤੇ ਦਾ ਦਿਮਾਗ ਠੀਕ ਹੋ ਜਾਏ ਨਾ, ਫਿਰ ਤੇ ਬੱਲੇ ਬੱਲੇ ਆ। ਉਹਦਾ ਵੀ ਤੁਹਾਡੇ ਬਾਰੇ ਹੀ ਖਿਆਲ ਹੈ, ਮੁੰਡਾ ਸੋਹਣਾ ਹੈ, ਬਸ ਦਿਮਾਗ ਠੀਕ ਹੋ ਜਾਏ ਫਿਰ ਤਾਂ ਬੱਲੇ ਬੱਲੇ ਆ। ਮੇਰੇ ਦਿਮਾਗ ਨੂੰ ਕੀ ਹੋਇਆ? ਰੋਬੀ, ਇਟਸ ਓਕੇ, ਸਾਰਾ ਕੁਝ ਠੀਕ ਹੋ ਜਾਊਗਾ। ਪਰ ਕੀ ਠੀਕ ਹੋ ਜਾਊਗਾ? ਵੀ ਨੋ ਰੋਬੀ, ਜਿਸ ਕੁੜੀ ਨੂੰ ਤੂੰ ਪਿਆਰ ਕਰਦਾ ਸੀ ਉਹ ਤੈਨੂੰ ਛੱਡ ਕੇ ਚਲੀ ਗਈ, ਕਿਉਂਕਿ ਤੇਰੇ ਪਿਓ ਦੀਆਂ ਜੂਏ ਦੀਆਂ ਆਦਤਾਂ ਨੇ ਤੈਨੂੰ ਕੰਗਾਲ ਕਰਕੇ ਰੱਖ ਦਿੱਤਾ। ਕੁੜੀ, ਜੂਆ ਕੰਗਾਲ ਕਿਹਨੇ ਕਿਹਾ? ਕਰਦੇ ਅਸਲੀ ਮਾਲਕ, ਉਸ ਰੱਬ ਦੇ ਬੰਦੇ ਸ਼ੇਰੂ ਨੇ। ਸ਼ੇਰੂ ਨੇ? ਸ਼ੇਰੂ? ਰੋਬੀ, ਪ੍ਰੋਬਲਮ ਕਾਫੀ ਡੀਪ ਰੂਟਡ ਲੱਗਦੀ ਹੈ। ਤੁਸੀਂ ਏਦਾਂ ਕਰੋ, ਅੰਦਰ ਚਲੋ, ਮੈਂ ਇਹਦੇ ਨਾਲ ਗੱਲ ਕਰਕੇ ਆਉਂਦੀ ਹਾਂ। ਹੈਲੋ ਮਿਸਟਰ, ਇਹ ਕੀ ਹੋ ਰਿਹਾ ਇੱਥੇ? ਸਨ ਬਾਤ ਤੋਂ ਸੇਕ ਰਿਹਾ ਯਾਰ। ਕੋਈ ਸ਼ਰਮ ਯਾਰ ਹੈ ਕਿ ਨਹੀਂ ਤੁਹਾਨੂੰ? ਜੇ ਅਗਲਾ ਬੰਦਾ ਤੁਹਾਨੂੰ ਕੁਝ ਕਹਿੰਦਾ ਨੀ, ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਉਹਦੀ ਕੋਠੀ ਚ ਨੰਗੇ ਘੁੰਮੋ। ਸਾਡੀ ਕੋਠੀ ਹੈ। ਓ ਹੈਲੋ, ਇਸ ਕੋਠੀ ਦੇ ਮਾਲਕ ਸ਼ੇਰੂ ਜੀ ਨੇ। ਹਾਂ, ਨਾਲੇ ਸਾਡਾ ਪਿਓ ਇਹ ਕੋਠੀ ਜੂਏ ਚ ਹਾਰ ਗਿਆ ਸੀ, ਹੈ ਨਾ? ਸਾਰੀਆਂ ਕੁੜੀਆਂ ਨੂੰ ਇਹ ਸਟੋਰੀ ਸੁਣਾਈ ਉਹਨੇ ਸ਼ੇਰੂ ਨੇ। ਕਿੱਥੇ ਹੋ? ਸਾਲਿਆ, ਕੁੜੀਆਂ ਨੂੰ ਕਹਿੰਦਾ ਵੀ ਤੂੰ ਮਾਲ ਕਹਿੰਦੇ ਸੀ ਨੌਕਰੇ ਓਏ ਸਾਲਾ। ਬਾਜੀ ਗੱਲ ਸੁਣੋ, ਚਪੇੜਾ ਮਾਰੀਆਂ ਨੇ, ਮਾਰ ਲਓ, ਪਰ ਨਗਰਾਂ ਤੋਂ ਲਾਓ ਕਮਾਲ ਕਰਦੇ ਨੇ ਨਾ। ਰੋਬੀ, ਰੋਬੀ, ਸੱਚਾਈ ਦਾ ਸਾਹਮਣਾ ਕਰੋ। ਡਰਾਓ ਨਾ, ਮਾਰਨਾ ਮਾਰ ਲਓ ਬੇਸ਼ੱਕ। ਉਹ ਜੋ ਮਰਜ਼ੀ ਕਰ ਲਾ ਯਾਰ, ਜੋ ਮਰਜ਼ੀ, ਜੋ ਮਰਜ਼ੀ। ਸ਼ੇਰੂ ਮਾਲਕ ਹੈ, ਤੁਸੀਂ ਨੌਕ ਕਰੋ। ਹਾਂ, ਪਰ ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਜਾਣਾ, ਠੀਕ ਹੈ? ਜੱਫੀਆਂ ਪਾਉਣ ਆਇਆ ਆਸਟ੍ਰੇਲੀਆ ਤੋਂ। ਉਹ ਕਿੱਥੇ ਗਿਆ ਸ਼ੇਰੂ? ਅਸੀਂ ਪਾਗਲ ਕੋਠੀ ਤੇਰੇ ਪਿਓ ਦੀ ਹੈ। ਆ ਕੰਜਰ ਕਹਿੰਦਾ, ਛੱਡ ਦੋ ਬਾਜੀ, ਮੇਰੀ ਛੱਡ ਦੋ ਬਾਜੀ, ਛੱਡ ਦੇ ਤੈਨੂੰ, ਛੱਡ ਦੇ ਵੀ ਇਹਨੂੰ, ਛੱਡ ਦੇ ਇਹਨੂੰ, ਛੱਡ ਦੋ ਨੀ ਬਾਜੀ, ਮਾਫੀ ਵਾਲੇ, ਛੱਡ ਦੋ, ਮੈਨੂੰ ਮਾਫ ਕਰ ਦੋ,
ਮੈਂ ਰੂਬੀ ਨੂੰ ਬਹੁਤ ਪਿਆਰ ਕਰਦਾ ਪਾ। ਅੱਛਾ ਰੂਬੀ ਨੂੰ? ਰੂਬੀ ਮੈਂ ਉਹਨੂੰ ਕਹਿ ਬੈਠਿਆ ਵੀ ਆ ਕੋਠੀ ਦਾ ਮਾਲਕ ਮੈਂ। ਅੱਛਾ ਪਾਜੀ, ਮੈਂ ਪਾਜੀ ਮੈਂ ਮੈਂ ਬੰਦਾ ਮਾੜਾ ਨਹੀਂ, ਬੰਦਾ ਬਹੁਤ ਕੰਮ ਦਾ ਪਾਜੀ। ਸਾਡੇ ਕਿਸੇ ਕੰਮ ਦਾ ਨਹੀਂ ਹੈ, ਛੱਡ ਦੇ ਨੂੰ, ਛੱਡ ਦੇ ਨੂੰ, ਛੱਡ ਦੇ। ਦੇਖੋ ਤੁਹਾਡੇ 6 ਦਿਨ ਨਿਕਲ ਚੁੱਕੇ ਨੇ ਤੇ 24 ਦਿਨ ਬਾਕੀ ਨੇ ਬਾਜੀ। ਤੁਹਾਡੀ ਮੈਂ 30 ਲੱਖ ਰੁਪਇਆ ਕਮਾਉਣ ਚ ਬਹੁਤ ਮਦਦ ਕਰ ਸਕਦਾ ਬਾਜੀ। ਪਾਜੀ ਮੈਂ ਬੈਠਦਾ। ਉਹ ਆਈਡੀਆ ਭੌਂਗ ਛੇਤੀ ਭਾਜੀ। ਤੁਸੀਂ ਬਾਹਰੋਂ ਪੰਜਾਬ ਦੇ ਵਿੱਚ ਪੈਸਾ ਕਮਾਉਣ ਤੇ ਪੰਜਾਬ ਦੇ ਲੋਕ ਬਾਹਰ ਜਾਂਦੇ ਭਾਜੀ ਪੈਸਾ ਕਮਾਉਣ। ਮਾਰਾਂ ਤੇ ਫਿਰ ਆਈਡੀਆ ਤੇਰਾ ਭਾਜੀ, ਮੈਂ ਦੱਸ ਮੈਨੂੰ ਟੰਗ ਯਾਰ ਫਿਰ ਭਾਜੀ। ਮੇਰੀ ਗੱਲ ਤਾਂ ਸੁਣੋ ਭਾਜੀ, ਦੇਖੋ ਤੁਸੀਂ ਕੋਲ ਭਾਜੀ ਇਮੀਗ੍ਰੇਸ਼ਨ ਆਫਿਸ ਭਾਜੀ, ਜੇ ਆਪਾਂ 10 ਬੰਦਿਆਂ ਦੇ ਵੀਜ਼ੇ ਲਵਾ ਦਈਏ ਨਾ 3 ਲੱਖ ਰੁਪਈਆ ਪਰ ਬੰਦਾ ਵੀ ਆਪਾਂ ਵਿੱਚੋਂ ਕੱਢ ਲਈਏ, ਸਮਝੋ ਆਪਣਾ ਕੰਮ ਹੋ ਗਿਆ। ਉਹ ਇਮੀਗ੍ਰੇਸ਼ਨ ਦੇ ਆਫਿਸ ਅੱਗੇ ਥੋੜੇ ਪੰਜਾਬ 'ਚ, ਸਾਡੇ ਕੋਲ ਕਿਉਂ ਆਊਗਾ ਕੋਈ? ਮੈਂ ਦੱਸਦਾ ਤੁਹਾਨੂੰ, ਜਿਵੇਂ ਨਾ ਭਾਜੀ ਦੇਖੋ ਬਰਾੜ ਸਾਹਿਬ ਦੀ ਬਾਹਰ ਇੱਜ਼ਤ ਬਹੁਤ ਹੈ ਭਾਜੀ, ਜਿਵੇਂ ਆਪਾਂ ਨੂੰ ਚਾਹੀਦੇ ਨੇ ਬੰਦਿਆਂ ਵਾਸਤੇ ਭਾਜੀ ਵਰਕ ਪਰਮਿਟ ਭਾਜੀ, ਜੇ ਆਪਣੇ ਬੰਦਿਆਂ ਨੇ ਵਰਕ ਪਰਮਿਟ ਸਮਝੋ ਬਣ ਗਏ ਭਾਜੀ ਅੰਬੈਸੀ ਦੇ ਵਿੱਚ ਟੱਪੇ ਠਾ 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 ਕਰਕੇ ਭਾਜੀ। ਮੇਰੇ ਗੱਲ ਸਹੀ ਹੈ, ਡੈਡੀ ਨਾਲ ਗੱਲ ਕਰਦੇ ਯਾਰ। ਕਮਲਾ ਯਾਰ ਤੂੰ, ਸ਼ਰਤਾਂ ਇਹ ਆ ਡੈਡ ਦੀ ਹੈਲਪ ਤੋਂ ਬਗੈਰ ਪੈਸੇ ਕਮਾਉਣੇ। ਇਹ ਵੀ ਤਾਂ ਸਿਆਪਾ ਹੈ ਯਾਰ, ਫਿਰ ਪੰਗਾ ਪੈ ਗਿਆ ਭਾਜੀ। ਦੇਖੋ ਬੰਦਾ ਤਾਂ ਲੱਭਣਾ ਪੈਣਾ ਤੁਹਾਨੂੰ ਬੰਦਾ। ਵੀਰੇ ਚੌਖੇ ਨਾਲ ਗੱਲ ਕਰੀਏ, ਰੋਹਿਤ ਰੋਹਿਤ ਨਾਲ ਗੱਲ ਕਰੋ। ਤੈਨੂੰ ਕੀ ਪਤਾ ਰੋਹਿਤ ਹੈ? ਮੇਰਾ ਮਤਲਬ ਜੇ ਭਾਜੀ ਕਹ ਰਹੇ ਨੇ ਮਤਲਬ ਠੀਕ ਹੀ ਹੋਣਾ ਹੈ ਯਾਰ। ਰੋਹਿਤ ਨਾਲ ਗੱਲ ਕਰਦੇ, ਰੋਹਿਤ ਕਰਵਾ ਸਕਦਾ ਗੱਲ, ਸਮਝੋ ਆਪਣੀ ਨੇੜੇ ਲੱਗੀ। ਹੋਰ ਕੀ ਕੰਮ ਹੋਇਆ ਪਿਆ ਭਾਜੀ? ਹੁਣ ਮੈਂ ਪੈਗ ਲਾ ਲਾਲਾ ਮਤਲਬ ਮੈਂ ਤੁਹਾਡੇ ਵਾਲੇ ਪਾਸੋਂ ਵੀ ਹਾਂ ਸਮਝਾ ਮਾਰ। ਮੇਰੇ ਤੇ ਇਸ ਪ੍ਰੋਪਰਟੀ ਦੇ ਵਿੱਚ 24 ਦਿਨ ਰਹਿ ਗਏ ਨੇ। ਜੇ ਉਹ ਨਲਾਇਕ 30 ਲੱਖ ਕਮਾ ਗਏ ਤਾਂ ਪੂਰੀ ਉਮਰ ਕੰਪਨੀ ਦਾ ਇੰਪਲੋਈ ਬਣ ਕੇ ਰਹਿ ਜਾਊਗਾ। ਹਾਂ ਰੋਹਿਤ, ਡਿਊਡ ਤੇਰੀ ਇੱਕ ਹੈਲਪ ਚਾਹੀਦੀ ਹੈ ਯਾਰ। ਹਾਂ ਦੱਸੋ ਕੀ ਹੈਲਪ ਚਾਹੀਦੀ ਹੈ ਮੇਰੀ? ਅਸੀਂ ਨਾ ਇਮੀਗ੍ਰੇਸ਼ਨ ਦਾ ਕੰਮ ਕਰਨ ਲੱਗੇ ਹਾਂ ਇੱਥੇ, ਸਾਨੂੰ ਤਾਂ ਇਹੀ ਤਰੀਕਾ ਲੱਭਾ 30 ਲੱਖ ਰੁਪਇਆ ਕਮਾਉਣ ਦਾ। ਗ੍ਰੇਟ ਯਾਰ, ਦੱਸੋ ਕੀ ਕਰ ਸਕਦਾ ਮੈਂ? ਸਿੰਪਲ ਜੀ ਗੱਲ ਹੈ ਯਾਰ, ਜਿਹੜੇ ਬੰਦਿਆਂ ਦੇ ਫਾਰਮ ਅਸੀਂ ਤੈਨੂੰ ਭੇਜਾਂਗੇ ਨਾ, ਉਹਨਾਂ ਦੇ ਸੇਮ ਪ੍ਰੋਫੈਸ਼ਨ ਦੇ ਜੋਬ ਆਫਰ ਲੈਟਰ ਸਾਨੂੰ ਭੇਜਣੇ। ਅੱਛਾ ਕੋਈ ਗੱਲ ਨਹੀਂ, ਮੈਂ ਕਿਸੇ ਜੋਬ ਕੰਸਲਟੈਂਟ ਨਾਲ ਗੱਲ ਕਰ ਲੈਂਦਾ। ਥੈਂਕ ਯੂ ਯਾਰ। ਕੀ ਕਹਿੰਦਾ? ਕਰਦਾ ਕੁਛ ਕਰ ਦੇਣਾ ਇਹਨੇ। ਹੁਕਮ ਦਾ ਇੱਕਾ ਸਿੱਟ ਬੈਠੇ ਨੇ, ਚੱਕ ਲੈ ਰੋਹਿਤ। ਬਾਈ ਦਿਨ ਰਹਿ ਗਏ ਬਸ, ਹੁਣ ਗਾਹਕ ਆ ਜੀ ਕੋਈ। ਪ੍ਰੈਜੈਂਟੇਸ਼ਨ ਤਿਆਰ ਹੈ ਤੇਰੀ? ਗੇਮਾਂ ਖੇਡਦਾ ਰਹਿੰਦਾ। ਇੱਧਰ ਦੇ ਓਹੋ
ਅੰਤਿਮ ਮੁਕਤਾ ਖੁਸ਼ਾਂ ਮਾਡਰ ਤੇਰੀ ਮੈਡਮ ਆਈ ਹੈ। ਕੋਈ ਪ੍ਰੋਬਲਮ ਹੈ ਯਾਰ ਤੈਨੂੰ? ਓ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਪਤਾ ਚੱਲਿਆ ਕਿ ਤੁਸੀਂ ਇਮੀਗ੍ਰੇਸ਼ਨ ਦਾ ਬਿਜ਼ਨਸ ਸ਼ੁਰੂ ਕੀਤਾ। ਹਾਂਜੀ ਹਾਂਜੀ। ਮੈਂ ਗੁੱਡ ਲੱਕ ਵਾਸਤੇ ਫਲਾਵਰਸ ਲੈ ਕੇ ਆਈ ਸੀ। ਥੈਂਕ ਯੂ ਸੋ ਮਚ ਜੀ। ਤੁਸੀਂ ਆਗੇ ਬਸ ਇਹੀ ਸਾਡਾ ਗੁੱਡ ਲੱਕ ਸੀ। ਕਿੰਨੇ ਸੋਹਣੇ ਫੁੱਲ ਹੈ ਨਾ, ਖੁਸ਼ਬੂ ਵੀ ਕਿੰਨੀ ਚੰਗੀ ਹੈ। ਨਕਲੇ ਫੁੱਲ ਖੁਸ਼ ਸੈਂਸਿਟਿਵ ਹੋ ਕੇ ਸੋਚ, ਨਕਲੀ ਫੁੱਲਾਂ 'ਚ ਵੀ ਖੁਸ਼ਬੂ ਆਊਗੀ। ਪਲੀਜ਼ ਮੈਨੂੰ ਤੇ ਪਸੰਦ ਹੀ ਨਕਲੀ ਫੁੱਲ ਆ ਜੀ। ਅਸਲੀ ਫੁੱਲ ਨਾ ਦੇਖੋ ਤੋੜਨੇ ਪੈਂਦੇ, ਪਾਪ ਲੱਗਦਾ ਪਤਾ। ਬਾਪ ਬਾਪੂ ਸੋਚੋ ਬਾਪੂ। ਬਹੁਤ ਸ਼ਰਾਰਤੀ ਆ ਜੀ। ਹਾਂਜੀ ਛੋਟਾ ਹੈ ਨਾ ਤਾਂ ਹੀ ਲਾਡਲਾ। ਹਾਂਜੀ ਵੈਸੇ ਤੁਹਾਡੇ ਵਿਚਾਰ ਕਿੰਨੇ ਚੰਗੇ ਨੇ। ਕਦੇ ਮਾਣ ਹੀ ਨਹੀਂ ਕੀਤਾ ਜੀ। ਤੁਹਾਨੂੰ ਕੋਈ ਕੁੜੀ ਕਿਵੇਂ ਛੱਡ ਕੇ ਜਾ ਸਕਦੀ ਹੈ? ਦਫਾ ਕਰੋ ਜੀ ਉਹਨੂੰ, ਬਸ ਤੁਸੀਂ ਨਾ ਛੱਡ ਕੇ ਜਾਇਓ। ਹਾਲੇ ਤਾਂ ਮੈਨੂੰ ਜਾਣਾ ਪੈਣਾ, ਕਿਉਂ ਸਕੂਲ ਵਾਸਤੇ ਲੇਟ ਹੋ ਰਹੀ ਹਾਂ। ਉਦਾਂ ਵੀ ਤੁਹਾਨੂੰ ਬਹੁਤ ਕੰਮ ਹੋਣਾ ਨਾ, ਮੈਂ ਐਵੇਂ ਆ ਕੇ ਡਿਸਟਰਬ ਕਰ ਦਿੱਤਾ। ਓਕੇ ਬਾਏ। ਓਕੇ ਕੰਮ ਤੇ ਕੋਈ ਨਹੀਂ ਸੀ। ਬਾਏ ਬਾਏ ਕੰਮ ਬਾਏ ਬਾਏ ਰੋਲੀ ਬਾਏ ਬਾਏ ਸਤਿ ਸ਼੍ਰੀ ਅਕਾਲ। ਬਦਤਮੀਜ਼ ਜੀ। ਓਏ ਤੂੰ ਮੇਰਾ ਗੁਰੂ ਹੁੰਦਾ ਸੀ ਯਾਰ, ਆਪਾਂ ਫਲਰਟ ਕਰਦੇ ਠੀਕ ਲੱਗਦੇ। ਕੀ ਹੈ, ਸੀਰੀਅਸ ਨਹੀਂ ਹੋਣਾ, ਆਸਟ੍ਰੇਲੀਆ ਬਾਰੇ ਸੋਚਣਾ, ਆਸਟ੍ਰੇਲੀਆ ਦੀ ਕੁੜੀਆਂ ਬਾਰੇ ਸੋਚਣਾ ਜਿਹੜੀ ਸਾਡੇ ਦੋਵਾਂ ਲਈ ਕਰਵਾ ਚੌਥ ਦੇ ਵਰਤ ਰੱਖ ਕੇ ਬੈਠੇ ਉੱਥੇ। ਐਂਡ ਵਾਟ ਯੂ ਡੂਇੰਗ? ਨਮਸਤੇ। ਆਓ ਜੀ ਆਓ ਜੀ ਆਓ ਬ੍ਰਦਰ, ਆਓ ਜੀ ਆਓ ਜੀ। ਭਾਜੀ ਦੁਕਾਨ ਆਪਣੀ ਹੈ। ਹਾਂਜੀ ਬ੍ਰਦਰ ਆਫਿਸ ਆਪਣਾ ਹੈ। ਤੁਸੀਂ ਇਹ ਦੱਸੋ ਜਾਣਾ ਕਿਤੇ? ਤੁਸੀਂ ਬਾਹਰ, ਅਸੀਂ ਵਾਰਡ 'ਚ ਤੁਹਾਨੂੰ ਕਿਤੇ ਵੀ ਭੇਜ ਸਕਦੇ। ਮੇਰੀ ਗੱਲ ਸੁਣੋ, ਨੇਪਾਲ, ਸ਼੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਪਰ ਸਾਡੀ ਸਲਾਹ ਤੁਸੀਂ ਜਾਓ। ਦੇਖੋ ਵੀਰੇ ਬਹੁਤ ਲੰਬਾ ਪ੍ਰੋਸੀਜਰ ਹੈ ਵੀਜ਼ੇ ਦਾ। ਵੈਸੇ ਤਾਂ ਬਹੁਤ ਲੰਬਾ ਪ੍ਰੋਸੀਜਰ ਹੁੰਦਾ ਭਾਜੀ, ਦੋ ਹਫ਼ਤੇ 'ਚ ਵੀਜ਼ਾ ਹੋ ਜਾਣਾ ਇਹਦਾ। ਦੇਖ ਯਾਰ 15 ਦਿਨ ਦਾ ਪ੍ਰੋਸੀਜਰ ਤਾਂ ਹੈ, ਪਰ ਮਿਲਵਾ ਦੇਂਗੇ ਯਾਰ ਦੋ ਹਫ਼ਤੇ। ਦੇਖ ਯਾਰ ਵੀਰੇ ਨੇ ਕਹਿਤਾ ਤੇਰਾ ਦੋ ਹਫ਼ਤੇ 'ਚ ਵੀਜ਼ਾ ਪੱਕਾ ਹੈ, ਤੇਰੇ ਕੋਲ ਪਾਸਪੋਰਟ ਹੈ ਨਹੀਂ ਹੈ, ਬੜਾ ਸ਼ੰਕਾ ਕਰਦਾ ਸੀ ਬਾਹਰ ਭੇਜਣਾ। ਤੁਸੀਂ ਇਹ ਦੱਸੋ ਤੁਸੀਂ ਜਾਣਾ ਕਦੋਂ ਚਾਹੁੰਦੇ ਹੋ ਬਾਹਰ? ਉਹ ਭਾਜੀ ਜਾਣ ਨੂੰ ਤੇ ਬਾਹਰ ਕੱਲ ਚੱਲ ਜਾਈਏ, ਭੇਜ ਦੇ ਮੇਰੇ ਨਾਲ। ਕਿਸੇ ਨੇ ਪੈਸੇ ਮਾਰ ਲਏ। ਪੈਸੇ ਦੀ ਤਾਂ ਕੋਈ ਗੱਲ ਹੀ ਨਹੀਂ ਭਾਜੀ, ਪੈਸੇ ਦੀ ਕੀ ਗੱਲ ਹੈ? ਲੈ ਕੇ ਕਿਹਾ ਤੂੰ? ਕਿਹਨੇ ਪੈਸੇ ਲੈ ਕੇ ਆਇਆ ਤੁਸੀਂ? ਲੈ ਕੇ ਆਇਆ? ਉਹ ਭਾਜੀ ਮੈਂ ਪੈਸੇ ਲੈਣ ਆਇਆ ਹੈ। 137 ਰੁਪਏ ਚਾਹ ਦੇ ਬਕਾਇਆ, ਮਿੱਠੂ ਬਿਜਲੀ ਵਾਲਾ ਹੁੰਦਾ ਸੀ ਨਾ ਪਹਿਲਾਂ ਇੱਥੇ। ਤੇਰੀ ਓਏ ਉੱਠ ਭਾਜੀ, ਕੁਛ ਭਾਜੀ 120 110 ਦੇ ਦਿਓ, ਛੱਡ ਦੇ ਦਿਓ। ਛੋਟੂ ਚਾਹ ਲੈ ਗਿਆ ਓਏ। ਭਾਜੀ ਕੰਮ ਵਧੀਆ ਚੱਲ ਪਿਆ ਲੱਗਦਾ, ਜਿਹੜੇ ਬਿਜ਼ੀ ਆ ਰਹੇ ਹੋ। ਸਵਾਹ ਬਿਜ਼ੀ ਹੈ ਯਾਰ, ਜਿੱਦਣ ਦਾ ਆਫਿਸ ਖੋਲਿਆ ਨਾ ਬੰਦਾ ਨਾ ਬੰਦੇ ਜਾ। ਕੀ ਕਹਿ ਰਹੇ ਹੋ? ਜਿੱਦਣ ਦਾ ਆਫਿਸ ਖੋਲਿਆ ਨਾ ਨਾ ਬੰਦਾ ਨਾ ਬੰਦੇ ਜਾ। ਕੀ ਕਹਿ ਰਹੇ ਹੋ ਭਾਜੀ? ਜਿੱਦਣ ਦਾ ਹੁਣ 35 ਵਾਰੀ ਦੱਸਾਂ ਤੈਨੂੰ। ਨਹੀਂ ਸਮੇਂ ਤਾਂ ਗਿਆ ਸੀ ਭਾਜੀ, ਮੇਰੇ ਮਤਲਬ ਇੰਨਾ ਬੜਾ ਹਾਲ। ਹੋਰ ਕੀ, ਹੁਣ ਮੈਂ ਉਹਨੂੰ ਰਾਲੀ ਨੂੰ ਭੇਜਿਆ ਅਖਬਾਰ 'ਚ ਇਸ਼ਤਿਹਾਰ ਦੇਣ ਲਈ। ਭਾਜੀ ਇਹਨੇ ਤਾਂ ਇਸ਼ਤਿਹਾਰ ਬ੍ਰੈਡ ਪਕੌੜੇ
ਰਾਕੇ ਖਾਣ ਦੇ ਕੰਮ ਆਉਂਦਾ ਬ੍ਰੈਡ ਪਕੌੜੇ। ਬਿਲਕੁਲ ਭਾਜੀ, ਜੇ ਬੰਦੇ ਆਪਣੇ ਕੋਲ ਨਹੀਂ ਆ ਰਹੇ ਨਾ, ਆਪਾਂ ਨੂੰ ਬੰਦੇ ਕੋਲ ਜਾਣਾ ਚਾਹੀਦਾ। ਉਹ ਕਿਵੇਂ ਸਕੀਮ ਭਾਜੀ? ਦੱਸ ਫਿਰ ਸਕੀਮ ਭਾਜੀ। ਦੇਖੋ ਸਕੀਮ ਮੈਂ ਦੱਸਦਾ, ਪਰ ਕੋਠੀ ਫਿਰ ਮਿਲ ਜਾਣੀ ਪੈਣੀ ਹੈ। ਉਹ ਲੈ ਲਈ ਕੋਠੀ, ਸਕੀਮ ਚੰਗੀ ਦੱਸੀ। ਸਕੀਮ ਸੁਣੋ ਭਾਜੀ, ਕੋਠੀ 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 ਪੱਕੀ, ਚਪੇੜਾਂ ਬਹੁਤ ਪੈਣੀਆਂ ਜੀ ਯਾਰ। ਕੀ ਸਕੀਮ ਪੁੱਠੀ ਪਈ ਦੇ? ਸਕੀਮ ਫਿਰ ਮਰੂ ਭਾਜੀ, ਪੂਰੀ ਤੁਹਾਨੂੰ ਆਸਟ੍ਰੇਲੀਆ ਭੇਜ ਕੇ ਭਾਜੀ। ਮਗਰ ਪਿਛਲੇ ਚੌਂਕ ਤੋਂ ਭੱਜਦੇ ਆ ਰਹੇ ਆ, ਸਾਲੇ ਨੇ 50 ਨਾਸ ਮਾਰਤਾ। ਉਹ ਬਾਈ ਤੂੰ ਤਾਂ ਇਹਨੂੰ ਫੜ ਕੇ ਕਮਾਲ ਹੀ ਕਰਤੀ ਕਾਕਾ। ਵਧੀਆ ਫਿਰ ਫੋੜੋ ਫੋੜੋ ਲਵਾ ਮੇਰੀ ਅਖਬਾਰ ਚ। ਅਖਬਾਰ ਦੇਖ, ਜਿਹੜਾ ਮੁੰਡਾ ਤੇਰੇ ਭਰਾ ਪਿੱਛੇ ਭੱਜਿਆ ਸੀ ਨਾ, ਉਹਦੀ ਫੋਟੋ ਆਈ ਅਖਬਾਰ ਚ। ਹਾਂ ਹਾਂ, ਫੜਿਆ ਗਿਆ ਹੁਣ, ਨਸ਼ੇ ਵੇਚਦਾ। ਉਹ ਨਹੀਂ ਯਾਰ, ਤੂੰ ਇੱਧਰ ਤਾਂ ਆ ਦੇਖ, ਇਹਦੇ ਚ ਤਾਂ ਲਿਖਿਆ ਹੈ ਉਹਨੇ ਨਸ਼ਾ ਵੇਚਣ ਵਾਲੇ ਨੂੰ ਫੜਾ ਕੇ ਪੁਲਿਸ ਦੀ ਮਦਦ ਕੀਤੀ ਹੈ। ਆ ਦੇਖ, ਪਤਾ ਨੀ ਕੌਣ ਹੈ, ਕਿੱਥੇ ਰਹਿੰਦਾ ਹੁਣ। ਜੇ ਮਾਫ਼ੀ ਵੀ ਮੰਗਾ ਤੇ ਕਿੱਥੇ ਜਾ ਕੇ ਮੰਗਾ। ਐ ਕਾਕਾ, ਸ਼ੇਰੂ ਦਾ ਗੈਸਟ ਹਾਊਸ ਇਹੀ ਹੈ? ਇਹੀ ਆ, ਪਰ ਬੰਦਿਆਂ ਦਾ ਕੋਈ ਕੰਮ ਨਹੀਂ। ਚੱਲ ਬਾਹਰ। ਪਾਪਾ 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 ਹੈ ਪਾਪਾ 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 ਨੂੰ ਸਾਈਡ ਤੇ ਲਾਓ, ਇੱਧਰ ਲੈ ਕੇ ਆਓ। ਉਹ ਤੂੰ ਪਾਗਲ, ਗੱਲ ਕਿਵੇਂ ਕਰਦਾ ਹੀ? ਜਾ ਕੇ ਪਾਪਾ ਦਾ ਸਮਾਨ ਲੈ ਕੇ ਬਾਹਰੋ। ਠੀਕ ਹੈ ਜੀ, ਬਦ ਪੀਜਣਾ ਹੋਵੇ ਕਿਸਾਨ। ਬੈਠੋ ਪਾਪਾ। ਠੀਕ ਹੈ ਠੀਕ ਹੈ ਉਸਤਾਦ ਜੀ, ਪਰ ਪਾਪਾ ਤੇ ਖਾਲੀ ਹੱਥ ਆਏ ਨੇ। ਉਹ ਅੱਛਾ ਜੀ। ਪਾਪਾ, ਤੁਹਾਡਾ ਇਹ ਹਾਲ ਕਿਹਨੇ ਕੀਤਾ? ਹੈ ਸੀ ਕੋਈ ਨਲਾਇਕ ਬੰਦਾ। ਨਲਾਇਕ ਬੰਦਾ? ਸਾਡੇ ਹੁੰਦੇ ਹੋਏ ਇਸ ਇਲਾਕੇ 'ਚ ਕੋਈ ਹੋਰ ਨਲਾਇਕ, ਮੇਰਾ ਮਤਲਬ ਬਦਮਾਸ਼ ਬੰਦਾ ਕੌਣ ਹੋ ਸਕਦਾ? ਤੁਸੀਂ ਇੱਕ ਵਾਰੀ ਪਾਪਾ ਉਹਨਾਂ ਦਾ ਨਾਂ ਦੱਸੋ, ਸ਼ੇਰੂ ਜੀ ਉਹਨਾਂ ਦਾ ਪਰਥਾ ਬਣਾ ਦੇਣਗੇ। ਅੱਛਾ, ਓਕੇ ਓਕੇ ਓਕੇ। ਉਹਨੂੰ ਚਪੇੜ ਮਾਰ ਦੂਗੀ। ਇਹ ਕੌਣ? ਉਹ ਇਹੀ ਆ, ਇਹੀ। ਉਹ ਇਹ ਅੰਕਲ ਕਿੱਥੋਂ ਆ ਗਿਆ? ਰੂਪੀ ਦੇ ਪਾਪਾ। ਪਾਪਾ ਬੈਠੋ। ਪਾਪਾ ਦੇਖ ਲੈਂਦੇ ਇਹਨਾਂ ਪਾਗਲਾਂ ਦੀ ਕਰਤੂਤ। ਸਾਡਾ ਅਹਿਸਾਨ ਤਾਂ ਕੀ ਮੰਨਣਾ, ਉੱਤੋਂ ਪਾਪਾ ਤੇ ਹੱਥ ਚੁੱਕਿਆ ਇਹਨਾਂ ਨੇ। ਗਲਤ ਗੱਲ ਹੈ। ਕੀ ਗਲਤ ਗੱਲ ਹੈ? ਜਾਓ ਜਾ ਕੇ ਬਦਲਾ ਲੈ ਕੇ ਆਓ। ਬਦਲਾ? ਠੀਕ ਹੈ, ਮੈਂ ਜਾਂਦਾ। ਪੈਰੀ ਪਏ ਹੋਣੇ ਹੁਣ ਦੋਨੋਂ ਜਾਣੇ ਸ਼ੇਰੂ ਜੀ ਦੇ।
ਕੰਨ ਫੜੇ ਹੋਣੇ ਦੋਨੋਂ ਜਾਣਿਆਂ ਨੇ, ਸੌਰੀ ਮੰਗ ਰਹੇ ਹੋਣੇ ਆ। ਆ ਰਹੀ ਆ ਅੰਦਰੋਂ ਆਵਾਜ਼ਾਂ, ਉੱਠ ਪੈ ਰਹੀ ਆ ਉਹਨਾਂ ਦੇ। ਸਪਨੀ ਸਪਨੀ ਰੂਬੀ ਦੇ ਪਾਪਾ ਜੀ, ਮੇਰਾ ਮਤਲਬ ਸ਼ੇਰੂ ਦੇ ਹੋਣ ਵਾਲੇ ਸਹੁਰਾ ਸਾਹਿਬ। ਗਲਤੀ ਹੋ ਗਈ ਮੁੰਡੇ ਤੋਂ, ਮਾਫ ਕਰ ਦੋ। ਗਲਤੀ ਮੰਨਣ ਨਾਲ ਕੀ ਹੁੰਦਾ, ਮੇਰੇ ਪਾਪਾ ਕੋਲੋਂ ਇੱਕ ਸੁਣ ਖਾਣਾ ਪੈਣਾ ਤੇ ਸਾਰਾ ਵੱਡੀ ਕਿਸੂਨ ਵਾਲੀ। ਛੱਡੋ, ਕਿਹੜੀਆਂ ਗੱਲਾਂ 'ਚ ਪੈ ਗਏ, ਅੰਦਰ ਬਹੁਤ ਕੁੱਟਿਆ। ਚਲੋ ਜੀ ਛੱਡੋ, ਫਿਰ ਲਾਓ ਸ਼ਗਨ ਮੁੰਡੇ ਨੂੰ। ਪਾਪਾ ਜੀ ਮੈਂ ਪੈਸੇ ਨਾਲ ਲੈ ਕੇ ਆਈ ਆ, ਇੱਕ ਵਾਰ ਇਹਨੂੰ ਬਾਹਰ ਭੇਜ ਦਵਾਂ, ਫਿਰ ਮੈਂ ਵੀ ਵਿਆਹ ਕਰਾ ਕੇ ਵਿਹਲੀ ਹੋਵਾਂ। ਕੋਈ ਗੱਲ ਹੀ ਨਹੀਂ ਜੀ, ਬਾਹਰ ਤੈਨੂੰ ਆਪਾਂ ਭੇਜ ਹੀ ਦੇਣਾ। ਤੁਸੀਂ ਵਿਆਹ ਦੀ ਤਿਆਰੀ ਕਰੋ ਮੈਡਮ, ਬਸ ਫਿਰ ਦੇਖਣਾ ਹੈ ਕਿ ਇਹੋ ਜਿਹੇ ਵਿਹਲੇ ਨਸ਼ੇੜੀ ਨੂੰ ਬਾਹਰ ਕਿਵੇਂ ਨੌਕਰੀ ਮਿਲਦੀ। ਰੋਬੀ, ਸਾਡੇ ਸਕੂਲ 'ਚ ਇੱਕ ਪਿਊਨ ਆ ਪੰਤੋ, ਅਤੇ ਉਹਦਾ ਪਤੀ 5 ਸਾਲ ਪਹਿਲਾਂ ਆਸਟ੍ਰੇਲੀਆ ਚਲੇ ਗਿਆ, ਹੁਣ ਉਹਦੀ ਕੋਈ ਖਬਰ ਨਹੀਂ, ਵਿਚਾਰੀ ਉਡੀਕਦੀ ਰਹਿੰਦੀ ਆ। ਕੁਛ ਪੈਸੇ ਉਹਨੇ ਜਮ੍ਹਾਂ ਕੀਤੇ ਆ ਅਤੇ ਕੁਛ ਮੈਂ ਦੇ ਦੇਵਾਂਗੀ। ਮੈਂ ਸੋਚ ਰਹੀ ਸੀ ਜੇ ਤੁਸੀਂ ਉਹਨੂੰ ਆਸਟ੍ਰੇਲੀਆ ਭੇਜ ਦਿਓ ਤਾਂ। ਤੂੰ ਫਿਕਰ ਨਾ ਕਰ, ਮੈਂ ਕਰ। ਓਏ ਅੱਖੀਆਂ 'ਚ ਰੱਬ ਵੱਸਦਾ ਖੋਰੇ, ਕਿਸ ਵਿੱਚ ਨਜ਼ਰੀਆਂ ਵੇ ਓ ਮੌਲਾ ਜਾਣੇ ਹੋਏ। ਅੱਲੜ ਪੁਣੇ 'ਚ ਲੱਗੀਆਂ ਨੂੰ ਤਾਂ ਹਰ ਕੋਈ ਪਛਤਾਵੇ, ਕਿਉਂ ਮੌਲਾ ਜਾਣੇ। ਹੈਲੋ ਜੀ। ਹੈਲੋ, ਮੈਂ ਪਛਾਣਿਆ ਨਹੀਂ ਤੁਹਾਨੂੰ। ਉਹ ਮੈਂ ਲੱਟੂ ਦੇ ਵੀਜ਼ੇ ਬਾਰੇ ਪੁੱਛਣ ਆਈ ਸੀ। ਉਹ 2-4 ਦਿਨਾਂ 'ਚ ਸਾਰਿਆਂ ਦੇ ਜੌਬ ਲੈਟਰ ਆ ਜਾਣੇ, ਸਾਰੇ ਦੇ ਵੀਜ਼ੇ ਲੱਗ ਜਾਣੇ, ਟੈਨਸ਼ਨ ਕੋਈ ਨਹੀਂ। ਬਸ ਇਹੀ ਪੁੱਛਣ ਆਈ ਸੀ, ਫਿਰ ਮੈਂ ਚੱਲਾਂ। ਓਕੇ। ਫਿਰ ਮੈਂ ਚੱਲਦੀ ਹਾਂ। ਹੈਲੋ, ਇੱਕ ਗੱਲ ਕਹਾਂ, ਵੈਸੇ ਆ ਮਾਡਰਨ ਕੱਪੜੇ ਵਧੀਆ ਨਹੀਂ ਲੱਗਦੇ, ਪੰਜਾਬੀ ਸੂਟ ਦਾ ਲੁਕਸ ਗੁੱਡ ਨਾ। ਥੈਂਕ ਯੂ। ਸੀਰੀਅਸ ਨਹੀਂ ਹੋ ਰਹੀ ਕਿਤੇ ਕਮਲੀ, ਆਸਟ੍ਰੇਲੀਆ ਜਾਣਾ ਆਪਾਂ, ਇੱਥੇ ਥੋੜਾ ਰਹਿਣਾ, ਪਤਾ ਹੀ ਤੁਹਾਨੂੰ। ਥੈਂਕ ਯੂ। ਭਾਈ ਸਾਹਿਬ, ਤੁਸੀਂ ਟੁੱਟੀ ਜੀ ਇਨੋਵਾ ਲੈ ਕੇ ਅਮੀਰ ਤਾਂ ਨਹੀਂ ਬਣ ਸਕਦੇ। ਔਰ ਮੈਂ ਫਿਰ ਕਰ ਵੀ ਕੀ ਸਕਣਾ। ਕਮਾਲ ਕਰਦੇ ਹੋ, ਆ ਦੇਖੋ ਸਰਵਣੀ ਆਏ ਨੇ ਆਸਟ੍ਰੇਲੀਆ ਤੋਂ ਵੀਜ਼ਾ ਲੈ ਕੇ। ਪਰ
ਉੱਥੇ ਜਾ ਕੇ ਕੀ ਕਰਾਂਗੇ? ਉਹ ਠਿੰਗਰਾਂ ਦੀ ਪਤਾ ਕਿੰਨੀ ਮੁਕਤਾ ਉੱਥੇ ਵੀਕਐਂਡ ਤੇ ਮਹਿਫਲ ਲਾਇਆ ਕਰਿਓ। ਮੈਨੇਜਰ, ਯੈਸ ਸਰ, ਕਿਹਦੇ ਕੋਲ ਆਇਆ ਯਾਰ? ਇਹਨੇ ਤਾਂ ਗਾਣਾ ਵੀ ਨਹੀਂ ਸੁਣਿਆ ਹੋਣਾ, ਛੱਲਾ ਟੈਕਸੀ ਚਲਾਉਂਦਾ, ਮੋਟੇ ਡਾਲਰ ਕਮਾਉਂਦਾ। ਜੋਰ ਫਿਟ ਮੂੰਹ, ਸੌਰੀ ਸਰ। ਚੱਲ ਚੱਲੀਏ ਭਾਜੀ, ਸੌਰੀ ਸੌਰੀ, ਗਲਤੀ ਹੋ ਗਈ, ਮੇਰੀ ਗੱਲ ਸੁਣੋ, ਡੀਲ ਡਨ ਰਹੀ। ਫਿਰ ਆਪਾਂ ਮੈਲਬੌਰਨ ਤੋਂ ਚੱਲਾਂਗੇ ਸਿਡਨੀ, ਬੇਬੇ ਦਾ ਗੋਡਾ ਪਵਾਉਣਾ ਹੈ, ਬਾਪੂ ਦੀ ਕਿਡਨੀ। ਬਸ ਸਾਡਾ ਇੱਕੋ ਹੀ ਸੁਪਨਾ ਹੈ, ਅਮਰਿੰਦਰ ਗਿੱਲ ਦੀ ਸੀਡੀ ਤੋਂ ਪਹਿਲਾਂ ਸੀਡੀ ਕੱਢਣੀ ਹੈ ਅਸੀਂ। ਸੀਡੀ ਸਮਝੋ, ਨਿਕਲ ਗਈ, ਨਿਕਲ ਗਈ ਸੀਡੀ ਦਾ। ਹੋ ਗਈ, ਕੰਮ ਹੋ ਗਿਆ। ਕਿਹੜੀਆਂ ਮੁਬਾਰਕਾਂ ਤੁਹਾਨੂੰ, ਮੁਬਾਰਕਾਂ ਜੀ, ਮੈਨੂੰ ਮੁਬਾਰਕਾਂ, ਮੁਬਾਰਕਾਂ। ਮੇਰੀ ਗੱਲ ਮੰਨੋ, ਇੱਥੋਂ ਵੇਚ ਵਿੱਚ ਕੇ ਨਾ ਸਾਰਾ ਕੁਝ ਪੈਸਿਆਂ ਦਾ ਜੁਗਾੜ ਕਰੋ, ਇੱਥੋਂ ਨਿਕਲੋ ਇੱਕ ਵਾਰ, ਬਾਕੀ ਮਰਜ਼ੀ ਹੈ ਤੁਹਾਡੀ। ਗੱਲ ਤਾਂ ਠੀਕ ਆ ਤੇਰੀ, ਮੈਂ ਕਰਦਾ ਕੋਈ ਜੁਗਾੜ। ਤੁਹਾਡਾ ਕਮਿਸ਼ਨ 99,99,995 ਰੁਪਏ, ਹੁਣ ਰਹਿ ਗਏ 5 ਰੁਪਏ। 5 ਰੁਪਏ ਪਿੱਛੇ ਹੁਣ ਮੈਂ ਆਹ ਕੋਠੀ ਹੱਥੋਂ ਜਾਣ ਤਾਂ ਨਹੀਂ ਦੇ ਸਕਦਾ। ਆਲੋ ਆਪਦੇ ਕੋਲੋਂ 5 ਰੁਪਏ ਪਾਤੇ, ਕੋਠੀ ਸਮਝੋ ਮੇਰੀ। ਬਸ ਰੋਜ਼ ਦਾ ਫੋਨ ਆ ਜਾਏ ਯਾਰ। ਸਹੀ ਗੱਲ ਹੈ ਯਾਰ, ਫਿਰ ਚੱਲੀਏ ਆਸਟ੍ਰੇਲੀਆ ਤੇ ਲਈਏ ਨਜ਼ਾਰੇ। ਯੈਸ, ਨਜ਼ਾਰੇ। ਹੋਰ ਭਾਜੀ, ਮੈਂ ਤਾਂ ਆਪ ਕੁੜੀਆਂ ਨੂੰ ਝੂਠ ਬੋਲ ਬੋਲ ਕੇ ਅੱਕਿਆ ਪਿਆ ਵੀ ਇਹ ਕੋਠੀ ਦਾ ਅਸਲੀ ਮਾਲਕ ਮੈਂ ਆ, ਦੋਨੇ ਮੁੰਡਿਆਂ ਦਾ ਦਿਮਾਗ ਖਰਾਬ ਹੈ। ਮੈਂ ਤਾਂ ਭਾਜੀ ਕੁੜੀਆਂ ਕੋਲ ਝੂਠ ਬੋਲ ਬੈਠਿਆ ਵੀ ਤੁਹਾਡੀ ਗਰਲਫ੍ਰੈਂਡ ਸੀ ਜਿਹੜੀ ਤੁਹਾਨੂੰ ਛੱਡ ਕੇ ਚਲੀ ਗਈ। ਥੱਪ ਨੀ ਭਾਜੀ, ਥੱਪ ਨੀ। ਸਿੰਮੀ, ਮੈਂ ਦੱਸਣਾ ਹੀ ਸੀ ਤੈਨੂੰ, ਐਕਚੁਅਲੀ ਗਲਤੀ ਮੇਰੀ ਵੀ ਨਹੀਂ ਉਹ ਸ਼ੇਰੂ। ਨਹੀਂ ਨਹੀਂ, ਗਲਤੀ ਕਿਸੇ ਦੀ ਨਹੀਂ, ਗਲਤੀ ਮੇਰੀ ਹੈ। ਮੈਂ ਹੀ ਕੁਝ ਲੋਕਾਂ ਦੇ ਜਲਦੀ ਵਿਸ਼ਵਾਸ ਕਰ ਲੈਂਦੀ ਹਾਂ, ਤੁਹਾਨੂੰ ਪਤਾ। ਇੱਕ ਵਾਰੀ ਮੇਰੇ ਡੈਡ ਨੇ ਮੇਰੇ ਵਿਆਹ ਦੀ ਗੱਲ ਤੋਰੀ ਸੀ। ਮੈਂ ਉਹਨਾਂ ਨੂੰ ਕਿਹਾ, ਰਹਿਣ ਦਿਓ ਡੈਡ, ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਹਾਂ, ਤੁਸੀਂ ਉਹਨੂੰ ਮਿਲ ਲਓ। ਜਿਸ ਦਿਨ ਡੈਡ ਨੇ ਮੁੰਡੇ ਨੂੰ ਮਿਲਣ ਵਾਸਤੇ ਬੁਲਾਇਆ, ਉਹ ਆਇਆ ਹੀ ਨਹੀਂ। ਕਹਿੰਦੇ ਕੋਈ ਚੰਗੀ ਓਪਰਚੁਨਿਟੀ ਮਿਲ ਗਈ ਸੀ। ਉਸ ਦਿਨ ਤੋਂ ਬਾਅਦ ਰੋਜ਼ ਡੈਡ ਦੇ ਤਾਨੇ, ਸਿੰਮੀ ਮਚੋਰ ਹੈ, ਸਿੰਮੀ ਨੂੰ ਜ਼ਿੰਦਗੀ ਬਾਰੇ ਕੁਛ ਨਹੀਂ ਪਤਾ। ਮੈਂ ਘਰ ਹੀ ਛੱਡ ਦਿੱਤਾ, ਇੱਥੇ ਪੀਜੀ 'ਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਤੁਹਾਨੂੰ ਮਿਲੀ, ਮੈਨੂੰ ਲੱਗਿਆ ਕਿ ਸਾਡੀ ਦੋਨਾਂ ਦੀ ਕਿਸਮਤ ਇੱਕੋ ਜਿਹੀ ਹੈ। ਤੁਹਾਨੂੰ ਇੱਕ ਕੁੜੀ ਛੱਡ ਗਈ ਅਤੇ ਮੈਨੂੰ ਇੱਕ ਮੁੰਡਾ। ਪਰ ਮੈਨੂੰ ਅੱਜ ਲੱਗਦਾ ਡੈਡ ਜਿੱਤੀ ਗਏ, ਮੈਨੂੰ ਸੱਚੀ ਜ਼ਿੰਦਗੀ ਬਾਰੇ ਕੁਛ ਨਹੀਂ ਪਤਾ। ਇਸ ਲਈ ਘਰ ਜਾਣ ਦਾ ਫੈਸਲਾ ਕੀਤਾ। ਬੇਟਾ, ਕਦੋਂ ਦਾ ਫੋਨ ਵੱਜ ਰਿਹਾ, ਚੱਕ ਲੈਣਾ। ਇੰਪੋਰਟੈਂਟ ਨਹੀਂ ਹੈ ਮਾਂ। ਹਲੋ, ਗੱਲ ਹੋਈ ਤੇਰੀ? ਨਹੀਂ ਯਾਰ, ਫੋਨ ਨਹੀਂ ਚੁੱਕਿਆ। ਮੈਂ ਫੋਨ ਕਰ ਰਿਹਾ, ਬੰਦ ਆ ਰਿਹਾ। ਕਿਹਦੀ ਗੱਲ ਕਰਦਾ ਤੂੰ? ਕਿਹਦੀ ਗੱਲ ਕਰ ਰਿਹਾ? ਸਿੰਮੀ ਯਾਰ, ਰੋਹਿਤ ਦੀ ਗੱਲ ਕਰ ਰਿਹਾ ਮੈਂ। ਮੈਨੂੰ ਕੀ ਕੀਤੇ? ਫੋਨ ਆ ਗਿਆ, ਫੋਨ ਆ ਗਿਆ, ਫੋਨ 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 ਗੱਲ ਕਰ ਕਰ ਕਰ।
हाँ रोहित यार कोई रिप्लाई नहीं आ रहा जॉब कंसल्टेंट क्यों यार मुझे लगता है किसी होर ना गल करनी पैनी है हले महीना क लग जू ओ पागल है यार तू चार दिन रह गए साडे मैं पड़ा ओ रोहित ओए ओ बंदा भरदा तू सॉरी यार आवाज आवाज कट रही है ओसे आ रहे थे ऑस्ट्रेलिया से दस दे तेनु ओए की किंदा होर कटते रहे ने मेरे को सोच मेनू नहीं पता इस वेरी सीरियस छितर बहुत पैने ਤਰੀਕਾ ਠੀਕ ਹੈ ਉਸ ਵੇਲੇ ਜਾਣਾ ਬਸ ਫਿਰ ਇਹੀ ਤਰੀਕਾ ਉਹ ਸੁਪਨੇ ਤਾਂ ਮੇਰਾ ਖਹਿੜਾ ਛੱਡ ਦੋ ਚਲੋ ਤੁਹਾਡੇ ਕੋਲ ਕਾਹਦੇ ਪੈਸੇ ਲੈਣੇ ਬਈ ਤੁਸੀਂ ਤੇ ਬਰਾੜ ਸਾਹਿਬ ਦੇ ਪਿੰਡ ਦੇ ਬੰਦੇ ਹੋ ਤੇ ਮੈਂ ਬਰਾੜ ਸਾਹਿਬ ਦੇ ਪਿੰਡ ਦੇ ਬੰਦਿਆਂ ਕੋਲੋਂ ਪੈਸੇ ਨਹੀਂ ਲੈਂਦਾ ਚੰਗਾ ਵੀ ਮੁੰਡਿਓ ਓਕੇ ਬੜਾ ਨਾ ਹੈ ਡੈਡੀ ਦਾ ਆਪਣੇ ਕੋਈ ਨਹੀਂ ਕਰ ਦੇਣਾ ਖਰਾਬ ਆਪਾਂ ਚੱਲ ਚੱਲ ਫਲਾਈਟ ਦਾ ਟਾਈਮ ਹੋ ਗਿਆ ਚੱਲ ਚੱਲੀਏ ਗੱਲ ਸੁਣ ਹਾਂ ਵਾਪਸ ਚੱਲੀਏ ਕਿਉਂ ਪੈਸੇ ਮੋੜਨੇ ਲੋਕਾਂ ਦੇ ਉਹ ਤੇਰਾ ਦਿਮਾਗ ਖਰਾਬ ਹੈ
ਇਹਨੀ ਕੁੱਤੇ ਖਾਣੀ ਕਰਾ ਕੇ ਆਪਾਂ ਪੈਸੇ ਕਮਾਏ ਆ, ਪੈਸੇ ਮੋੜ ਦੀਏ, ਚੱਲ ਚੱਲੀਏ, ਟਾਈਮ ਹੋ ਗਿਆ ਫਲਾਈਟ ਦਾ। ਤੂੰ ਜਾਣਾ ਮੇਰੇ ਨਾਲ ਕਿ ਨਹੀਂ? ਨਹੀਂ, ਬੁਲਾਈ ਨਾ ਮੈਨੂੰ। ਓ ਹੈਲੋ, ਆ ਕੁੱਟ ਬੜੀ ਪੈਣੀ ਉੱਥੇ ਤੈਨੂੰ, ਆ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ, ਆ ਸ਼ਾਹਰੁਖ ਦਫਾ ਫਿਰ। ਓ ਸਾਰਾ ਪਤਾ ਮੈਨੂੰ, ਕਿਤੇ ਕਰਕੇ ਜਾ ਰਿਹਾ ਵਾਪਸ। ਪੈਸੇ ਪੈਸੇ ਕਿੱਥੇ ਗਏ? ਉੱਥੇ ਦੇਖੀ ਆਉਂਦੇ ਨਜ਼ਾਰੇ ਹੁਣ। ਮੈਂ ਤਾਂ ਜਹਾਜ਼ ਦੀ ਵਿੰਡੋ ਸੀਟ ਲਊ। ਮੈਂ ਤਾਂ ਦੇਖੀ ਤੂੰ ਦੋ ਪੈਗ ਲਾ ਕੇ ਜਹਾਜ਼ ਹੀ ਚਲਾਉਂਗਾ। ਜਹਾਜ਼ ਇੰਨਾ ਤੇਜ਼ ਭਜਾਉਂਦੇ ਆ, ਕਹਿੰਦੇ ਜਹਾਜ਼ ਦੀ ਰੇਲ ਬਣਾਉਂਦੇ ਆ। ਆਪਾਂ ਵੀ ਬਣਾ ਦੇਣੇ ਰੇਲ, ਦੇਖੀ ਦਫ਼ਤਰ ਬੰਦ। ਆਪਾਂ ਤਾਂ ਆਪਣਾ ਦਫ਼ਤਰ ਵੇਚ ਕੇ ਇਹਨਾਂ ਦੇ ਦਫ਼ਤਰ ਆਏ ਸੀ। ਮੈਨੂੰ ਤਾਂ ਗੜਬੜ ਲੱਗਦੀ ਆ ਕੋਈ। ਮੈਂ ਤਾਂ ਬਾਹਰ ਜਾ ਕੇ ਗਲੇ ਦਾ ਇਲਾਜ ਵੀ ਕਰਾਉਣਾ ਸੀ ਅਜੇ। ਪਿੱਛੇ ਪਿੱਛੇ ਹੋਏ ਸੀ, ਸਾਨੂੰ ਵਿਜੇ ਮਿਲਣੇ ਸੀ। ਸਾਨੂੰ ਵੀ ਵਿਜੇ ਮਿਲਦੇ ਸੀ, ਅਸੀਂ ਕਿਹੜਾ ਬਰਗਰ ਖਾਣ ਆਇਆ। ਉਹ ਦੇਖ ਤੇਰਾ ਕਿੱਡਾ ਵੱਡਾ ਜਿੰਦਾ ਲਾਈ ਬੈਠੇ ਆ। ਇਹਦਾ ਮਤਲਬ ਹਾਜ਼ਮਾ ਖਰਾਬ ਹੋ ਗਿਆ। ਖਰਾਬ ਨਹੀਂ, ਨੀਤਾ ਖਰਾਬ ਨੇ। ਸਾਡੇ ਪੈਸੇ ਲੈ ਕੇ ਭੱਜ ਗਏ। ਪੈਸੇ ਲੈ ਕੇ ਭੱਜ ਗਏ ਤੇ ਜਾਣਾ ਕਿੱਥੇ? ਮੈਨੂੰ ਇਹਨਾਂ ਤੇ ਘਰ ਦਾ ਪਤਾ। ਫਿਰ ਇੱਥੇ ਕੀ ਕਰਦੇ? ਘਰੇ ਚੱਲੋ ਚੱਲੋ ਚੱਲੀਏ। ਰੋਬੀ ਰੋਲੀ ਮੁਰਦਾਬਾਦ। ਸਾਲਾ ਜਿਉਂਦਾ, ਮੈਂ ਹਲੇ ਮਰਿਆ ਨਹੀਂ। ਉਸਤਾਦ ਜੀ, ਯਾਰ ਰੋਬੀ ਰੋਲੀ ਨੂੰ ਕੀ ਮੂੰਹ ਵਿਖਾਵਾਂਗੇ ਹੁਣ? ਕੁੱਤਿਆ, ਉਹਨਾਂ ਨੂੰ ਕੀ ਮੂੰਹ ਦਿਖਾਉਣਾ? ਉਹਨਾਂ ਨੇ ਤਾਂ ਸਫਾਇਆ ਕੀਤਾ ਉਹਨਾਂ ਨੇ। ਪਰ ਉਸਤਾਦ ਜੀ, ਪੈਸੇ ਤੇ ਰੋਬੀ ਰੋਲੀ ਦੇ ਸੀਗੇ। ਕਿੱਥੇ ਆ ਰੋਬੀ ਤੇ ਰੋਲੀ ਦੋਵੇਂ? ਉਹ ਚੋਰ ਕਿੱਥੇ ਆ? ਸਾਡੇ ਪੈਸੇ ਲੈ ਕੇ ਭੱਜ ਕੇ ਬਾਹਰ ਚੋਰ ਚੁਵੀ ਬਾਹਰ ਕੋ ਰੰਗਲਾ ਪੰਜਾਬ ਆਰਕੈਸਟਰਾ ਦੇ ਬੜੇ ਹੀ ਬਿਹਤਰੀਨ ਕਲਾਕਾਰ, ਫਨਕਾਰ ਤੇ ਬੇਰੁਜ਼ਗਾਰ ਮਿਸਟਰ ਕਾਲਾ ਤੇ ਰਾਜੂ ਅਰਜ਼ ਕਰੇ ਸੁਣਾ। ਸ਼ੁਕਰੀਆ ਮਿਹਰਬਾਨੀ। ਤੁਹਾਡੇ ਵੀ ਪੈਸੇ ਦੇਣੇ ਆ? ਮੈਂ ਸਾਰੀ ਜ਼ਿੰਦਗੀ ਲੋਕਾਂ ਦਾ ਹਾਜ਼ਮਾ ਠੀਕ ਕਰਦਾ ਰਿਹਾ, ਮੇਰਾ ਹਾਜ਼ਮਾ ਖਰਾਬ ਕਰਕੇ ਭੱਜ ਗਏ। ਉਹ ਮੇਰੀ ਬਕਾ ਦਿੱਤੀ ਇਹਨਾਂ ਨੇ ਗੱਡੀ, ਹੁਣ ਦੱਸੋ ਰਕਸ਼ਾ ਚਲਾਊਗਾ ਜੱਗੀ? ਜੱਗੀ ਦਾਦੇ ਨੂੰ ਇਹਨੇ ਗੱਲ ਦਾ ਸ਼ੇਰ ਸੁਣਾਇਆ, ਅਗਲਾ ਹਫ਼ਤਾ ਸੁੱਖਣਾ ਰੋ ਰਿਹਾ। ਦਾਦੇ ਨੇ ਛੱਡੋ ਤੇ ਮੁੰਡੇ ਕੱਢੋ ਮੈਨੂੰ ਪਤਾ ਨੀ ਮੁੰਡੇ ਮੈਂ ਕਿੱਥੋਂ ਕੱਢਾਂ? ਉਹ ਤੈਨੂੰ ਕਿੱਦਾਂ ਨੀ ਪਤਾ ਜਦੋਂ ਪੈਣਾ ਤੇਰੇ ਦੋ ਤੁਹਾਨੂੰ ਨੀ ਪਤਾ ਉਸਤਾਦ ਹੋਣਾ ਦਾ? ਉਸਤਾਦ ਹੋਣੀ ਤਾਂ ਕੱਲੇ ਦੀਦੀ ਬੱਚਿਆਂ ਨੂੰ ਵੇਖਦੇ ਨੇ। ਇੱਕ ਮਿੰਟ ਕੱਢੋ ਮੁੰਡੇ ਬਾਹਰ, ਕੱਢੋ ਬਾਹਰ ਮੁੰਡੇ। ਇੱਕ ਮਿੰਟ, ਮੈਂ ਤੂੰ ਪਹਿਲੇ ਲੱਗੇ ਕਿੱਥੇ ਚਲਾ ਗਿਆ ਹੋਇਆ? ਸ਼ੇਰ ਦੀ ਅੱਜ ਕੋਈ ਗਲਤੀ ਨਹੀਂ, ਸਾਰੀ ਗਲਤੀ ਸਾਡੀ। ਕਿੱਥੇ ਸੀ ਤੂੰ? ਕਿੱਥੇ ਸਾਡੀਆਂ ਨੌਕਰੀਆਂ? ਕਿੱਥੇ ਸਾਡੇ ਵੀਜ਼ੇ? ਬਿੱਲਾ ਭਾਜੀ, ਵੀਜ਼ੇ ਹਲੇ ਹੋਏ ਨਹੀਂ, ਥੋੜਾ ਟਾਈਮ ਹੋਰ ਲੱਗੇਗਾ, ਘੱਟੋ ਘੱਟ ਇੱਕ ਮਹੀਨਾ। ਇੱਕ ਮਹੀਨਾ? ਅਸੀਂ ਇੱਕ ਮਹੀਨਾ ਇੰਤਜ਼ਾਰ ਨਹੀਂ ਕਰ ਸਕਦੇ, ਕੱਢੋ ਸਾਡੇ ਪੈਸੇ। ਪੈਸੇ ਹਲੇ ਨਹੀਂ ਯਾਰ, ਪਰ ਇਹ ਗੱਲ ਪੱਕੀ ਆ ਕਿ ਤੁਹਾਡੇ ਸਾਰਿਆਂ ਦੇ ਪੈਸੇ ਵਾਪਸ ਹੋ ਜਾਣਗੇ। ਤੁਹਾਡੇ ਸਾਰਿਆਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਮੈਂ ਲੈਣਾ। ਮੈਂ ਨਹੀਂ,
ਅਸੀਂ ਲੈਂਦੇ ਹਾਂ। ਤੁਹਾਡੇ ਸਾਰਿਆਂ ਦੇ ਪੈਸੇ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ। ਅੱਛਾ, ਟੈਨਸ਼ਨ ਨਾ ਲਓ, ਮਿਲ ਜਾਣਗੇ ਪੈਸੇ। ਆ ਗਿਆ ਵਾਪਸ ਤੇ ਵਾਪਸ ਤਾਂ ਆਉਣਾ ਜੀ, ਮੇਰੇ ਤੋਂ ਪੈਸੇ ਕੋਲ ਹੈ। ਚੱਲ ਪੈਸੇ ਕੱਢ ਵਾਪਸ ਕਰੀ। ਪੈਸੇ ਹੈ ਨਹੀਂ। ਤੂੰ ਤਾਂ ਲੜ ਕੇ ਚੱਲ ਗਿਆ ਏਅਰਪੋਰਟ ਤੋਂ। ਉਹ ਬੰਦੇ ਆ ਗਏ ਜਿਹਨਾਂ ਦਾ ਮੈਂ ਮਾਲ ਫੜਾਇਆ ਸੀ, ਨਸ਼ਈ ਉਹ ਜੱਜੇ ਜੁੱਜੇ ਹੋਣੀ, ਕੁੱਟੇ ਵੀ ਮੈਨੂੰ, ਬੈਗ ਵੀ ਖੋ ਕੇ ਲੈ ਗਏ। ਪਰ ਲੱਭਾਂਗੇ ਕਿੱਥੋਂ ਯਾਰ ਉਹਨਾਂ ਨੂੰ ਹੁਣ? ਉਹ ਦੱਸ ਸਕਦਾ ਸਾਨੂੰ ਨਸ਼ਈ। ਇਹ ਕਿਹਨੇ ਕੀਤਾ? ਮੈਂ ਕੀਤਾ। ਬਾਹਰ ਭੇਜ ਕੇ ਤੈਨੂੰ ਕੀ ਲੱਗਦਾ ਸਭ ਕੁਛ ਠੀਕ ਹੋ ਜਾਣਾ? ਬਾਹਰ ਨਾ ਕੋਈ ਮਿੰਨੀ ਨਾ ਕੋਈ ਮਿੰਨੀ ਦੀ ਹੋਕੀ, ਉੱਥੇ ਮਾੜੀ ਸੰਗਤ 'ਚ ਪੈ ਗਿਆ ਫਿਰ ਕੀ ਕਰਾਂਗੇ? ਤੁਸੀਂ ਠੀਕ ਕਹਿ ਰਹੇ ਹੋ। ਫਿਰ ਮੇਰੇ ਪੈਸੇ? ਪੈਸੇ ਆ ਨੋ, ਇਟਸ ਅ ਲੌਂਗ ਸਟੋਰੀ, ਮੈਂ ਦੱਸੂਗਾ ਬਾਅਦ 'ਚ ਤੁਹਾਨੂੰ। ਉਹਦੇ ਕਰਕੇ ਤਾਂ ਮੈਂ ਕਹਿ ਰਿਹਾ, ਮੈਨੂੰ ਦੱਸੇ ਕਿੱਥੇ ਰਹਿੰਦਾ ਉਹ ਜੱਜਾ। ਦੱਸ ਇਹਨਾਂ ਨੂੰ। ਦੱਸਦਾ ਨਹੀਂ ਹੈ। ਦੱਸ ਰਿਹਾ। ਹਾਂ ਚੱਲ, ਪਰ ਟੇਕ ਕੇਅਰ ਰੱਖਿਓ ਇਹਦੀ ਵੀ ਅਤੇ ਆਪਣੀ ਵੀ। ਚੱਲ ਜਰਾ ਮੇਰੇ ਨਾਲ ਗੱਲ ਕਰ। ਵਾਹ, ਕੀ ਕਹਿੰਦੇ ਉਸਨੇ? ਅਸੀਂ ਨਾ ਫਲਰਟ ਕਰਦੇ ਚੰਗੇ ਲੱਗਦੇ ਆ, ਸੀਰੀਅਸ ਨਹੀਂ ਹੋਣਾ। ਆਸਟ੍ਰੇਲੀਆ ਦੀਆਂ ਗੋਰੀਆਂ ਬਾਰੇ ਸੋਚ। ਉਹ ਹੱਸ ਯਾਰ, ਮੈਨੂੰ ਪਸੰਦ ਆ। ਸ਼ਾਬਾਸ਼ ਛਿੰਦਿਆ, ਸ਼ਾਬਾਸ਼। ਤੂੰ ਉਸ ਬੰਦੇ ਤੋਂ 30 ਲੱਖ ਰੁਪਏ ਖੋ ਕੇ ਲਿਆ ਜਿਹਨੇ ਸਾਡਾ 30 ਲੱਖ ਦਾ ਮਾਲ ਫੜਵਾਇਆ ਸੀ। ਉਸਤਾਦ ਜੀ, ਗੱਲ ਪੁੱਛਾਂ? ਪੁੱਛ ਉਸਤਾਦ ਜੀ, ਆਪਣਾ ਕੋਈ ਕਿੱਸਾ ਤਾਂ ਸੁਣਾਓ। ਅਮਰੀਕਾ ਦਾ ਪੁਰਾਣਾ ਰਾਸ਼ਟਰਪਤੀ ਸੀਗਾ ਨਾ ਜਿਹੜਾ, ਉਹਨੇ ਇੱਕ ਵਾਰੀ ਅਨਾਊਂਸ ਕਰ ਦਿੱਤਾ ਕਿ ਜਿਹੜਾ ਬੰਦਾ ਘੱਟ ਤੋਂ ਘੱਟ ਗੋਲੀਆਂ ਦੇ ਵਿੱਚ ਸਾਰੇ ਸਟੇਡੀਅਮ ਦੀਆਂ ਲਾਈਟਾਂ ਗੁੱਲ ਕਰ ਦੇਗਾ, ਉਹਨੂੰ ਇੰਟਰਨੈਸ਼ਨਲ ਸ਼ੂਟਰ ਦਾ ਇਨਾਮ ਮਿਲੇਗਾ। ਮੈਂ ਉੱਥੇ ਪੁੱਜਿਆ, ਗੁੱਸਾ ਚੜਿਆ ਹੋਇਆ ਸੀਗਾ ਮੈਨੂੰ। ਮੈਂ ਬਸ ਇੱਕ ਗੋਲੀ ਚਲਾਈ ਤੇ ਸਾਰੇ ਸਟੇਡੀਅਮ ਦੀਆਂ ਲਾਈਟਾਂ ਗੁੱਲ ਕਰ ਦਿੱਤੀ। ਉਹ ਕਿਵੇਂ ਜੀ? ਮੈਂ ਗੋਲੀ ਮੇਨ ਸਵਿੱਚ ਤੇ ਮਾਰੀ। ਵਾਹ ਉਸਤਾਦ ਜੀ ਵਾਹ, ਬੜੇ ਚਰਚੇ ਸੁਣੇ ਸੀ ਤੁਹਾਡੇ, ਅੱਜ ਦਰਸ਼ਨ ਵੀ ਕਰਾਤੇ ਪਰਮਾਤਮਾ ਨੇ। ਤੁਸੀਂ ਕੌਣ ਜੀ? ਮੈਂ ਆਸਟ੍ਰੇਲੀਆ ਤੋਂ ਆਇਆ, ਬੜੇ ਫੈਨ ਹੈ ਜੀ ਉੱਥੇ ਤੁਹਾਡੇ। ਤੁਸੀਂ ਵੀ ਮੇਰੇ ਫੈਨ ਹੋ? ਬਹੁਤ ਵੱਡਾ ਫੈਨ। ਆਟੋਗ੍ਰਾਫ ਮਿਲ ਸਕਦਾ? ਦੇਖੇ ਮੁੰਡਿਓ, ਐਸ ਕਰਕੇ ਮੈਨੂੰ ਇੰਟਰਨੈਸ਼ਨਲ ਸ਼ੂਟਰ ਕਹਿੰਦੇ ਹੈ। ਜਾਓ ਕਾਕੇ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰੋ, ਪਕੌੜੇ ਸ਼ਕੌੜੇ ਵੀ ਬਣਾ ਲਿਆਓ। ਬੈਗ ਕਿੱਥੇ ਗਿਆ ਮੇਰਾ? ਮੇਰਾ ਬੈਗ। ਮੁੰਡਾ ਕਿੱਥੇ ਹੈ? ਉਹ ਮੁੰਡਿਆ ਭੱਜੀ ਨਾ, ਨਹੀਂ ਤਾਂ ਗੋਲੀ ਮਾਰ ਦਾਂਗਾ ਤੇਰੇ। ਉਸਤਾਦ ਜੀ, ਮੁੰਡਾ ਉੱਧਰ ਗਿਆ, ਗੋਲੀ ਤੁਸੀਂ ਇੱਧਰ ਮਾਰੀ ਜਾ ਰਹੇ ਹੋ। ਉੱਧਰ ਤੁਸੀਂ ਭੱਜੋ ਨਾ, ਇੱਧਰੋਂ ਮੈਂ ਨਹੀਂ ਜਾਣ ਦਿੰਦਾ ਉਹਨੂੰ। ਓਏ ਇੱਧਰੋਂ ਲੰਘ ਕੇ ਦਿਖਾਈ, ਮੈਂ ਤੇਰੇ ਗੋਲੀ ਆਰ ਪਾਰ ਕਰ ਦਾਂਗਾ। ¡Gracias!
ਕੁੜੀ ਦਾ ਖੇਲ ਹੁਣ ਹੈ ਤੁਹਾਡਾ ਖੇਲ ਖਤਮ। ਓਏ ਇਹ ਪਿਸਤੌਲ ਹੈ ਕੋਈ ਝੰਡਾ ਨਹੀਂ ਜਿਹਨੂੰ ਤੁਸੀਂ ਹਿਲਾ ਰਹੇ ਹੋ। ਅੰਕਲ ਜੀ ਭਈਆ ਬੇਟਾ ਉਹ ਮੈਂ ਚੈੱਕ ਨਹੀਂ ਕੀਤੀ ਹੈ। ਅੱਛਾ ਚਲੋ ਮੈਂ ਚੈੱਕ ਕਰ ਲਈ। ਸ਼ੂਗਰ ਮਿਲ ਚ ਕੀ ਕਰਨ ਗਿਆ ਸੀ? ਅੱਛਾ 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 ਉਹ ਤਾਂ ਸਰ ਗੱਲ ਇਹ ਹੈ ਕਿ ਮੈਨੂੰ ਐਕਚੁਅਲੀ ਸ਼ੂਗਰ ਹੈ, ਮੈਂ ਉੱਥੇ ਸੱਪ ਫੜਨ ਗਿਆ ਸੀਗਾ। ਉਹ ਇਹਨੂੰ ਲੈ ਕੇ ਜਾ ਪਤੇ ਲਾਏ ਦੇ। ਸਰ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਮੇਰੀ ਤਬੀਅਤ ਬਹੁਤ ਖਰਾਬ ਹੈ, ਮੈਂ ਇੱਥੇ ਮਾੜਾ ਜਿਹਾ ਪੈ ਲਿਆ ਇਸ ਬੈਂਚ ਤੇ। ਪੈ ਜਾ, ਚੱਲ ਚੁੱਪ ਕਰਕੇ ਪੈ ਜਾ। ਚੱਲ ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਬਾਹਰ ਨੂੰ ਮੁੰਡਾ ਸੁਣੋ, ਗੱਲ ਮੇਰੀ ਗੱਲ ਸੁਣੋ, ਮੇਰੇ ਜਿੰਨੇ ਮਰਜ਼ੀ ਮਾਰ ਲਓ ਪਰ ਗਲਤੀ ਲੱਗਦਾ ਇਹਦੇ ਹੱਥ ਨਾ ਜਾ ਕੋਟ ਖੜ ਜਾਓ, ਪਹਿਲਾਂ ਇਹਨੂੰ ਹੀ ਦੇਖ ਦੇ ਬਾਲੇ ਨੂੰ, ਬਾਲੇ ਨੂੰ ਮੁੰਡਾ ਬਾਲੇ ਦੇ ਬਾਲੇ ਨੂੰ ਸਰ ਇੱਕ ਬੇਨਤੀ ਕਰਨੀ ਸੀਗੀ, ਹੱਥ ਜੋੜ ਕੇ ਸੌਣ ਤੋਂ ਪਹਿਲਾਂ ਮੈਨੂੰ ਗਰਮ ਦੁੱਧ ਪੀਣ ਦੀ ਆਦਤ ਹੈ। ਤੇਰੇ ਲਈ ਬੰਦ ਆ ਮੈਂ ਪੂਰੀ ਲੈਚੀ ਜ਼ਰੂਰ ਪਵਾ ਦੇ ਪਲੀਜ਼। ਦੇਖੋ ਉਹ ਇਹਦੇ ਮੂੰਹ ਚ ਕੱਪੜਾ ਤੁਹਾਨੂੰ ਲੈ ਕੇ ਜਾਣੂ ਥਾਣੇਦਾਰ ਤੋਂ, ਇਹ ਵੱਡਾ ਬਣਿਆ ਫਿਰਦਾ ਇੱਥੇ। ਹਾਂ ਬਾਈ ਤੁਸੀਂ ਕੀ ਰੌਲਾ ਪਾਇਆ? ਜਨਾਬ ਦੋ ਬੰਦੇ ਸਾਡੇ ਪੈਸੇ ਲੈ ਕੇ ਭੱਜ ਗਏ ਜੀ, ਤੇ ਇਹ ਉਹਨਾਂ ਦਾ ਸਾਥੀ ਹੈ ਜੀ। ਹਾਂ ਬਾਈ ਮੈਂ ਸਾਥੀ ਸੁਥੀ ਕੋਈ ਨਹੀਂ ਹੈਗਾ ਜੀ, ਮੇਰੇ ਮਾਲਕ ਨੇ ਜੀ ਅਗਲੇ ਪੈਸੇ ਲੈ ਕੇ ਫੁਰਰ ਹੋ ਗਏ ਜੀ। ਕੀ ਨਾਂ ਉਹਨਾਂ ਦਾ? ਰੌਬੀ ਤੇ ਰੌਲੀ ਜੀ। ਰੌਬੀ ਤੇ ਰੌਲੀ ਕਿਹੜੇ ਪਿੰਡ ਦੇ ਨੇ ਉਹ? ਬਿਊਹ ਕਲਾਂ ਦੇ ਜੀ। ਓਏ ਉਹਨਾਂ ਨੂੰ ਤਾਂ 30 ਲੱਖ ਦਾ ਨਾਮ ਮਿਲਿਆ, ਜੱਜਾ ਬਦਮਾਸ਼ ਫੜਾਇਆ ਉਹਨਾਂ ਨੇ, ਸਿੱਟ ਲਿਆ। ਉਹ ਸਰਦਾਰ ਜੀ ਮੈਂ ਕਿੰਨੀ ਵਾਰ ਬੇਨਤੀ ਕੀਤੀ ਹੈ, ਰੌਲਾ ਨਾ ਪਾਓ, ਰੌਲਾ ਨਾ ਪਾਓ, ਮੇਰੀ ਤਬੀਅਤ ਖਰਾਬ ਹੈ, ਮੈਂ ਸੋਣਾ ਹੈ। ਸਰ ਜੀ ਜ਼ਰੂਰੀ ਕੰਮ ਨਹੀਂ ਕਰ ਰਹੇ ਤਾਂ ਉੱਧਰ ਜਾ ਕੇ ਗੱਲਾਂ ਮਾਰ ਲਓ। ਜਨਾਬ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਇਹਨੂੰ ਫੜਿਆ ਜਾਂ ਇਹਨੇ ਫੜ ਕੇ ਬਿਠਾਇਆ ਤੁਹਾਨੂੰ? ਚੁੱਪ ਕਰੋ ਓਏ, ਇਹਨੂੰ ਲੈ ਕੇ ਜਾਓ ਅੰਦਰ ਤੇ ਚੜਾਓ ਪੱਟੇ ਤੇ। ਜੀ ਜਨਾਬ। ਸਰ ਪੱਟਾ ਪੁੱਟਾ ਤਾਂ ਰਹਿਣ ਦਿਓ, ਮੇਰੇ ਦੁੱਧ ਦੇ ਗਲਾਸ ਦਾ ਕੀ ਹੋਇਆ? ਤੇਰੇ ਦੁੱਧ ਨੂੰ ਲਾਉਣਾ ਜਾਗ। ਚੱਲ ਅੰਦਰ। ਪਰ ਜਨਾਬ ਸਾਡੇ ਪੈਸਿਆਂ ਦਾ ਕੀ? ਉਹ ਮਿਲ ਜਾਣਗੇ, ਉਹ ਪੈਸੇ ਲੈ ਕੇ ਉਹ ਸਿੱਧਾ ਪਿੰਡ ਗਏ ਨੇ ਤੇ ਤੁਸੀਂ ਪਿੰਡ ਪਹੁੰਚੋ। ਸਾਡੇ ਪੈਸੇ ਮੁੜ ਗਏ ਪਿੰਡ? ਚਲੋ ਭਾਜੀ ਚਲੋ ਚਲੋ ਮਿਲ ਕੇ ਬਹਿ। ਮੈਂ ਤਾਂ ਪਹਿਲਾਂ ਹੀ ਕਹਿ ਪਹਿਲਾਂ ਸੁਣੀ ਚੱਲਿਆ, ਪੈਸੇ ਦਵਾ ਚੱਕੋ ਪੈਸੇ, ਚੱਲ ਚੱਲ ਪੈਸੇ ਦਵਾ। ਉਸ ਤੋਂ ਬਾਅਦ
ਮੈਂ ਬੱਚਾ ਮੇਰੇ ਮਗਰ ਗੰਡਾਸਾ ਲੈ ਕੇ ਪਰ ਸੀਰੀਅਸ ਕਰਦਾ ਉਹਨੇ ਤੈਨੂੰ ਹੈ ਨਹੀਂ ਯਾਰ ਬਕਵਾਸ ਮੈਨੂੰ ਰੋਕਦਾ ਰਿਹਾ ਕਮਾਲ ਕਰਦੀ ਕਮਾਲ ਲੱਡੂ ਖਾਓ ਤੁਸੀਂ ਕਹੋ ਭਾਜੀ ਬਸ ਯਾਰ ਮੈਂ ਵੀ ਛੱਡੋ ਪਰਾ ਫਿਰ ਕਮਾਲ ਕਰਤੀ ਜੱਜ ਨੂੰ ਤੁਸੀਂ ਅੰਦਰ ਕਰਾਤਾ ਲੋਕਾਂ ਦਾ 30 ਲੱਖ ਰੁਪਇਆ ਅੱਡ ਮੋੜਤਾ ਤੇ ਇਨਾਮ ਵਾਲਾ 30 ਲੱਖ ਰੁਪਇਆ ਫੇਰ ਤੁਹਾਨੂੰ ਮਿਲ ਗਿਆ ਭਾਜੀ ਮੇਰੀ ਗੱਲ ਮਨੋ ਹੁਣ ਤਾਂ ਸਿੱਧਾ ਜਹਾਜ਼ ਤੇ ਕੱਪੜਾ ਮਾਰੋ ਤੇ ਜ਼ੁੱਪ ਆਸਟ੍ਰੇਲੀਆ ਦੀ ਤਿਆਰੀ ਖਿੱਚੋ ਭਾਜੀ ਚੱਚੀ ਨੀ ਗੱਲ ਕੀ ਕਹਿੰਦਾ ਫਿਰ ਲੈ ਚੱਲੀਏ ਪੈਸੇ ਆਸਟ੍ਰੇਲੀਆ ਸਾਨੂੰ ਪੈਸੇ ਦੀ ਲੋੜ ਨਹੀਂ ਹੋਰ ਆਈ ਥਿੰਕ ਯਾਰ ਜਿਹਨਾਂ ਨੂੰ ਲੋੜ ਹੈ ਨਾ ਉਹਨਾਂ ਨੂੰ ਦਿੰਦੇ ਪੈਸੇ ਦੈਟਸ ਲਾਈਕ ਮਾਈ ਬ੍ਰੋ ਇਟਸ ਆਲ ਯੂ ਮੈਨ ਆਈ ਜਸਟ ਵਾਚ ਯੂ ਮੈਨ ਜਸਟ ਟ੍ਰਾਈਂਗ ਟੂ ਐਂਡ ਯੂ ਨੋ ਦੈਟ ਆਈ ਜਸਟ ਯਾ ਦਿਸ ਇਜ਼ ਕੰਪਟੀਸ਼ਨ ਅਬਾਊਟ ਦਾ ਬਿਹੇਵੀਅਰ ਬਟ ਡੋਨਟ ਲਾਈਕ ਆਫ ਕਿੰਗ ਕਿਮ ਹਿਊਂਗ ਆਫ ਇੰਡੀਅਨ ਏਅਰਲਾਈਨਸ ਸਵਾਟ ਐਂਡ ਦ ਸਬੋਰਡੀਨੇਟ ਬਾਡੀਜ਼ ਐਂਡ ਸੀਸੀ ਐਂਡ ਕ੍ਰੈਡਿਟ ਕਾਰਡ ਆਫ ICC ਅੰਗਰੇਜ਼ੀ ਸਰਦਾਰ ਜੀ ਇੱਧਰ ਆਓ ਨਵੀਂ ਟੈਕਸੀ ਦੀ ਬੋਨਿੰਗ ਕਰਾ ਦਿਓ ਵੈਸੇ ਤੁਸੀਂ ਜਾਣਾ ਕਿੱਥੇ ਜਲੰਧਰ ਜਲੰਧਰ ਤੁਸੀਂ ਜਾਣਾ ਹੈ ਜਲੰਧਰ ਬੈਠੋ ਗੱਡੀ ਦੇ ਅੰਦਰ ਤੁਹਾਨੂੰ ਹੁਣੇ ਲੈ ਚੱਲਦੇ ਹਾਂ ਆ ਜਾਓ ਚੱਲੀਏ ਇਸ ਐਡਰੈਸ ਤੇ ਜਾਣਾ ਹੈ ਤੁਸੀਂ ਚਿੰਤਾ ਨਾ ਕਰੋ ਜੀ ਮੈਂ ਤੁਹਾਨੂੰ ਘਰ ਦੇ ਅੰਦਰ ਛੱਡ ਕੇ ਆਵਾਂਗਾ ਵੈਰੀ ਇੰਟਰਸਟਿੰਗ ਪਰਸਨ ਲਓ ਸਰਦਾਰ ਜੀ ਆ ਗਿਆ ਤੁਹਾਡਾ ਟਿਕਾਣਾ ਕਿੱਥੇ ਤੁਸੀਂ ਜਾਣਾ ਦੱਸ ਕਿੰਨੇ ਪੈਸੇ ਨਹੀਂ ਨਹੀਂ ਸਰਦਾਰ ਜੀ ਕੋਈ ਪੈਸਾ ਨਹੀਂ ਕਿਉਂ ਬਈ ਨਾਲੇ ਤੂੰ ਕਹਿੰਦਾ ਸੀ ਬੋਣੀ ਦਾ ਟਾਈਮ ਹੈ ਹੁਣ ਮਨਾ ਕਰ ਰਿਹਾ ਸਰਦਾਰ ਜੀ ਇਸ ਘਰ ਆ ਕੇ ਤੇ ਮੇਰੀ ਵੈਸੇ ਬੋਣੀ ਹੋ ਜਾਂਦੀ ਹੈ ਮੈਂ ਕੁਝ ਸਮਝਿਆ ਨਹੀਂ ਸਰਦਾਰ ਜੀ ਇਸ ਘਰ ਵਿੱਚ ਉਹੀ ਦੋ ਮੁੰਡੇ ਰਹਿੰਦੇ ਆ ਰੋਬੀ ਤੇ ਰੌਲੀ ਜਿਨ੍ਹਾਂ ਦੀ ਮੈਂ ਰਸਤੇ ਵਿੱਚ ਗੱਲ ਕਰਦਾ ਆ ਰਿਹਾ ਸੀ ਉਹਨਾਂ ਨੇ ਤੇ ਮੇਰੀ ਜ਼ਿੰਦਗੀ ਬਦਲ ਦਿੱਤੀ ਇਸ ਇਲਾਕੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਇਹਨਾਂ ਨੇ ਜਿਸ ਦੀ ਮਦਦ ਨਾ ਕੀਤੀ ਹੋਵੇ ਸਾਰਿਆਂ ਨੂੰ ਪਿਆਰ ਦਿੱਤਾ ਸਾਰਿਆਂ ਤੋਂ ਪਿਆਰ ਲਿਆ ਇਸੇ ਕਰਕੇ ਮੇਰਾ ਆਸਟ੍ਰੇਲੀਆ ਨਾਲ ਪਿਆਰ ਹੋ ਗਿਆ ਭਈ ਤਾਨੇ ਪਿਓ ਜਿਸਨੇ ਐਸੇ ਪੁੱਤਰਾਂ ਨੂੰ ਜਨਮ ਦਿੱਤਾ ਡੈਡੀ ਯਾਰ ਉਹ ਮੈਂ ਸ਼ਰਧਾ ਹਾਰ ਗਿਆ ਡੈਡੀ ਐਸੀ ਤਾਂ ਨਹੀਂ ਬੇਟਾ ਤੁਸੀਂ ਹਾਰ ਕੇ ਵੀ ਜਿੱਤ ਗਏ ਹੋ ਲਓ ਬਾਜੀ ਸ਼ੇਰੂ ਨੂੰ ਰੂਬੀ ਮਿਲ ਗਈ ਰੌਲੀ ਨੂੰ ਮਿਲ ਗਈ ਮਿੰਨੀ ਬਰਾੜ ਸਾਹਿਬ ਦੇ ਮੁੰਡੇ ਸਾਊ ਬਣ ਗਏ ਰੌਬੀ ਨੂੰ ਮਿਲ ਗਈ ਸਿੰਮੀ ਪਰ ਰੋਹਿਤ ਨੂੰ ਕੁਝ ਨਹੀਂ ਮਿਲਿਆ ਬਾਕੀ ਸਾਰਿਆਂ ਦੇ ਪੂਰੇ ਚਾਹ ਹੋ ਗਏ ਹਾਸੇ ਮਜ਼ਾਕ 'ਚ ਫਿਲਮ ਬਣ ਗਈ ਨਾ